ਅੱਛਾ ਜੀ ਇਹ ਤੁਸੀਂ ਰਿਆ ਇੱਥੇ ਖੜੋ ਫਿਰ ਜਿੱਥੇ ਮੰਮੀ ਖੜੇ ਸੀ ਆਪਾਂ ਸੇਮ ਲੋਕਾਂ ਨੂੰ ਥੋੜੀ ਆ ਉਦਾਂ ਤਾਂ ਫੋਟੋ ਵੀ ਬਾਅਦ ਖਿੱਚ ਲਵਾਂਗੇ ਤੁਸੀਂ ਆ ਜਾਓ ਇੱਥੇ ਹੁਣ ਫਿਰ ਤੁਸੀਂ ਇੱਥੇ ਖੜੋ ਆ ਆ ਆ ਜੀ ਤੁਹਾਡੇ ਮੰਮੀ ਡੈਡੀ ਦੀ ਖੰਡ ਦਾ ਜਗ੍ਹਾ ਠੀਕ ਹੈ ਜਾਣਾ ਵੈਸੇ ਇਹਨਾਂ ਨੇ ਉੱਪਰ ਨੂੰ ਸੀਗੇ ਜਦੋਂ ਗੋੜੀ ਚੱਲ ਗਏ ਨਾ ਇੱਥੋਂ ਪਿੱਛੇ ਅਤੇ ਡੈਡੀ ਨੇ ਪਤਾ ਨਹੀਂ ਕਿੱਦਾਂ ਜਦ ਉੱਤਰ ਕੇ ਤਾਕੀ ਤਾਂ ਨਹੀਂ ਲਾਈ ਦਿੱਤੀ ਹੋਣੀ ਹਾਂਜੀ ਹਾਂਜੀ ਦੋਨੇ ਉੱਤਰ ਕੇ ਤਾਕੀ ਲਾਤੀ ਕਿਉਂਕਿ ਲਾਲ ਤੇ ਦੇਬੂ ਉੱਤਰ ਉਹ ਵੀ ਉੱਤਰ ਗਏ ਹੋਏ ਸੀ ਗੱਲ ਉੱਤਰ ਕੇ ਤੁਹਾਡੇ ਤੁਸੀਂ ਆ ਕਸਮ ਦੇ ਉਹੀ ਸੇਮ ਇੱਥੇ ਖੜੇ ਇੱਥੇ ਜਿੱਥੇ ਖੜੇ ਠੀਕ ਹੈ ਸਾਰਿਆਂ ਨੇ ਜਦੋਂ ਮੰਮੀ ਜਾਣੀ ਜਾਣੇ ਨੇ ਇਕੱਠਿਆਂ ਨੇ ਸਟੇਜ ਤੇ ਜਾਣਾ गोली बजन लगी बंदे मारी कि कुछ नहीं पता मेनू जिदा लगता हूं एक ने इधर मतलब गोलियां चलाती दूजे ने गल ने जो मुंह घुमाया ਇਹ ਦੋਈ ਤਾਂ ਪਹਿਲਾਂ ਮਰ ਗਿਆ ਤੇ ਉਹ ਹਾਲੇ ਖੜੇ ਸੀ ਡੈਡੀ ਦੇ ਇੱਥੇ ਠੀਕ ਹੈ ਠੀਕ ਆ ਡੈਡੀ ਦੇ ਤਾਂ ਇੱਥੋਂ ਉਹ ਜਿਹੜੀ ਹੁਣ ਢੋਲਕੀਆਂ ਨੇ ਗੱਲਾਂ ਵਿੱਚੇ ਰਹਿ ਜਾਂਦੀਆਂ ਉਹ ਵੀ ਅੱਜ ਕਲੀਅਰ ਕਰ ਦਈਏ ਵਧੀਆ ਗੱਲ ਆ ਗੱਲ ਲੰਘ ਗਿਆ ਸੀ ਗੱਲ ਦੇ ਮਗਰ ਸਗਾ ਲਾਲ ਹੁਣ ਮੁੱਕਾ ਜਿਹੜਾ ਉਹ ਵੀ ਸਗਾ ਜੀਦਾ ਹਾਂਜੀ ਹਾਂਜੀ ਲਾਲ ਉਹਦੇ ਤਾਂ ਦੇਬੂ ਤਾਂ ਮਰ ਗਿਆ ਸੀ ਲਾਲ ਕਹਿੰਦਾ ਮੇਰੇ ਤੇ ਇੱਥੋਂ ਕੱਢਣ ਲੱਗੇ ਬਲਾਸਟ ਮਾਰਿਆ ਢੋਲਕੀਆਂ ਦੋਨਾਂ ਨੇ ਕੱਢ ਲਈਆਂ ਸੀ ਦੋਨਾਂ ਨੇ ਕੱਢ ਲਈਆਂ ਇਹ ਲੱਗਾ ਸੀਗਾ ਇਹਨਾਂ ਦੇ ਮੋਹਰ ਦੀ ਨੰਗਾ ਮੰਮੀ ਦੇ ਮੋਹਰ ਦੀ ਨੰਗਾ ਲੱਗਾ ਸੀ ਕਿਉਂਕਿ ਸਟੇਜ ਤੇ ਤਾਂ ਢੋਲਕੀ ਵਾਲਿਆਂ ਤਾਂ ਇਹਨਾਂ ਨੇ ਪਹਿਲਾਂ ਜਾਣਾ ਸਮਾਨ ਲੈ ਕੇ ਸਟੇਜ ਤੱਕ ਤਾਂ ਕੋਈ ਪਹੁੰਚੇ ਉਹ ਜਦੋਂ ਕ੍ਰਾਸ ਕਰਨ ਲੱਗਾ ਇਦਾਂ ਇੱਥੇ ਸੀ ਉਹਦੀ ਜਦੋਂ ਢੋਲਕੀ ਨੂੰ ਬਾਹ ਹੱਥ ਪਾਇਆ ਉਹਨੇ ਗੋਲੀ ਇਹਨਾਂ ਦੇ ਮਾਰੀ ਇਹਦੇ ਨਹੀਂ ਮਾਰੀ ਜਦੋਂ ਇਹਦੀ ਬਾਹ ਤੇ ਲੱਗੀ ਹੈ ਇਦਾਂ ਇਹ ਤਾਂ ਇੱਥੇ ਸੱਟ ਕੇ ਤਾਂ ਇੱਥੇ ਚਲ ਗਿਆ ਜਦੋਂ ਮੈਂ ਦੇਖਿਆ ਉਹ ਡੇਕ ਕੋ ਚਲ ਗਿਆ ਸੀ ਇਹ ਲਾਲ ਜੇ ਡੇਕ ਕੋ ਚਲ ਗਿਆ ਉਹਨੂੰ ਕੀ ਪਤਾ ਫਿਰ ਪਿੱਛੇ ਡੈਡੀ ਸਾਡੇ ਨੂੰ ਕਿਦਾਂ ਮਾਰਿਆ ਮੁੜ ਕੇ ਦੇਖਿਆ ਵੀ ਨਹੀਂ ਉਹ ਨਹੀਂ ਮੁੜ ਕੇ ਦੇਖਿਆ ਆਪਣੇ ਮੂੰਹ ਹੋ ਗਿਆ ਮਤਲਬ ਸਕੀਮਾਂ ਬਣਾ ਬਣਾ ਕੇ ਲੋਕ ਗੱਲਾਂ ਬਣਾ ਲੈਂਦੇ ਆ ਉਹਨਾਂ ਸਾਰਾ ਸਮਾਨ ਸਮੂਨ ਕੱਢ ਲਿਆ ਉਹ ਡੇਕ ਦੇ ਕੋਲ ਮੈਂ ਜਾਂਦਾ ਦੇਖਿਆ ਮੈਂ ਉੱਥੋਂ ਸਕੂਟਰ ਤੇ ਉੱਤਰ ਕੇ ਇੱਥੇ ਨੂੰ ਆ ਗਿਆ ਜਦੋਂ ਉਹਨੇ ਤਾਹਾਂ ਨੂੰ ਫੈਰ ਕੀਤੇ ਮੈਂ ਇੱਥੇ ਆ ਗਿਆ ਸੀ ਇੱਥੇ ਆ ਕੇ ਜਦੋਂ ਮੈਂ ਦੇਖਿਆ ਇੱਥੇ ਬਾਅਦ ਚ ਮੈਂ ਦੇਬੂ ਦਾ ਦੱਸ ਦਿੰਦਾ ਕਿੱਦਾਂ ਉਹ ਵੀ ਤੇ ਡੈਡੀ ਦਾ ਜਿਹੜੇ ਇੱਥੇ ਖੜੇ ਸੀਗੇ ਇੱਥੇ ਮੰਮੀ ਦੇ ਜਦੋਂ ਗੋਲੀ ਵੱਜੀ ਹਨਾ ਮੰਮੀ ਇੱਥੇ ਤੱਕ ਆ ਗਈ ਆ ਯਾਨੀ ਕਿ ਮੈਂ ਉਹਨੂੰ ਇੱਥੇ ਪੀ ਦੇਖਿਆ ਇਸ ਜਗ੍ਹਾ ਤੇ ਉੱਥੋਂ ਜਾਂ ਤਾਂ ਉਹ ਜਦੋਂ ਉਹਨੇ ਗਨ ਕੱਢੀ ਆ ਗਨ ਦੇਖ ਕੇ ਹੋ ਸਕਦਾ ਪਿਛਲ ਖੁਰੀ ਪਿਛਾਂ ਨੂੰ ਪੈਰ ਪੱਟੇ ਹੋਣ ਇੰਨੀ ਬਾਟ 10-20 ਫੁੱਟ ਦਾ ਫਰਕ ਪੈ ਗਿਆ ਸੀ ਸਾਰੇ ਕਹਿੰਦੇ ਉਹ ਇੱਥੇ ਕਿੱਦਾਂ ਆ ਗਈ ਚਾਹੇ ਤਾਂ ਗੋਲੀਆਂ ਦੇ ਪ੍ਰੈਸ਼ਰ ਨਾਲ ਆ ਗਈ ਕੋਈ 10 ਗੋਲੀਆਂ ਕਿਸੇ ਦੇ ਤੁਹਾਡੇ ਤੁਹਾਡੇ ਜਿੱਡੀ ਛਾਤੀ ਜਵਾਨ ਜ਼ਿਆਦਾ ਸੀਗੀ ਤੁਹਾਡੇ ਯਾਰ ਉਹਨਾਂ ਦਾ ਸਰੀਰ ਵੱਡਾ ਸੀਗਾ ਉਹਨਾਂ ਦੇ ਆਰ ਪਾਰ ਤਾਂ ਗੋਲੀਆਂ ਲੰਘੀਆਂ ਨੀ ਮੈਂ ਪਿਛਲੇ ਪਾਸੇ ਖੜਾ ਸੀ ਆਰ ਪਾਰ ਨੀ ਲੰਘੀਆਂ ਛਾਤੀ 'ਚ ਰਹਿ ਗਈਆਂ ਗੋਲੀਆਂ ਹਾਂਜੀ ਉਹ ਜਾਂ ਤਾਂ ਧੱਕ ਨਾ ਰੱਖ ਲਓ ਕਿਸੇ ਤਰ੍ਹਾਂ ਵੀ ਪੈਰ ਨਹੀਂ ਮੈਂ ਦੇਖੇ ਕਿਉਂਕਿ ਇੱਥੇ ਬਹੁਤ ਲੋਕ ਮੂਹਰੇ ਖੜੇ ਸੀਗੇ ਪੈਰ ਨਹੀਂ ਮੈਂ ਦੇਖੇ ਵੀ ਕਿੱਦਾਂ ਪੱਟੇ ਆ ਪਰ ਉਹ ਡਿੱਗੇ ਇੱਥੇ ਆ ਕੇ ਜਦੋਂ ਲੰਮੇ ਪਏ ਆ ਸੈਰ ਇੱਥੇ ਸੀ ਉਹਨਾਂ ਦਾ ਇੱਥੇ ਸਿਰ ਪਿਆ ਸੀ ਤੇ ਲੱਤਾਂ ਇੱਧਰ ਨੂੰ ਸੀ ਠੀਕ ਹੈ ਐਨ ਸਾਫ਼ ਸੁਥਰੇ ਕੋਈ ਨਹੀਂ ਮੈਂ ਦੱਸਿਆ ਵੀ ਛਾਤੀ ਦੇ ਵਿੱਚੋਂ ਤੇਰੇ ਬ੍ਰਦਰ ਦੇ ਜਨਮ ਹੋਇਆ ਸੀਗਾ ਹਾਂਜੀ ਹਾਂਜੀ ਬਲੱਡ ਤੇ ਉਹਨਾਂ ਦੀ ਫੀਡ ਠੀਕ ਆ ਉਹ ਗੋਲੀਆਂ ਦੇ ਨਾਲ ਜਿੱਦਾਂ ਪਚਕਾਰੀਆਂ ਪੈਂਦੀਆਂ ਸੀ ਇੱਦਾਂ ਉੱਪਰ ਛਾਤੀ ਦੇ ਮੈਨੂੰ ਤਾਂ ਪਤਾ ਵੀ ਮੂੰਹ ਤੇ ਗੋਲੀ ਨਹੀਂ ਲੱਗੀ ਸੀ ਮੂੰਹ ਐਨ ਸਾਫ਼ ਸੁਥਰਾ ਸੀ ਹਾਂਜੀ ਮੂੰਹ ਸਾਫ਼ ਸਾਰੀਆਂ ਛਾਤੀ ਤੇ ਗੋਲੀਆਂ ਲੱਗੀਆਂ ਸੀਗੀਆਂ ਠੀਕ ਆ ਇੱਥੇ ਉਹਨਾਂ ਦਾ ਸਿਰ ਸੀ ਪੈਰ ਇੱਥੇ ਏਡੀ ਦੂਰ ਸੀਗੇ ਉਹ ਇਹ ਗੱਲ ਪੱਕੀ ਆ ਵੀ ਕੋਈ ਕਹਿ ਦੇਵੇ ਇਕੱਠੇ ਬਾਅਦ 'ਚ ਕਿਸੇ ਨੇ 2 ਘੰਟਿਆਂ ਬਾਅਦ ਰਸਤੇ ਹੋ ਗਏ ਰੱਖਦੇ ਹੋ ਗਏ ਉਸ ਵੇਲੇ ਕਿਸੇ ਨੇ ਨਹੀਂ ਚੱਕਿਆ ਗੱਲ ਵੀ 10-15 ਫੁੱਟ ਦੀ ਦੂਰੀ ਤੇ ਸੀ ਮੰਮੀ ਤੇਰੀ 10-15 ਫੁੱਟ ਦੀ ਦੂਰੀ ਤੇ ਸੀ ਉੱਥੇ ਸੀ ਮੰਮੀ ਉੱਥੇ ਸੀ ਡੈਡੀ ਤਾਂ ਉਹਨਾਂ ਦੇ ਕੋਲੇ ਵੀ ਇੱਥੇ ਡੈਡੀ ਤਾਂ ਜਦ ਦੇਖਿਆ ਡੈਡੀ ਤਾਂ ਉਹਨੇ ਸਮਾਂ ਹੀ ਨਹੀਂ ਦਿੱਤਾ ਵੀ ਇਹਨੂੰ ਨਾ ਉਹਨੇ ਕੁਛ ਕੀਤਾ ਪਤਾ ਨਹੀਂ ਉਹ ਰੱਬ ਦੇ ਬੰਦੇ ਨੇ ਨਾ ਚੀਕ ਨਾ ਰੌਲਾ ਨਾ ਕੋਈ ਗੱਲਬਾਤ ਨਹੀਂ ਉਹ ਜਿੱਦਾਂ ਖੜਾ ਸੀ ਬਸ ਮੈਂ ਤਾਂ ਇੱਧਰ ਨੂੰ ਮੂੰਹ ਦੇਖਿਆ ਵੀ ਮੇਰੇ ਵੱਲ ਮੂੰਹ ਆ ਉਹ ਬੰਦਾ ਜਿਹੜਾ ਇੱਧਰ ਬੰਦਾ ਜਿਹਨੇ ਮੰਮੀ ਦੇ ਗੋਲੀਆਂ ਚਲਾਈਆਂ ਸੀ ਉਹ ਬੰਦਾ ਮੈਨੂੰ ਦੱਸਿਆ ਉਹ ਬੰਦਾ ਮੈਨੂੰ ਦੱਸਿਆ ਡੈਡੀ ਦੀ ਪਿੱਠ ਸੀ ਡੈਡੀ ਨੂੰ ਮੋੜ ਕੇ ਵੀ ਨਹੀਂ ਉਹਨਾਂ ਨਾਲ ਦੇਖਿਆ ਹੀ ਨਹੀਂ ਉਹਦਾ ਸੱਚ ਕੀ ਆ ਧਿਆਨ ਮੰਮੀ ਦੇ ਜਾਂ ਤੇ ਛੋਟੇ ਭਰਾ ਦੇ ਥੋੜ੍ਹੀ ਜਿਹੀ ਇੱਦਾਂ ਹੋ ਜਾਂਦੀ ਵੀ ਨਿਆਣਿਆਂ ਦੀ ਮਾਂ ਹੀ ਮਾਰ ਕੇ ਸਮਝ ਗਿਆ ਬਹੁਤ ਪ੍ਰਭਾਵ ਬਹੁਤ ਇਸ ਚੀਜ਼ ਦਾ ਅਸਰ ਹੁੰਦਾ ਸਾਨੂੰ ਦੁੱਖ ਹੁਣ ਹੋ ਜਾਂਦਾ ਚੱਲ ਤੁਹਾਡਾ ਤਾਂ ਤੇਰਾ ਤਾਂ ਸਗਾ ਭਰਾ ਹੋਣਾ ਸੀ ਪਤਾ ਨਹੀਂ ਉਹਨੇ ਕਿੰਨੀ ਤਰੱਕੀ ਕਰਨੀ ਸੀ ਕਿੱਥੇ ਤੇ ਪਹੁੰਚਣਾ ਸੀ ਉਹ ਇਹਨਾਂ ਦੇ ਸਦਮੇ ਨੇ ਲੈ ਲਿਆ ਜਾਂ ਰੱਖ ਲਾ ਵੀ ਧਰਤੀ ਮਾਂ ਨੂੰ ਜੋ ਮਨਜ਼ੂਰ ਹੈ ਠੀਕ ਨੇ ਉਹਨਾਂ ਦਾ ਖੂਨ ਉੱਥੇ ਧਰਤੀ 'ਚ ਮੇਰੇ ਹਿਸਾਬ ਨਾਲ ਵੀ 1 ਘੰਟੇ 'ਚ ਬਹੁਤ ਜ਼ਿਆਦਾ ਖੂਨ ਡੁੱਲ ਜਾਂਦਾ ਮੰਮੀ ਤੇਰੀ ਦਾ ਇਸ ਧਰਤੀ 'ਚ ਸਵਾਹ ਦੇ ਪਰਲੇ ਪਾਸੇ ਇੱਥੇ ਖੂਨ ਡੁੱਲਿਆ ਉਹਨਾਂ ਦਾ ਅੱਛਾ ਡੈਡੀ ਤੇਰੇ ਦਾ ਇੱਥੇ ਖੂਨ ਡੁੱਲਿਆ ਬਹੁਤ ਜ਼ਿਆਦਾ ਡੈਡੀ ਤੇਰਾ ਤਾਂ ਮੈਨੂੰ ਜਦੋਂ ਇਹ ਵੀ ਦੱਸ ਦਿੰਦਾ ਮੈਂ ਫਿਰ ਗੱਲ ਪਿਛਲੀ ਵਾਰੀ ਵੀ ਵਿੱਚੇ ਹੋਰ ਆਪਾਂ ਗੱਲਾਂ ਬਹੁਤ ਕਰ ਲਈਆਂ ਸੀਗੀਆਂ ਤਾਂ ਕਰਕੇ ਅੱਜ ਆਪਾਂ ਸਾਰੀਆਂ ਗੱਲਾਂ ਇੱਦਾਂ ਦੀਆਂ ਕਰਨੀਆਂ ਡੈਡੀ ਤੇਰਾ ਜਦੋਂ ਉਹਨਾਂ ਨੇ ਗੋਲੀ ਚਲਾਈ ਆ ਤੇ ਇਹ ਇੱਥੇ ਖੜਾ ਸੀਗਾ ਇਹ ਇੱਥੇ ਮੂੰਹ ਸੀ ਜੀ ਤੁਸੀਂ ਆ ਉੱਥੇ ਇਹ ਤਾਂ ਹੁਣ ਇਹ ਤਾਂ ਡੈਗੀ ਪਈ ਸਾਹਮਣੇ ਮੰਮੀ ਤੇਰੀ ਦੇਖਦੇ ਪਏ ਨੇ ਡੈਡੀ ਤੇਰਾ ਇੱਥੇ ਖੜਾ ਸੀ ਆ ਕੀ ਹੋ ਗਿਆ ਹਾਂ ਉਹਨਾਂ ਨੇ ਇੱਥੋਂ ਮੈਂ ਦੇਖਿਆ ਫੜ ਕੇ ਇੱਦਾਂ ਮਾਰਦੇ
ਉਹਦਾ ਇਦਾਂ ਹੀ ਆਹ ਪਾਸਾ ਉਹਨਾਂ ਦਾ ਇੰਨਾ ਉੜਿਆ ਸੀ ਪਿਛਲਾ ਮੂੰਹ ਤੇ ਗੋਲੀ ਨੀ ਜਿਹੜੇ ਅੰਦਰੋਂ ਛੜਲੇ ਲੱਗੇ ਜਿਹੜੇ ਤੁਸੀਂ ਫੇਸ ਤੇ ਦੱਸਦੇ ਨਾ ਫੇਸ ਤੋਂ ਇਦਾਂ ਗੋਲੀ ਵੱਜਦੀ ਮੂੰਹ ਪੜ ਜਾਣਾ ਸੀ ਪੜ ਜਾਣਾ ਸੀ ਉਹਨਾਂ ਨੇ ਇੱਥੇ ਜਿਹੜੇ ਖੋਪਰੀ ਦੇ ਅੰਦਰੋਂ ਛੜਲੇ ਲੱਗੇ ਸੀ ਉਹਨਾਂ ਦੇ ਨਿਸ਼ਾਨ ਦੂਜੇ ਦਿਨ ਪੱਕ ਗਏ ਸੀ ਉਹ ਚਗੇ ਦੀਦੇ ਮੂੰਹ ਤੇ ਗੋਲੀ ਨਹੀਂ ਸੀ ਮਾਰੀ ਆਹ ਆਹ ਚੀਜ਼ ਉਹਨਾਂ ਦੀ ਹੈ ਨਹੀਂ ਸੀ ਇੱਥੋਂ ਆਹ ਜਿਹੜੀ ਖੂਨ ਦੀ ਧਾਰ ਆ ਉਹਨਾਂ ਦੇ ਖੜਿਆਂ ਤੇ ਹੀ ਮੈਂ ਦੇਖ ਲਈ ਸੀ ਇੱਥੋਂ ਨੱਕ ਤੋਂ ਇੱਕ ਖੂਨ ਦੀ ਧਾਰ ਉਹਨਾਂ ਦੀ ਫੋਟੋ 'ਚ ਵੀ ਸ਼ਾਇਦ ਹੋਣੀ ਇੱਕ ਤਾਰ ਉਹਨਾਂ ਦੇ ਖੜਿਆਂ ਤੇ ਖੂਨ ਦੀ ਧਾਰ ਇੱਕ ਜਿਹੜੀ ਸੀਗੀ ਹੈ ਨਾ ਉਹਨਾਂ ਦੇ ਖੜਿਆਂ ਦੇ ਹੀ ਪੈ ਗਈ ਸੀ ਇੱਦਾਂ ਖੜਿਆਂ ਦੇ ਡਿੱਗਣ ਤੇ ਨਹੀਂ ਪਈ ਉਹ ਖੜਿਆਂ ਤੇ ਜਦੋਂ ਡਿੱਗੇ ਆ ਉਦੋਂ ਮੂੰਹ ਉਹਨਾਂ ਦਾ ਵੀ ਸਿੱਧਾ ਹੀ ਸੀ ਸਾਰੇ ਕਹਿਣ ਦੇ ਮੂਧੇ ਮੂੰਹ ਡਿੱਗੇ ਇਹ ਚੀਜ਼ ਮੈਨੂੰ ਬਹੁਤ ਤੰਗ ਕਰਦੀ ਹੈ ਕਈ ਵਾਰੀ ਸਾਰੇ ਕਹਿੰਦੇ ਮੂਧੇ ਮੂੰਹ ਡਿੱਗੇ ਮੰਮੀ ਦਾ ਐਂ ਸਿੱਧਾ ਮੂੰਹ ਸੀ ਸਾਫ਼ ਸੀ ਮਿੱਟੀ ਤੱਕ ਨਹੀਂ ਲੱਗੀ ਸੀ ਅਤੇ ਦਾਣਾ ਵੀ ਦੱਸਦਾ ਹੈ ਨਹੀਂ ਸੀ ਚਮਕੀਲੇ ਦਾ ਮੂੰਹ ਤਾਂ ਤੁਸੀਂ ਜਿਮ ਤੈਨੂੰ ਮਾੜਾ ਮੋਟਾ ਆ ਜਾ ਇੱਧਰ ਆ ਜਾ ਦੂਰ ਸੀ ਤੈਨੂੰ ਪਰ ਛੋਟਾ ਵੀ ਪੰਜ ਛੇ ਸਾਲ ਦੀ ਉਮਰ ਵੀ ਬਹੁਤ ਥੋੜ੍ਹੀ ਉਹਨਾਂ ਦੇ ਇੱਕ ਧਾਰ ਮੂੰਹ 'ਤੇ ਪਹਿਲੀ ਪੈ ਗਈ ਸੀ ਬਾਅਦ ਵਿੱਚ ਉਹਨਾਂ ਦਾ ਧਰਤੀ ਦੇ ਵਿੱਚ ਇਸ ਮਿੱਟੀ 'ਤੇ ਇਸ ਜਗ੍ਹਾ 'ਤੇ ਇੱਥੇ ਨਾ ਉਹਨਾਂ ਦਾ ਇੱਥੇ ਖੂਨ ਡੁੱਲਿਆ ਇਸ ਜਗ੍ਹਾ 'ਤੇ ਛੱਪੜ ਖੂਨ ਦਾ ਕਹਿ ਦਈਏ ਵੀ ਲੱਗ ਗਿਆ ਸੀ ਸਿਰ 'ਚ ਕਿਉਂਕਿ ਸਾਰੀ ਬੋਡੀ ਦਾ ਖੂਨ ਜਿਹੜਾ ਘੰਟੇ 'ਚ ਘੰਟਾ ਨਹੀਂ ਕਿਸੇ ਨੇ ਚੱਕੇ ਸੀ ਸਾਰਾ ਖੂਨ ਇੱਥੇ ਹੀ ਡੁੱਲਿਆ ਉਹਨਾਂ ਦਾ ਐਸੀ ਜਗ੍ਹਾ 'ਤੇ ਠੀਕ ਜਿਹਾ ਇਹ ਦੋਹਾਂ ਦੇ ਅੱਛਾ ਬਾਅਦ ਵਿੱਚ ਉਹਨਾਂ ਨੇ ਇਹ ਤਿੰਨ ਮਾਰ ਕੇ ਬੰਦੇ ਇੱਥੇ ਇੱਥੇ ਬਾਅਦ ਖੜ੍ਹੇ ਹੋਏ ਜੀ ਇੱਕ ਬੰਦਾ ਇੱਥੇ ਇੱਕ ਇੱਥੇ ਇੱਥੋਂ ਬੰਦਾ ਮੈਨੂੰ ਮੈਂ ਇੱਥੇ ਆ ਗਿਆ ਸੀ ਜਿੱਥੇ ਤੁਸੀਂ ਖੜ੍ਹੇ ਹੋਣਾ ਨਾ ਇੱਥੇ ਆ ਗਿਆ ਸੀਗਾ ਮੈਂ ਤਾਂ ਦੇਬੂ ਇੱਥੇ ਸੀਗਾ ਤਾਂ ਫਿਰ ਇੱਥੋਂ ਨਾ ਉਹਨਾਂ ਨੇ ਫੈਰ ਏਦਾਂ ਮੂੰਹ ਸੀਗਾ ਜੋ ਮੈਨੂੰ ਉਹਨਾਂ ਦਾ ਫੇਸ ਚੇਤੇ ਆ ਜਿਹੜੀ ਡਾਇਰੈਕਸ਼ਨ ਸੀ ਉਹਨਾਂ ਜਿਹੜੀ ਡਾਇਰੈਕਸ਼ਨ ਸੀ ਤੇ ਤਾਂ ਉਹਨੂੰ ਫੈਰ ਕੀਤੇ ਮਤਲਬ ਕੋਈ ਜੇ ਨਾਰੇ ਲਾਉਂਦੇ ਤਾਂ ਉਹ ਵੱਖਰੇ ਸੁਣ ਪੈਣੇ ਸੀ ਜਿੱਦਾਂ ਆਪਾਂ ਮੱਘਾਂ ਮਾਰੀ ਦਾ ਜਾਂ ਤਾਂ ਲੋਕਾਂ ਨੂੰ 2 ਕਿਲੋਮੀਟਰ ਸੁਣੇ ਮੈਨੂੰ ਕੋਈ 2 ਸਕਿੰਟ ਹੁਣ ਆਹ ਗੋਲੀਆਂ ਜੇ ਸਾਹਮਣੇ ਮਾਰਨੀਆਂ 10 ਗੋਲੀਆਂ ਮਾਰਨ ਨੂੰ 10 ਸਕਿੰਟ 10 ਗੋਲੀਆਂ ਮਾਰਨ ਨੂੰ 10 ਸਕਿੰਟ 20 ਸਕਿੰਟ ਹੋਏ 30 ਸਕਿੰਟ 10 ਸਕਿੰਟ ਸਾਡੇ ਡੈਡੀ ਦੇ ਰੱਖ ਲਓ 30 ਸਕਿੰਟ ਦਾ ਕੰਮ ਸੀ ਮਤਲਬ 30 ਸਕਿੰਟ ਦੇ ਵਿੱਚ ਤੁਸੀਂ ਕੀ ਸੋਚੋਗੇ ਅਤੇ ਕੀ ਕਰ ਲਓਗੇ ਕੁਛ ਨਹੀਂ ਉਹ ਸਿਰਫ ਜਿਹੜਾ ਫਾਇਰ ਵੀ ਸੀ ਉਹ ਲੋਕਾਂ ਨੂੰ ਭਜਾਉਣ ਦੇ ਲਈ ਸੀ ਵੀ ਲੋਕ ਲੱਗੇ ਨਾ ਸਾਡੇ ਆ ਜਾਣ ਉਹੀ ਮੈਂ ਕਹਿੰਦਾ ਜਨ ਬੰਦਾ ਮਰ ਜਾਂਦਾ ਹੈਪਨ ਕਰਦਾ ਕਿ ਕੋਈ ਸਾਨੂੰ ਪੈ ਨਾ ਜਾਵੇ ਪਬਲਿਕ ਦਾ ਪਤਾ ਨਹੀਂ ਨਾ ਇਕੱਠੇ ਹੋ ਕੇ ਪੈ ਜਾਣਾ ਇਹ ਵੀ ਹੋ ਜਾਂਦਾ ਤੇ ਉਹ ਕਰਕੇ ਤਾਂ ਫਿਰ ਅੱਛਾ ਜਦੋਂ ਉਹ ਇੱਥੇ 2 ਜਣ ਤਾਂ ਮੈਂ ਬੈਠੇ ਦੇਖੇ ਇੱਕਿਆਂ ਚਲਾਉਣ ਵਾਲਾ ਤੇ ਦੂਜਾ ਬੈਠੇ ਉਹ ਤੀਜੇ ਦਾ ਗੱਲ ਕੀ ਹੋ ਗਈ ਜਿਹੜਾ ਦੇਬੂ ਸੀਗਾ ਦੇਬੂ ਇੱਥੇ ਖੜਾ ਸੀ ਤੁਹਾਨੂੰ ਦੱਸਾਂ ਮੈਂ ਇੱਥੇ ਲੁਕਿਆ ਸੀ ਸਾਹਮਣੇ ਗੋਲੀਆਂ ਚੱਲਦੀਆਂ 20-30 ਸਕਿੰਟ ਦੇ ਵਿੱਚ ਤਾਂ ਕੋਈ ਸੋਚ ਨਹੀਂ ਹੁੰਦੀ ਬੰਦੇ ਦੀ 30 ਸਕਿੰਟ 'ਚ ਉਹ ਇੱਥੇ ਖੜਾ ਸੀ ਢੋਲਕੀ ਨਿਗਾਹ 'ਚੋਂ ਲਾਈ ਗੱਲ 'ਚ ਪਾ ਕੇ ਲੈ ਕੇ ਚੱਲਿਆ ਜਾਂ ਤਾਂ ਹਾਰਮੋਨੀਅਮ ਨਾਲ ਚੱਕਣਾ ਹੋਣਾ ਕੋਈ ਚੀਜ਼ ਚੱਕਣੀ ਹੋਣੀ ਹੋਰ ਢੋਲਕ ਵਜਾਉਂਦਾ ਸੀਗਾ ਢੋਲਕ ਵਜਾਉਂਦਾ ਸੀ ਇੱਥੇ ਖੜਾ ਸੀ ਇੱਥੇ ਖੜਾ ਜਦੋਂ ਦੇਖੇ ਉਹਦੇ ਭਾਣੇ ਖੜੇ ਵੀ ਮੇਰਿਆਂ ਨੂੰ ਆਉਣ ਲੱਗੇ ਆ ਉਹ ਚੱਲ ਜਾਣਾ ਸੀ ਉਹਨੀ ਜੇ ਉਹ ਬੰਦਾ ਇੱਥੇ ਵੀ ਖੜਾ ਰਹਿੰਦਾ ਤਾਂ ਵੀ ਚੱਲ ਜਾਣਾ ਸੀ ਜਾਂ ਤਾਕੀ ਖੋਲ ਕੇ ਉਹਲਾ ਹੀ ਕਰ ਲੈਂਦਾ ਦਿਮਾਗ ਨਹੀਂ ਕੰਮ ਕਰਦਾ ਉਦੋਂ ਉਹ ਬੰਦਾ ਆਹਦਾ ਘੋਚਲਦਾ ਇੱਥੇ ਆੜ ਹੁਣ ਤੋਂ ਭਰੇ ਚੱਲ ਗਈ ਆ ਅੱਗੇ ਇੱਥੇ ਕੀ ਹੁੰਦੀ ਸੀ ਲੱਗੇ ਸੀ ਉਹ ਘੋਚਲਦਾ ਇੱਥੇ ਆ ਗਿਆ ਉਹਦੇ ਪੈਰ ਹਨਾ ਆੜ ਦੇ ਵਿੱਚ ਇਦਾਂ ਇੱਦਾਂ ਇੱਦਾਂ ਕਰਦਾ ਆਹਦੇ ਰੋਡ ਤੋਂ ਹੀ ਇੱਦਾਂ ਡੱਪਿਆ ਜਦੋਂ ਐਂ ਹੋਇਆ ਉਹਨੇ ਉੱਥੇ ਤਿੰਨ ਗੋਲੀਆਂ ਮਾਰਤੀਆਂ ਇੱਥੇ ਵਿਚਾਰਾ ਕਿੰਨਾ ਚਿਰ ਹੋ ਇੱਦਾਂ ਇਕੱਠਾ ਹੋਇਆ ਇੱਧਰ ਸੈਰ ਸੀ ਉਹਦਾ ਇੱਧਰ ਸੈਰ ਸੀ ਇੱਥੇ ਲੱਤਾਂ ਸੀਗੀਆਂ ਕਿੰਨਾ ਚਿਰ ਇੱਕੋ ਚੱਲਦਾ ਰਿਹਾ ਇੱਥੇ ਲੜਦਾ ਰਿਹਾ ਵਿਚਾਰਾ ਠੀਕ ਨਹੀਂ ਤੇ ਬਹੁਤ ਚਿਰ ਉਹ ਤਾਂ ਬੁੜੀਆਂ ਨੇ ਪਾਣੀ ਪਲਾ ਕੇ ਅੰਦਰ ਕਿਤੇ ਖੂਨ ਸੀਗਾ ਉਹ ਠੰਡਾ ਹੋ ਕੇ ਜੰਮ ਕੇ ਤਾਂ ਫੇਰ ਮੌਤ ਹੋਈ ਪਾਣੀ ਪਲਾਉਣ ਨਹੀਂ ਮੌਤ ਹੋ ਗਈ ਕਾਫੀ ਦੇਰ ਤੱਕ ਰਿਹਾ ਫੇਰ ਚੱਕਣਾ ਤਾਂ ਕਿਸੇ ਨੇ ਵੀ ਨਹੀਂ ਸੀ ਬਾਕੀ ਗੱਲਾਂ ਬਾਤਾਂ ਕਈ ਵਾਰੀ ਕਰਦੇ ਲੋਕ ਕਹਿ ਦਿੰਦੇ ਆ ਜੀ ਬਣਾ ਗਿਆ ਸਿੱਧੇ ਹੋ ਜਾਓ ਮੰਗੇ ਗੱਲਾਂ ਫਿਰ ਲੰਬੀਆਂ ਚੌੜੀਆਂ ਹੋਣੀਆਂ ਹੋਰ ਲੋਕ ਕਹਿੰਦੇ ਆ ਵੀ ਚੱਕ ਲੈਂਦੇ ਉਹਨਾਂ ਨੂੰ ਜਾਂ ਚੱਕ ਕੇ ਲੈ ਜਾਂਦੇ ਬਚਣ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ ਕਿਉਂਕਿ ਬਹੁਤ ਗੋਲੀਆਂ ਤਾਂ ਹੋਈ ਸੀ ਨਾ ਕਿਸੇ ਦੇ 2 ਵੀ ਲੱਗ ਜਾਣ ਕਦੀ ਕੋਈ ਇਦਾਂ ਤਾਂ ਸੁਣਿਆ ਨਹੀਂ ਵੀ ਬਚ ਗਿਆ ਕਿਉਂਕਿ ਇੱਕ ਤਾਂ ਮਾਰੀਆਂ ਤੁਸੀਂ ਸੋਚ ਕੇ ਹੁੰਦੀ ਵੀ ਬੰਦਾ ਮਾਰਨਾ ਪ੍ਰੋਗਰਾਮ ਇਦਾਂ ਦੇ ਬਣੇ ਹੁੰਦੇ ਆ ਤੇ ਉਹਨਾਂ ਨੂੰ ਬਚਾ ਤਾਂ ਕੋਈ ਬਾਕੀ ਜਿਹੜੀ ਪਰਮਾਤਮਾ ਨੇ ਲਿਖੀ ਉਮਰ ਤਾਂ ਉਨੀ ਰਹਿਣੀ ਹੈ ਜੇ ਮੈਂ ਸਹੀ ਗੱਲ ਹੈ ਮੈਂ ਸਾਰਿਆਂ ਨੂੰ ਕਹਿੰਦਾ ਹੁੰਦਾ ਵੀ ਗੁੱਸਾ ਗਿਲਾ ਨਾ ਕਰਿਆ ਕਰੋ ਹਾਂ ਲੋਕਾਂ ਦੀ ਲੋਕਾਂ ਲਈ ਗਾਇਆ ਉਹਨਾਂ ਨੇ ਲੋਕਾਂ ਲਈ ਜੀਂਦੇ ਰਹੇ ਆ ਲੋਕਾਂ ਲਈ ਜ਼ੋਰ ਲਾਇਆ ਲੋਕ ਸੁਣਦੇ ਸੀ ਉਹਨਾਂ ਨੂੰ ਲੋਕ ਸੁਣਦੇ ਸੀ ਜੇ ਕਹਿ ਦੋ ਆਪਣੇ ਲਈ ਗਾਇਆ ਉਂਝ ਹੀ ਕਹਿੰਦੇ ਗਾਣੇ ਗਾਤੇ ਉਹਨੇ ਲੋਕਾਂ ਲਈ ਜੋ ਕੀਤਾ ਲੋਕਾਂ ਨੇ ਜੋ ਕਿਹਾ ਉਹੀ ਲੋਕ ਜੋ ਕਬੂਲ ਕਰਦੇ ਉਹੀ ਜੋ ਗਾਇਆ ਹੁਣ ਪੱਦੀ ਦੀ ਮੈਂ ਵੀਡੀਓ ਪਾਈਆਂ ਵੀ ਆ ਤੇ ਉਹਦੇ ਵਿੱਚ ਤੁਹਾਨੂੰ ਹਾਲੇ ਤਾਂ ਚੱਲ ਦੇਖਣ ਨੂੰ ਮੈਂ ਦੱਸੂਗਾ ਕਿਤੇ ਕਿੱਦਾਂ ਆ ਇੱਧਰ ਹੀ ਲੰਘ ਲੈਂਦੇ ਫਿਰ ਉਹਦੇ ਵਿੱਚ ਹੈ ਨਾ ਇੱਕ ਤਾਂ ਗਾਣੇ ਦਾ ਕਲੀਅਰ ਕਰ ਦਵਾਂ ਮੈਂ ਉਹ ਵੀਡੀਓ ਤੁਹਾਨੂੰ ਸ਼ਾਰਟ ਪਾਉਂਗਾ ਤੁਸੀਂ ਵੀ ਪਾਇਓ ਉਹਨੂੰ ਅੱਧੇ ਘੰਟੇ ਦਾ ਗਾਣਾ ਜਿਹੜਾ 87 ਦੇ ਵਿੱਚ 87 ਦੇ ਵਿੱਚ ਸਾਡਾ ਪੱਦੀ ਵਾਲਾ ਪ੍ਰੋਗਰਾਮ ਸੀ ਅਰਸ਼ੀ ਘੜਾ ਵਜਾਉਂਦਾ ਅਰਸ਼ੀ ਨੇ ਵੀ ਹੁਣ ਵੀਡੀਓ ਦੇਖ ਲਈ ਹੋਣੀ ਉਹਦੀ ਗੱਲ ਮੈਂ ਅੱਗੇ ਦੱਸੀ ਸੀ ਵੀ ਉਹਨੂੰ ਚੱਕ ਲਿਆ ਜੀ ਜਿੱਦਾਂ ਉਹ ਗੱਲਾਂ ਬਾਤਾਂ ਹੋਈਆਂ ਤੇ ਦੁਬਈ ਤੋਂ ਬਹਿਰੀਨ ਤੋਂ ਆ ਕੇ ਪ੍ਰੋਗਰਾਮ ਲਾਇਆ ਸੀ ਆ ਕੇ 87 ਦੇ ਵਿੱਚ 9ਵੇਂ ਮਹੀਨੇ ਤੋਂ ਪਹਿਲਾਂ ਦਾ ਉਦੋਂ ਆ ਕੇ ਅਸੀਂ ਸਿਖਰ ਦਪਿੰਦੇ ਨਹਾਉਂਦੀ ਜਿਹੜੀ ਆ ਸਿਫਾਰਸ਼ ਕੀਤੀ ਸੀ ਉਹਨਾਂ ਨੂੰ ਮੈਂ ਸਾਨੂੰ ਜ਼ਰੂਰ ਉਹ ਕਾਹਦੇ ਸੁਣਿਆ ਸੀ ਉਹ ਜਿੱਥੇ ਗਾਣਾ ਗਾਉਂਦੇ ਸੀ ਅੱਧਾ ਘੰਟਾ ਲੱਗ ਜਾਂਦਾ ਸੀ ਕਿਉਂਕਿ ਉਹ ਸਟੋਰੀ ਸੀ ਇੱਕ ਸਟੋਰੀ ਸੀ ਸਟੋਰੀ ਸੁਣਾਉਂਦਿਆਂ ਨੂੰ ਬਣਾਉਂਦਿਆਂ ਨੂੰ ਉਹਨਾਂ ਨੂੰ ਘੰਟਾ ਲੱਗ ਜਾਂਦਾ ਸੀ ਪਿੱਛੇ ਪਾਸੇ ਚੱਲ ਜਾ ਭਾਵੇਂ ਪਿੱਛੇ ਉਹ ਸਟੋਰੀ ਬਣਾਉਂਦਿਆਂ ਨੂੰ ਘੰਟਾ ਲੱਗ ਜਾਂਦਾ ਸੀ ਹਾਸਾ ਬਹੁਤ ਪੈਂਦਾ ਹੁੰਦਾ ਸੀ ਅੱਟੇ
ਉੱਥੇ ਸਿਖਰ ਤੇ ਪੈਂਦੇ ਨੂੰ ਅਸੀਂ ਸ਼ੁਰੂ ਕਰ ਲਿਆ ਅੱਧਾ ਪੌਣਾ ਘੰਟਾ ਲੰਘ ਗਿਆ ਜੀ ਗਾਣਾ ਹੀ ਨਹੀਂ ਮੁੱਕਾ ਇਹ ਲੋਕ ਹੱਸੀ ਜਾਣ ਉਹ ਫਿਰ ਟੱਪਾ ਗਾ ਕਰਨ ਫਿਰ ਹੱਸ ਪਿਆ ਕਰਨ ਜਾਣ ਕੇ ਦਸ ਦਸ ਮਿੰਟ ਲੋਕ ਹੱਸੀ ਜਾਂਦੇ ਸੀ ਉਹ ਤਾਂ ਅਸੀਂ ਵੀ ਸਿਫਾਰਿਸ਼ ਕੀਤੀ ਸੀ ਅਸੀਂ ਉਹ ਖੜਾ ਦੇਖੇ ਸੀ ਅਸੀਂ ਕਿਹਾ ਅਸੀਂ ਵੀ ਇੱਥੇ ਸੁਣਨੇ ਵੀ ਇੱਥੇ ਵੀ ਸ਼ੁਕਰ ਪਾਣੀ ਲਾਉਂਦੇ ਹਾਂ ਕਿਉਂਕਿ ਜਦੋਂ ਸ਼ਰਾਬ ਪੀਤੀ ਹੁੰਦੀ ਮੀਟ ਖਾਧਾ ਹੁੰਦਾ ਲੋਕਾਂ ਦੀਆਂ ਸਿਫਾਰਿਸ਼ਾਂ ਕੀ ਹੁੰਦੀਆਂ ਤੁਹਾਡੇ ਕੋਲ ਸਾਰੇ ਗਾਣੇ ਧਾਰਮਿਕ ਕਲੀਆਂ ਸੁਣੀ ਨਹੀਂ ਜਾਣੀਆਂ ਉਹਨੇ ਤਾਂ ਗਾਣੇ ਸੁਣਨਾ ਔਰ ਸੁਣਨਾ ਵੀ ਫਨ ਵਾਲੇ ਹੁੰਦਾ ਹਾਂਜੀ ਹੁਣ ਗਾਣੇ ਤਾਂ ਇਹਨਾਂ ਦੇ ਹਾਸੇ ਖੇਡੇ ਸੀਗੇ ਹਾਸੇ ਖੇਡੇ ਗਾਲਾਂ ਤਾਂ ਕੱਢਦੇ ਨਹੀਂ ਸੀ ਮਾਂ ਭੈਣ ਦੀਆਂ ਛੜੇ ਜੇਠ ਦੀ ਗਾਣੇ ਦੀ ਜਿਹੜਾ ਮੈਂ ਕਹਿੰਦਾ ਗਾਲ ਤਾਂ ਨਹੀਂ ਕੱਢੀ ਹੁਣ ਤਾਂ ਲੋਕਾਂ 'ਚ ਉਹ ਮਾਂ ਦੀ ਉਹ ਗਾਣਾ ਗਾਲ ਗਾਲ ਗਾਲਾਂ ਵੀ ਹੈਗੀਆਂ ਕਈਆਂ 'ਚ ਭੈਣ ਦੀਆਂ ਮਾਂ ਦੀਆਂ ਉਹ ਗਾਲ ਨਹੀਂ ਸੀ ਕੱਢਦੇ ਕਿਸੇ ਗਾਣੇ 'ਚ ਵੀ ਸਿਰਫ ਇੱਕ ਪਰਿਵਾਰਕ ਸਟੋਰੀ ਆਪਾਂ ਪਰਿਵਾਰਕ ਕਿੰਨੀਆਂ ਮੈਂ ਸ਼ਬਦ ਮੈਨੂੰ ਲੱਗਦਾ ਤੁਹਾਨੂੰ ਉੱਦਾਂ ਦੇ ਕਹਿ ਦਿੰਦਾ ਜਾਂ ਬੋਲ ਦਿੰਦਾ ਜਾਂ ਆਪਾਂ ਘਰ ਵੀ ਇੱਦਾਂ ਦੇ ਕਹਿ ਲਿਆ ਵੀ ਮਤਲਬ ਉਹ ਗੁੱਸਾ ਕਰਨ ਵਾਲੇ ਸ਼ਬਦ ਨਹੀਂ ਹੁੰਦੇ ਉਹ ਹੱਸਣ ਵਾਲੇ ਹੁੰਦੇ ਆ ਬਿਲਕੁਲ ਬਿਲਕੁਲ ਤੇ ਵਿਆਹਾਂ ਦੇ ਵਿੱਚ ਲੋਕ ਸੱਦਦੇ ਤਾਂ ਸੀ ਉਹਨਾਂ ਦਾ ਫਨ ਹੁੰਦਾ ਸੀ ਤੇ ਉਹਨਾਂ ਨੇ ਤਾਂ ਉਹ ਵੀ ਤੁਹਾਨੂੰ ਮਨਾ ਕਰਤਾ ਸੀ ਗਾਉਣਾ ਹੈ ਨਾ ਤੁਹਾਨੂੰ ਉਹ ਸਿਖਰ ਦੁਪਹਿਰੇ ਨਹਾਉਂਦੀ ਦੀ ਗੱਲ ਆ ਗਈ ਸਿਖਰ ਦੁਪਹਿਰੇ ਨਹਾਉਂਦੀ ਅਸੀਂ ਕਹਿ ਤਾਂ ਵੀ ਗਾਓ ਉਹ ਮੇਰੇ ਕੋਲ ਵੀਡੀਓ ਬਣੀ ਪਈ ਆ ਹਲੇ ਜੇ ਨਾ ਸਬੂਤ ਹੁੰਦਾ ਲੋਕਾਂ ਨੇ ਕਹਿਣਾ ਸੀ ਇਹ ਗੱਪਾਂ ਮਾਰਦਾ ਮੈਂ ਗੱਪਾਂ ਨਹੀਂ ਮਾਰਦਾ ਮੈਂ ਪ੍ਰੂਫ ਦਊਂਗਾ ਮੈਂ ਪਾਜੂ ਵੀ ਆ ਤੇ ਤੁਹਾਨੂੰ ਉਹ ਪੀਸ ਕੱਢ ਕੇ ਦੇ ਦੇਣਾ ਤੁਸੀਂ ਵੀ ਪਾ ਦੇਣੀ ਆ ਤੇ ਤੁਹਾਨੂੰ ਮੈਂ ਸੁਣਾ ਵੀ ਦਿੱਤਾ ਉਹ ਕਹਿੰਦੇ ਵੀ ਸਿਖਰ ਦੁਪਹਿਰੇ ਨਹਾਉਂਦੀ ਓ ਹੋ 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 ਇਹ ਗਾਣਾ ਨਹੀਂ ਗਾਉਣਾ ਇਹ ਮੈਨੂੰ ਮਨਾ ਕੀਤਾ ਆ ਇਹ ਵੀ ਕਹਿਤਾ ਮਨਾ ਕੀਤਾ ਇਹ ਆਉਂਦਾ ਹੀ ਨਹੀਂ ਮੈਨੂੰ ਇਹ ਵੀ ਕਹਿਤਾ ਵੀ ਮੈਂ ਮੈਨੂੰ ਮਨਾ ਕੀਤਾ ਆ ਇਹ ਨਹੀਂ ਮੈਨੂੰ ਆਉਂਦਾ ਕੋਈ ਹੋਰ ਸੁਣ ਲਓ ਇਹ ਬੰਦ ਕਰਤਾ ਮੈਂ ਲੋਕ ਡਿਮਾਂਡ ਕਰਦੇ ਸੀ ਪੰਜ ਗਾਣੇ ਜਿਹੜੇ ਸੀ ਉਹ ਫਿਰ ਉਹਨੇ ਪਿੱਛੇ ਬੈਠ ਕੇ ਸਾਨੂੰ ਦੱਸਿਆ ਸੀ ਵੀ ਇਹ ਪੰਜ ਗਾਣੇ ਨਹੀਂ ਗਾਉਣੇ ਜਿਹੜੇ ਉਹਨਾਂ ਨੇ ਮੈਨੂੰ ਕਹਿਤੇ ਮੈਂ ਨਹੀਂ ਗਾਉਣੇ ਮੈਂ ਉਸ ਗੱਲ ਤੇ ਅੜਿਆ ਆ ਇਹ ਗੱਲ ਮਰਨ ਤੋਂ 6 ਮਹੀਨੇ ਪਹਿਲਾਂ ਦੀ ਹੈ ਜੀ ਜਮਨ ਜੀ ਜੇ 6 ਮਹੀਨੇ ਪਹਿਲਾਂ ਉਹਨਾਂ ਨੇ ਸਾਨੂੰ ਨਹੀਂ ਸੁਣਾਇਆ ਤਾਂ ਹੋਰ ਕਿਤੇ ਫਿਰ ਸੁਣਾਉਂਦੇ ਹੋਗੇ ਸਹੀ ਗੱਲ ਤੇ ਉਹ ਤੋਂ ਬਾਅਦ 2 ਤਰੀਕ ਦਾ ਖੜਾ ਹੈ ਉਹ 'ਚ ਦੇਖ ਲਿਓ ਕੋਈ ਗਾਣਾ ਵੀ ਇਹਨਾਂ 'ਚ ਹੋਇਆ ਨਹੀਂ ਉਹ ਵੀ ਸਾਰਾ ਪਾਉਣਾ ਉਹ ਵੀ ਤੁਹਾਡੇ ਕੋਲ ਪੂਰਾ ਹੈਗਾ ਮੇਰੇ ਕੋਲੇ ਪਿਆ 2 ਮਾਰਚ ਦਾ ਉਹ 2 ਮਾਰਚ ਦਾ ਖੜਾ ਪਿਆ ਮਾਧੋਪੁਰ ਦਾ ਆ ਜਲੰਧਰ ਦਾ ਅੱਜ ਤੁਹਾਨੂੰ ਅੱਜ ਦੱਸਣ ਲੱਗਾ ਤੁਸੀਂ ਐਂ ਕਰਕੇ ਅੱਗੇ ਮੈਂ ਪਰਦਾ ਰੱਖ ਲਿਆ ਪਿਛਲੀ ਵਾਰੀ ਜੀਵਨ ਜੀ ਦੱਸਿਆ ਜੀ ਮਾਧੋਪੁਰ ਦਾ ਜਲੰਧਰ ਦੇ ਲਾਗੇ ਲਵਲੀ ਦੇ ਲਾਗੇ ਮਾਧੋਪੁਰ ਪਰਲੇ ਹੱਥ ਜਿੱਥੇ ਸਾਡਾ ਰੋਜੀ ਲਵਲੀ ਯੂਨੀਵਰਸਿਟੀ ਉਹਦੇ ਪਰਲੇ ਪਾਸੇ ਮਾਧੋਪੁਰ ਪਿੰਡ ਆ ਉੱਥੇ ਦਾ ਅਖਾੜਾ ਆ ਜੀ ਉਹਦੇ ਵਿੱਚ ਮੈਂ ਕਿਤੇ ਵੀ ਅੱਗੇ ਵੀ ਦੱਸਿਆ ਵੀ ਮੈਂ ਇੱਕ ਵੀ ਕੱਟ ਹੈ ਨਹੀਂ ਕਿਉਂ ਇਹ ਸਟੇਜ ਤੇ ਚੜ ਗਿਆ ਗਾਉਂਦੇ ਲਗਾਤਾਰ ਬਣੀ ਲੋਕਾਂ ਦੀ ਵੀ ਫਿਲਮ ਬਣੀ ਆ ਲਗਾਤਾਰ ਪੂਰੇ ਖੜੇ ਦੀ ਫਿਲਮ ਆ ਕਿਤੇ ਵੀ ਨਹੀਂ ਕੱਟੀ ਚਾਹੇ ਉਹ ਗੱਲਾਂ ਕਰਦੇ ਚਾਹੇ ਖੜੇ ਹੀ ਆ ਕਿੰਨੇ ਟਾਈਮ ਦਾ ਉਹ ਪੂਰਾ ਹੀ ਇਹਨਾਂ ਦਾ 2.5 ਘੰਟੇ ਦਾ ਹੈਗਾ 2.5 ਘੰਟੇ ਉਹ ਲਗਾਤਾਰ ਜਿਵੇਂ 3 ਉਹਦੇ 4 ਪਾਰਟ ਪਾਏ ਸੀ ਮੈਨੂੰ ਲੱਗਦੇ ਅੱਗੇ 4 ਪਾਰਟ ਪਾਏ ਸੀ ਪਰ ਟ੍ਰੈਕਿੰਗ ਰੱਖੀ ਸੀ ਕਿਉਂਕਿ ਉਹ ਮੇਰਾ ਖੜਾ ਤੇ ਚੱਕ ਲੈਂਦੇ ਲੋਕ ਚੱਕ ਲੈਂਦੇ ਚੋਰੀ ਕਰਦੇ ਹੁਣ ਚੱਕਣੋਂ ਹਟ ਜਾਣਾ ਹੁਣ ਕਰਕੇ ਹੁਣ ਮੈਂ ਵੀ ਪਤਾ ਲੱਗ ਜਾਣਾ ਬਹੁਤ ਕੁਛ ਹਾਂਜੀ ਤੇ ਤਾਂ ਕਰਕੇ ਉਹ ਖਾੜੇ ਦੇ ਵਿੱਚ ਫਿਰ ਫੌਜ ਲੱਗੀ ਕਹਿੰਦੇ ਹੁੰਦੇ ਜੀ ਮੈਂ ਇੱਕ ਪੁਲਿਸ ਵਾਲਾ ਵੀ ਨਹੀਂ ਦੇਖਿਆ ਉੱਥੇ 2 ਤਰੀਕ ਦੇ ਖਾੜੇ 'ਚ ਫੌਜ ਨਹੀਂ ਲੱਗੀ ਤਾਂ ਫਿਰ 6 ਵਾਲੇ 'ਚ ਲੱਗ ਗਈ 4 ਵਾਲੇ 'ਚ ਲੱਗ ਗਈ ਜਾਂ 8 ਵਾਲੇ 'ਚ ਜੇ 6 ਵਾਲੇ 'ਚ ਲੱਗੀ ਤਾਂ 8 ਵਾਲੇ 'ਚ ਵੀ ਲੱਗਣੀ ਸੀ 8 ਵਾਲੀ ਤਾਂ ਪੁਲਿਸ ਦਾ ਕੋਈ ਨੌ ਨਿਸ਼ਾਨ ਵੀ ਹੈ ਨਹੀਂ ਜੀ ਇੱਥੇ ਨਾ ਪੁਲਿਸ ਦਾ ਨਾ ਕੋਈ ਪਹਿਰੇਦਾਰ ਨਾ ਕੋਈ ਡੰਡਾ ਸੁੱਟਾ ਤੁਹਾਡੇ ਡੈਡੀ ਦੇ ਨਾਲੇ ਸੀਗਾ ਉਹਦੇ ਨਾਲ ਵੀ ਕੋਈ ਡੰਡੇ ਵਾਲਾ ਹੈ ਨਹੀਂ ਸੀ ਵੀ ਡੰਡਾ ਮਾਰਨਾ ਗੱਲ ਵਿਚਾਰੇ ਕੋਲ ਤੁੰਬੀ ਫੜੀ ਜਿਹਨੂੰ ਕਹਿੰਦੇ ਸੀ ਪਿਸਤੌਲ ਲਈ ਫਿਰਦਾ ਇੱਕ ਤੁੰਬੀ ਪਿਸਤੌਲ ਹੀ ਸੀ ਉਹ ਵੀ ਕੋਈ ਲੈ ਗਿਆ ਪਤਾ ਨਹੀਂ ਕਿਹਦੇ ਕੋਲ ਜਿਹਦੇ ਕੋਲ ਤੁੰਬੀ ਹੈਗੀ ਵੀਰ ਜੀ ਉਹ ਵੀ ਜ਼ਰੂਰ ਦੱਸ ਦਿਓ ਮਹਾਰਾਜ ਜਿੱਦਾਂ ਮੈਂ ਸਾਰੀਆਂ ਗੱਲਾਂ ਦੱਸਦਾ ਮੈਂ ਵੀਡੀਓ ਚੱਕ ਕੇ ਤੁੰਬੀ ਦੀ ਫੋਟੋ ਵੀ ਪਾ ਦਿਓ ਕਿਤੇ ਵੀ ਆ ਹੈ ਹੋਣੀ ਤਾਂ ਕਲਾਕਾਰ ਕੋਈ ਹੈ ਕਿਸੇ ਕੋਲ ਕਿਸੇ ਨਾ ਕਿਸੇ ਕੋਲ ਹੋਊ ਨਹੀਂ ਜਿੱਦਾਂ ਜਿਹੜੇ ਟਰਾਲੀ 'ਚ ਲਗਾਏ ਜਾਂਦੇ ਕਾਰ ਦੇ ਵਿੱਚ ਸਾਰਾ ਸਮਾਨ ਜਿਹੜਾ ਉਹਨਾਂ ਦਾ ਚੋਰੀ ਕੋਈ ਨਹੀਂ ਹੋਇਆ ਸੀ ਇਹ ਵੀ ਗੱਲ ਸਾਨੂੰ ਦੱਸਦੀ ਹੈ ਸਾਰਾ ਕਾਰ ਦੇ ਡਰਾਈਵਰ ਨੂੰ ਪੁਲਿਸ ਵਾਲਿਆਂ ਨੇ ਸਾਡੇ ਸਾਹਮਣੇ ਸਾਰਾ ਸੌਂਪ ਦਿੱਤਾ ਸੀ ਸਾਰਾ ਸਮਾਨ ਮੁੰਦੀਆਂ ਤੱਕ ਲਾ ਕੇ ਸੋਨਾ ਤੁੰਬੀ ਵੀ ਇਦਾਂ ਨਹੀਂ ਕੋਈ ਹੋ ਸਕਦਾ ਮੇਰੇ ਵਰਗਾ ਮੂੰਹ ਚੱਕ ਕੇ ਮੈਂ ਨਾ ਲਿਆ ਗਿਆ ਮੈਂ ਇੰਨਾ ਕਰੀਬੀ ਸੀ ਕਿਸੇ ਨੇ ਕੋਈ ਚੀਜ਼ ਨਹੀਂ ਚੱਕੀ ਹੋਣੀ ਡਰਦੇ ਬਹੁਤ ਸੀ ਲੋਕ ਉਹ ਕਿਸੇ ਕਲਾਕਾਰ ਕੋਈ ਹੋਣੀ ਜਿਹੜੇ ਨਾਲ ਦੇ ਸਕੇ ਉਹਨਾਂ ਕੋਲ ਕਿਸੇ ਕੋ ਹੋਣੀ ਆ ਉਹਦੀ ਫੋਟੋ ਪਾ ਕੇ ਉਹਨੂੰ ਦਿਖਾਓ ਜ਼ਰੂਰ ਕੋਈ ਗੱਲ ਨਹੀਂ ਕਿਸੇ ਨੇ ਮੰਗਣੀ ਕਿਸੇ ਨੇ ਖੋਣੀ ਉਹਨਾਂ ਦੀ ਯਾਦ ਆ ਮੇਰੀਆਂ ਫਿਲਮਾਂ ਨਹੀਂ ਖੋਂਦਾ ਮੇਰੀਆਂ ਕੋਈ ਗਾਣੇ ਨਹੀਂ ਖੋਂਦਾ ਮੈਂ ਆਪ ਜਿਹਨੂੰ ਦੇਣੇ ਦੇ ਦੇਣੇ ਖੋਣੀ ਥੋੜੀ ਕਿਸੇ ਨੇ ਬਿਲਕੁਲ ਬਿਲਕੁਲ ਕਿਸੇ ਦੀ ਇਦਾਂ ਚੀਜ਼ ਨਹੀਂ ਖੋਂਦਾ ਹੁੰਦਾ ਦਿਖਾਇਆ ਕਰੋ ਜ਼ਰੂਰ ਮੇਰੇ ਕੋ ਹੁੰਦੀ ਮੈਂ ਹੁਣ ਚੱਕ ਕੇ ਅੱਜ ਫਿਲਮ ਬਣਾ ਕੇ ਦਿਖਾਲਣੀ ਸੀ ਵਜਾ ਕੇ ਵੀ ਦਿਖਾ ਦੇਣੀ ਸੀ ਥੋੜੀ ਜੀ ਅੱਛਾ ਇਦਾਂ ਦੀਆਂ ਗੱਲਾਂ ਬਾਤਾਂ ਜੀ ਫਿਰ ਇਹ ਹੈਗੀਆਂ ਆ ਇਹਨਾਂ ਦਾ ਸਗਾ ਹਿਸਾਬ ਕਿਤਾਬ ਇਹਨਾਂ ਦਾ ਖੂਨ ਜਿਹੜਾ ਮਾਂ ਪੇ ਦਾ ਤੇਰੇ ਦਾ ਇੱਥੇ ਇਸ ਧਰਤੀ ਤੇ ਡੁੱਲਿਆ ਆ ਲੋਕ ਮੱਥਾ ਵੀ ਟੇਕਦੇ ਆ ਕੇ ਇੱਥੇ ਐ ਨਮਸਕਾਰ ਕਰਦੇ ਆ ਬੜੀ ਪੂਜਾ ਕਰਦੇ ਬੜੇ ਐਸਾ ਸ਼ਰਾਪ ਲੱਗਿਆ ਜਗ੍ਹਾ ਉੱਥੇ ਦੀ ਉੱਥੇ ਹੀ ਆ ਜਗ੍ਹਾ ਉੱਥੇ ਦੀ ਉਹ ਚ 12 ਵੀ ਜਿੱਤੇ ਵੀ ਸਾਰਾ ਅੱਛਾ ਜਦੋਂ ਮੈਂ ਆਇਆ ਜੈਮਨ ਇੱਦਾਂ ਨਾ ਮੈਂ ਇੱਥੇ ਆ ਗਿਆ ਸੀ ਪਹਿਲਾਂ ਇੱਥੇ ਖੜਾ ਕੀਤਾ ਉਹ ਇੱਥੇ ਖੜੇ ਸੀ ਅੱਛਾ ਜੀ ਇਹ ਇੱਕ ਬੰਦਾ ਦੀਪਾ ਕਿੱਥੇ ਬੈਠਾ ਰਿਹਾ ਇੱਕ ਬੰਦਾ ਲੋਈ ਵਾਲਾ ਇੱਥੇ ਖੜਾ ਸੀਗਾ ਇੱਕ ਬੰਦਾ ਇੱਥੇ ਖੜਾ ਸੀਗਾ ਉਹ ਇੱਥੇ ਸੀਗਾ ਸਕੂਟਰ ਤੇ ਇੰਨੀ ਦੂਰ ਦੀਪਾ ਬੈਠਾ ਰਿਹਾ ਸੀਗਾ
ਇਹਨਾਂ ਨੂੰ ਕਿਹਾ ਹੋਣਾ ਵਿਕਾਰ ਉਹ ਇਦਾਂ ਲੱਗਦੇ ਸੀ ਜਿੱਦਾਂ ਕੱਪੜੇ ਕੁਪੜੇ ਬਹੁਤ ਸੋਹਣੇ ਨਹੀਂ ਸੀਗੇ ਜਿੱਦਾਂ ਨੋਰਮਲ ਲੋਕਾਂ ਦੇ ਵਿੱਚ ਨੋਰਮਲੀ ਆਪਾਂ ਉਦੋਂ ਥੋੜ੍ਹੀਆਂ ਸਿਆਣਾ ਕਰਕੇ ਲੂਈਆਂ ਲੂਈਆਂ ਲਈਆਂ ਵਾਲਿਆਂ ਬੰਦੇ ਬੁੱਕਲਾਂ ਮਾਰੀਆਂ ਹੋਈਆਂ ਸੀਗੀਆਂ ਬੁੱਕਲਾਂ ਮਾਰੀਆਂ ਸੀ ਉਹ ਫਿਰ ਲੋਕਾਂ ਨੂੰ ਮੈਨੂੰ ਇੱਦਾਂ ਲੱਗਾ ਸੀਗਾ ਵੀ ਉਹ ਘਰਦੇ ਹੋਣੇ ਘਰਦੇ ਕਹਿੰਦੇ ਵੀ ਇੱਥੇ ਖਾਲੀ ਰਹਿਣ ਦਿਓ ਵਿੱਚ ਇੱਥੇ ਜਾਣਾ ਵੀ ਸੀਗਾ ਉਹਨਾਂ ਨੇ ਜਿਹੜੀ ਗੱਲ ਜਿੱਦਾਂ ਸੀਗੀ ਤਾਂ ਫਿਰ ਮੈਂ ਉੱਥੇ ਲਿਜਾ ਕੇ ਲਾ ਲਿਆ ਸੀ ਉਹ ਦਰਖਤ ਉਹ ਜਿੱਥੇ ਪਰ ਉਹ ਘਰ ਦੇ ਮੈਂਬਰ ਕੋਈ ਨਹੀਂ ਸੀ ਨਾ ਜਾਣ ਪਛਾਣ ਕੋਈ ਨਹੀਂ ਹੈਗੀ ਸੀ ਇਹਨਾਂ ਉਹ ਤਾਂ ਖਾਲੀ ਮੈਨੂੰ ਲੜ ਖੂਹ ਤੇ ਸੀ ਕੋਈ ਨਹੀਂ ਅਸੀਂ ਤਾਂ ਦੇਖਣਾ ਚਾਹੀਦਾ ਸੀ ਪਹਿਲਾਂ ਆਪ ਆ ਕੇ ਦੇਖਿਆ ਇੱਕ ਬੰਦਾ ਹੋਣਾ ਚਾਹੀਦਾ ਪਰ ਉਹੀ ਕਹਿੰਦੇ ਪਤਾ ਕਿਉਂ ਕਮੀ ਰਹਿ ਗਈ ਕੋਈ ਨਾ ਕੋਈ ਤਾਂ ਗਲਤੀ ਹੋਈ ਹੈ ਜਿਹੜਾ ਏਡਾ ਵੱਡਾ ਹੈ ਗਲਤੀ ਤਾਂ ਹੁਣ ਮੈਂ ਕਹਿੰਦਾ ਜੇ ਡੈਡੀ ਵੱਡੀ ਕਮੀ ਰਹਿ ਗਈ ਦੇਖੋ ਧਮਕੀਆਂ ਏਡੀ ਵੱਡੀ ਗੱਲ ਦਾ ਸਾਰਾ ਹੋ ਰਿਹਾ ਬੰਦਾ ਨਿਗਾਹ ਕਿਉਂ ਨਹੀਂ ਰੱਖ ਰਿਹਾ ਆਪਾਂ ਮੈਨੂੰ ਸਮਝ ਨਹੀਂ ਵੀ ਕਿਉਂ ਇਹ ਗਲਤੀ ਚਾਰ ਬੰਦੇ ਆ ਕੇ ਜਿਵੇਂ ਕਲਾਕਾਰ ਨੂੰ ਸਟੇਜ ਤੇ ਲੈ ਕੇ ਜਾਂਦੇ ਆ ਉਸ ਟਾਈਮ ਕੋਈ ਵੀ ਨਹੀਂ ਜਦੋਂ ਹੋਣੀ ਆਉਂਦੀ ਆ ਆਪਣਾ ਐਕਸੀਡੈਂਟ ਹੁੰਦਾ ਆਪਾਂ ਨੇ ਹੋਣੇ ਨਾ ਪ੍ਰੋਗਰਾਮ ਲਾਇਆ ਸਾਨੂੰ ਕਾਰ ਤੋਂ ਲੈ ਕੇ ਅਗਲੇ ਸਟੇਜ ਤੱਕ ਲੈ ਕੇ ਜਾਂਦੇ ਮੱਤ ਮਾਰੀ ਜਾਂਦੀ ਆ ਜੀ ਆਪਾਂ ਇੱਥੇ ਕੋਈ ਵੀ ਨਹੀਂ ਸੀ ਇਹ ਵੀ ਗੱਲ ਵੱਡੀ ਆ ਮਤਲਬ ਜਿੱਦਾਂ ਇਹ ਸਾਰਾ ਕੁਝ ਪਹਿਲਾਂ ਹੀ ਹੋਇਆ ਹੋਇਆ ਸੀਗਾ ਹਨਾ ਪ੍ਰੋਗਰਾਮ ਪਲੈਨਿੰਗ ਬਣਾਈ ਹੁੰਦੀ ਆ ਤੇ ਉਹੀ ਕਹਿੰਦੇ ਵੀ ਉਹ ਘਰ ਦੇ ਤਾਂ ਲੈਣ ਆਉਂਦੇ ਹੁੰਦੇ ਤੇ ਗਾਉਣੇ ਨੂੰ ਵੀ ਕੀ ਹੁੰਦਾ ਇੱਥੇ ਮਤਲਬ ਉਹ ਖੂਹ ਤੇ ਬੈਠੇ ਹੋਏ ਸੀਗੇ ਇੱਥੇ ਕਦੀ ਸਟੇਜ ਨਾ ਪੰਡਾਲ ਲੱਗੇ ਨਿਆਣੇ ਸੀਗੇ ਬਸ ਬੱਚੇ ਸੀਗੇ ਥੋੜੇ ਜਿਹੇ ਬੱਚੇ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਲਾਈਕ ਕਰਨਾ ਸੁਣਨਾ ਸੀਗਾ ਫਿਰ ਇਦਾਂ ਬਸ ਉੱਥੇ ਖੜੇ ਸੀਗੇ ਤਾਂ ਇੱਥੋਂ ਨਹੀਂ ਭੇਜੇ ਫਿਰ ਉਹ ਬੰਦੇ ਕਹਿੰਦੇ ਖੂਹ ਤੇ ਜਾ ਕੇ ਜੀ ਇਹਨਾਂ ਨੂੰ ਕਹਿ ਕੇ ਆਏ ਆ ਕੋਈ ਕਹਿ ਕੇ ਨਹੀਂ ਆਇਆ ਉਹਨਾਂ ਨੂੰ ਬੰਦੇ ਤਾਂ ਇੱਥੇ ਖੜੇ ਰਹੇ ਜਦ ਉੱਥੇ ਮੈਂ ਖੜਾ ਜੇ ਲੰਘ ਦੇ ਕੋਲ ਦੀ ਪਤਾ ਲੱਗ ਜਾਂਦਾ ਪਿਆ ਜਦੋਂ ਮੈਨੂੰ ਇੰਨਾ ਪਤਾ ਵੀ ਮੈਨੂੰ ਉੱਥੇ ਭੇਜਿਆ ਤਾਂ ਉਸ ਸਕੂਟਰ ਨਾਲ ਪਛਾਣ ਵੀ ਹੋ ਜਾਂਦਾ ਵੀ ਲੰਘਿਆ ਸੀ ਇਹਨੂੰ ਕੋਈ ਨਹੀਂ ਲੰਘਿਆ ਇੱਥੇ ਅੱਧਾ ਘੰਟਾ ਖੜੇ ਰਹੇ ਅੱਧਾ ਘੰਟਾ ਖੜੇ ਰਹੇ ਬਾਅਦ ਚੋਂ ਵੀ ਪਹਿਲਾਂ ਬਾਅਦ ਚੋਂ ਤਾਂ ਇੱਕ ਸੈਕਿੰਡ ਵੀ ਨਹੀਂ ਲਾਇਆ ਮਤਲਬ ਬਾਅਦ ਚ ਤਾਂ ਕਹਿ ਤੁਹਾਡਾ ਡੈਡੀ ਡਿੱਗਿਆ ਕਹਿ ਚੱਲ ਗਿਆ ਬਸ ਜਦੋਂ ਡੈਡੀ ਦੀ ਗੱਡੀ ਆ ਕੇ ਲੱਗੀ ਆ ਉਸ ਤੋਂ ਪਹਿਲਾਂ ਨਹੀਂ ਖੜੇ ਉਸ ਤੋਂ ਅੱਧਾ ਘੰਟਾ ਪਹਿਲਾਂ ਖੜੇ ਰਹੇ ਮੈਂ ਉਹੀ ਕਹਿੰਦਾ ਮੈਂ ਤਾਂ ਘੰਟਾ ਮੈਂ 20 ਮਿੰਟ ਪਹਿਲਾਂ ਦਾ ਮੈਂ ਖੜ ਨਹੀਂ ਦਿੱਤਾ ਉਹ ਨਹੀਂ ਖੜਾ ਕੋਈ ਬੰਦਾ ਖੜ ਨਹੀਂ ਦਿੱਤਾ ਸਾਰਾ ਚੁੱਪ ਛੇ ਕਰੀ ਗਿਆ ਅੱਧਾ ਘੰਟਾ ਖੜੇ ਰਹੇ ਹੁਣ ਜੇ ਤੇਰੇ ਡੈਡੀ ਹੁਣ ਇੰਨਾ ਖਤਰਾ ਸੀ ਮੈਂ ਤਾਂ ਕਈ ਵਾਰ ਇਹ ਸੋਚਦਾ ਹਾਂ ਉਹਨਾਂ ਦੇ ਦਿਮਾਗ ਚ ਇੰਨੀ ਕਾਹਦੀ ਆਈ ਫਿਰ ਵਿੱਚੋਂ ਮੈਨੂੰ ਫਿਰ ਇਹ ਵੀ ਹੋ ਸਕਦਾ ਕਿ ਉਹਨਾਂ ਨੇ ਪੰਡਾਲ ਵਾਲਿਆਂ ਨੂੰ ਵੀ ਕਹਿਤਾ ਹੋਵੇ ਭਾਈ ਇੱਥੇ ਤਾਂ ਤੁਸੀਂ ਆਏ ਹੋ ਰਾਚਾ ਨਹੀਂ ਸੀ ਮੋਰੇ ਨਹੀਂ ਸੀ ਕੰਮ ਹੋਣਾ ਜਿਵੇਂ ਕੋਈ ਹੈਗਾ ਹੀ ਨਹੀਂ ਸਟੇਜ ਦੇ ਮੋਰੇ ਹੈ ਨਹੀਂ ਫਿਰ ਇਹ ਵੀ ਤਾਂ ਹੋ ਹੀ ਸਕਦਾ ਸਟੇਜ ਦੇ ਮੋਰੇ ਹੈ ਨਹੀਂ ਸੀ ਰਾਚਾ ਜੇ ਕਿ ਰੋਕ ਸਕਦੇ ਸੜਕ ਦੇ ਵਿੱਚ ਉੱਥੋਂ ਵੀ ਤਾਂ ਕਹਿ ਹੀ ਸਕਦੇ ਪਿੰਡਾਂ ਤੋਂ ਲੋਕਾਂ ਦੇ ਉਹਨਾਂ ਦਾ ਰਸ਼ ਸੀ ਫਿਰ ਉੱਥੇ ਮੋਰੇ ਇਹਨਾਂ ਦੇ ਹੈ ਨਹੀਂ ਸੀ ਫੈਮਿਲੀ ਦਾ ਨਹੀਂ ਸੀ ਹੁਣ ਜਾ ਕੇ ਕਿਸੇ ਮੈਂਬਰ ਨੂੰ ਕਿਸੇ ਨੂੰ ਵੀ ਕਹਿਤਾ ਹੋਵੇ ਕਿ ਬਈ ਪੰਡਾਲ ਤੇ ਨਾ ਆਇਓ ਅੱਜ ਆ ਹੋਣਾ ਕੰਮ ਜੇ ਉਹ ਇੱਥੇ ਰੋਕ ਸਕਦੇ ਆ ਤਾਂ ਇੱਥੋਂ ਇੰਨੀ ਦੂਰ ਉੱਥੇ ਵੀ ਤਾਂ ਜਾ ਹੀ ਸਕਦੇ ਆ ਉਹ ਸਟੇਜ ਤੇ ਮਾਰ ਸਕਦੇ ਸੀ ਪ੍ਰੋਗਰਾਮ ਤੋਂ ਬਾਅਦ ਮਾਰ ਸਕਦੇ ਸੀ ਉਹ ਪਲਾਨ ਜਾਨੀ ਕਿ ਅੱਧਾ ਘੰਟਾ ਜਾਨੀ ਕਿ ਮੈਨੂੰ ਪਤਾ ਵੀ ਉਹ ਖੜੇ ਰਹੇ 20 ਮਿੰਟ ਤਾਂ ਜਾਨੀ ਕਿ 20 ਮਿੰਟ ਤਾਂ ਮੈਂ ਉੱਥੇ ਸਕੂਟਰ ਤੇ ਬੈਠਾ ਨਾ 20 ਮਿੰਟ ਤਾਂ ਖੜੇ 20 ਮਿੰਟ ਬਾਅਦ ਆਏ ਡੈਡੀ ਤੁਹਾਡੇ ਹਾਂਜੀ 20 ਮਿੰਟ ਬਾਅਦ ਚ ਉਹ ਤਾਂ ਪਹਿਲਾਂ ਹੀ ਮਤਲਬ ਅੱਧਾ ਘੰਟਾ ਪਹਿਲਾਂ ਹੀ ਖੜੇ ਹੋਏ ਸੀਗੇ ਪਹਿਲਾਂ ਹਾਂ ਪਹਿਲਾਂ ਖੜੇ ਸੀਗੇ ਇੱਥੇ 20 ਮਿੰਟ ਤਾਂ ਮੈਂ ਦੇਖਦਾ ਰਿਹਾ ਉਹ ਗਏ ਨਹੀਂ ਉਹਨਾਂ ਨੂੰ ਇਹ ਵੀ ਪਤਾ ਹੁਣ ਇਹ ਕਹਿੰਦੇ ਖੁੱਲ ਜਾ ਕੇ ਕਿਹਾ ਜੀ ਉਹਨਾਂ ਨੂੰ ਕਿਹਾ ਤੁਸੀਂ ਚਮਕੀਲਾ ਕਾਲੇ ਸੱਦਿਆ ਜੀ ਭੋਗਤੇ ਆ ਉਹ ਬੰਦੇ ਗਏ ਨਹੀਂ ਤਾਂ ਫਿਰ ਅਸੀਂ ਕਿੱਦਾਂ ਮੰਨ ਲਈਏ ਇੱਥੇ ਆ ਕੇ ਖੜੇ ਮੈਂ ਖੁਦ ਕੋਲ ਸੀ ਤੁਸੀਂ ਵੀ ਸੀਗੇ ਹਾਂ ਚਾਰੇ ਚਰਸਟ ਕੀਤੀ ਨਾ ਚਾਹ ਪਹਿਲਾਂ ਅੱਛਾ ਮੈਂ ਉਹੀ ਕਹਿੰਦਾ ਪਿਆ ਨੂੰ ਮਾਰ ਸਕਦੇ ਜੀ ਇਹਨਾਂ ਨੇ ਇੱਥੇ ਸਿਰ ਰੱਖਿਆ ਪਲੈਨਿੰਗ ਸੀਗੀ ਉਹਨਾਂ ਦੀ ਪਲੈਨਿੰਗ ਸੀਗੀ ਉਹੀ ਕਹਿੰਦਾ ਉਹਨਾਂ ਨੂੰ ਪਤਾ ਸੀ ਗੱਡੀ ਇੱਥੇ ਹੀ ਖੜਨੀ ਆ ਜੇ ਉਹਨਾਂ ਨੂੰ 12:30 ਦਾ ਜੇ ਉਹ ਆਪਾਂ ਕਹਿੰਦੇ ਨੇ ਬੰਦਿਆਂ ਮਾਰਨ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਉਹ 12:30 ਦਾ ਟਾਈਮ ਸੀ 12:30 ਜਾਂਦੇ ਫਿਰ ਹਾਂ ਉਹ ਪੂਰਾ ਟਾਈਮ ਟੂ ਟਾਈਮ ਆਉਂਦੇ ਉਹ ਚੱਲਦੇ ਸਟੇਜ 'ਚ ਵੀ ਕਰਦੇ ਚੱਲਦੇ ਸਟੇਜ 'ਚ ਆਉਂਦੇ ਫਿਰ ਉਹ ਖੁਦ ਜਾ ਕੇ ਤਾਂ ਪਤਾ ਹੀ ਹੁੰਦਾ ਵੀ ਬੰਦੇ ਰੋਟੀ ਖਾਂਦੇ ਫਿਰ ਪਹਿਲੀ ਗੱਲ ਤਾਂ ਇੱਥੋਂ ਧੀਰੇ ਸੀ ਪੱਧਰੇ ਸੀ ਜੇ ਸਟੇਜ ਚੱਲਦੀ ਹੁੰਦੀ ਸਾਰੇ ਲੋਕ ਹੁੰਦੇ ਮੈਨੂੰ ਲੱਗਦਾ ਫਿਰ ਇਹ ਹੈਪਨ ਹੋਣਾ ਵੀ ਨਹੀਂ ਸੀ ਜੇ ਉਹ ਲੇਟ ਹੋ ਜਾਂਦੇ ਜੇ ਹੁੰਦਾ ਫਿਰ ਜ਼ਿਆਦਾ ਹੋਣਾ ਸੀ ਪਬਲਿਕ ਵੀ ਵੇਚਲੇ ਫਿਰ ਉਹਨਾਂ ਨੂੰ ਵੀ ਸ਼ਾਇਦ ਕੇ ਪਬਲਿਕ ਵੀ ਭੇਟੇ ਪਬਲਿਕ ਵੀ ਪਰ ਆ ਜਿਹੜਾ ਆ ਟਾਰਗੇਟ ਆ ਮੈਂ ਤਾਂ ਇਹ ਹੈਰਾਨ ਆ ਵੀ ਇੱਕ ਵੀ ਬੰਦੇ ਬਹੁਤ ਸੀ ਨਿਆਣੇ ਇੱਥੇ ਸੜਕ ਦੇ ਵਿੱਚ ਜਦੋਂ ਗੱਡੀ ਰੁਕੀ ਮੇਰੇ ਮੋਰੇ ਸਾਰੇ ਕੋਲ ਨੂੰ ਮੰਮਾ ਤੁਹਾਡੀ ਜਦੋਂ ਡਿੱਗਦੀ ਆ ਉਦੋਂ ਮੇਰੇ ਮੋਰੇ ਬਹੁਤ ਲੋਕ ਸੀਗੇ ਬਾਅਦ ਚ ਦੌੜ ਕੇ ਉਹ ਤਾਂ ਕਣਕ 'ਚ ਬੜੇ ਲੋਕੀ ਇੱਧਰਲੇ ਪਾਸੇ ਨੂੰ ਇਹ ਜਿਹੜੇ ਲਾਲ ਤਾਂ ਗਿਆ ਹੀ ਆ ਉਹ ਡੇਕੋ ਨੂੰ ਤੁਹਾਨੂੰ ਦੱਸਿਆ ਇਹਨੂੰ ਉਹ ਤਾਂ ਮੁੜ ਕੇ ਇਹਨੂੰ ਆਇਆ ਹੀ ਨਹੀਂ ਆਇਆ ਨਹੀਂ ਉਹਨੇ ਵੇਖਿਆ ਜਦੋਂ ਉਹ ਸਕੂਟਰ ਤੇ ਬੈਠ ਕੇ ਉਹਨਾਂ ਦਾ ਸਕੂਟਰ ਉੱਥੇ ਕਿਵੇਂ ਜਾਂਦਾ ਦੱਸਦਾ ਵੀ ਤਿੰਨੇ ਚੱਲ ਗਏ ਫਿਰ ਮੈਂ ਆ ਗਿਆ ਉਦੋਂ ਵੀ ਦੇਖ ਲਿਆ ਗੱਲ ਇਹਨੇ ਬੈਠਾ ਸੀ ਡੈਡੀ ਤੁਹਾਡਾ ਤੜਫਦਾ ਸੀ ਉਹ ਮਤਲਬ ਆ ਧੌਣ ਇਦਾਂ ਮੈਨੂੰ ਇਹਨੂੰ ਪੂਰਾ ਚੇਤਾ ਇਦਾਂ ਦਾ ਹੈਲਦੀ ਸੀ ਧੌਣ ਹੈਲਦੀ ਸੀ ਉਹਨਾਂ ਦੀ ਅੰਦਰੋਂ ਜਾਨ ਨਿਕਲ ਜੇ ਬੋਡੀ ਤੇ ਹੈ ਨਹੀਂ ਸੀ ਨਾ ਗੋਲੀ ਸਿਰ ਤੇ ਸੀ ਬਾਕੀ ਪਤਾ ਕਿ 28 ਸਾਲ ਦੀ ਉਮਰ ਜਿਹੜੀ 29-30 ਦੀ ਅੱਖ ਲਾ ਹੁੰਦੀ ਆ ਬਹੁਤ ਜਾਨ ਵੀ ਪੂਰੇ ਸੀ ਜਾਨ ਹੁੰਦੀ ਬੰਦੇ 'ਚ ਮਾਮ ਦੀ ਬਜਾਇ ਇੰਨੀ ਈਜੀ ਡੈਥ ਨਹੀਂ ਹੋਈ ਜਿੱਦਾਂ ਐਵੇਂ ਲੋਕਾਂ ਦੇ ਮੋਢੇ ਮੂੰਹ ਛੱਡਤਾ ਜੀ ਪਾਥੀਆਂ ਦੇ ਮੋਢੇ ਮੂੰਹ ਜਦੋਂ ਇਹਨਾਂ ਨੇ ਚੱਕ ਕੇ ਇਕੱਠੇ ਕੀਤੇ ਬਾਅਦ 'ਚ ਟਰਾਲੀ 'ਚ ਰੱਖਣ ਲਈ ਕੀਤਾ ਉਦੋਂ ਸੈਰ ਹਿਲ ਗਿਆ ਹੋਊਗਾ ਇੱਧਰ ਉੱਧਰ
ਕਹਿੰਦੇ ਜੀ ਉਹਦੇ ਮੂੰਹ 'ਚ ਬਰਸਟ ਮਾਰਿਆ ਜਾ ਕੇ। ਬੰਦੇ ਇੱਥੋਂ ਨਹੀਂ ਹਿੱਲੇ, ਮਾਰਨ ਵਾਲੇ ਬੰਦੇ ਜਿਹੜੇ ਆ ਉਹ ਇਸ ਜਗ੍ਹਾ ਤੋਂ ਨਹੀਂ ਹਿੱਲੇ, ਚਾਹੇ ਇੱਥੇ ਪਾਥੀਆਂ ਰੱਖ ਲੱਗੋ ਆ ਜੋ ਮਰਜ਼ੀ ਲੋਕ ਕਹੀ ਜਾਣ, ਪਾਥੀਆਂ ਦੇ ਉੱਤੇ ਨਹੀਂ ਸੀ ਡਿੱਗਿਆ ਡੈਡੀ ਤੇਰਾ, ਪਾਥੀਆਂ ਦੇ ਸਾਈਡ ਤੇ ਗਿਰੇ ਸੀ। ਜਦੋਂ ਉਹਨੇ ਫੋਟੋ ਸੜਕ 'ਚੋਂ ਖਿੱਚੀ ਇੱਥੋਂ ਨਾ, ਸਾਡੀ ਵੀ ਫਿਲਮ ਬਣਾਓ ਫੋਟੋ ਇੱਥੋਂ ਖਿੱਚੀ, ਪਰਲੇ ਪਾਸੇ ਪਾਥੀਆਂ ਦੀਦੀਆਂ ਸੀ, ਪਰਲੇ ਪਾਸੇ ਸੀ ਉਹ, ਇੱਥੇ ਕੱਚੇ ਥੈਂਤੇ ਸੀ, ਹਾਂਜੀ ਸਾਫ਼ ਥੈਂਤੇ ਸੀ, ਐਵੇਂ ਐਵੇਂ ਲੋਕ ਉਹ ਫਿਰ ਜਿਹੜੀ ਚੀਜ਼ ਫੋਟੋ ਦੇਖਦੇ ਉਹ ਤੋਂ ਗਿਆਫੇ ਹੁੰਦੇ ਆ, ਆਪਣੇ ਗਿਆਫੇ ਨਹੀਂ ਗੇ ਆਪਾਂ ਦੇਖੀਏ ਗੱਲ ਕਰਦੇ ਇੱਦਾਂ 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 ਹੀ ਬਸ ਲੱਤਾਂ ਚਾਦਰਾਂ ਚੱਕ ਹੋਇਆ ਸੀਗਾ, ਲੱਤਾਂ ਇੱਧਰ ਨੂੰ ਸੀਗੀਆਂ, ਲੱਤ ਇੱਧਰ ਜਿੱਦਾਂ ਪਤਲ ਸੀਗੇ ਇੱਦਾਂ ਹੀ ਇੱਦਾਂ ਹੀ ਐਂ ਹੀ ਸੀਗੇ, ਮੂੰਹ ਥੋੜ੍ਹਾ ਜਿਹਾ ਧੌਣ ਟੇਢੀ ਸੀ ਇਹਨਾਂ ਦੀ। ਚਮਕੀਲਾ ਸਾਹਿਬ ਦੀ, ਚਮਕੀਲਾ ਸਾਹਿਬ ਦੀ ਜਿਹੜੀ ਖੂਨ ਦੀ ਧਾਰ ਮੈਂ ਦੱਸਿਆ ਖੜਿਆਂ ਤੇ ਪੈ ਗਈ ਸੀ ਪਹਿਲਾਂ ਗੋਲੀ ਮਾਰਦਿਆਂ ਤੇ ਉਹਦੀ, ਬਾਅਦ ਚ ਲੰਮਿਆਂ ਪਿਆਂ ਤੇ ਮੂੰਹ ਤੇ ਖੂਨ ਨਹੀਂ ਆਇਆ, ਬਾਕੀ ਮੂੰਹ ਸਾਫ਼ ਸੀ ਐਨ। ਜਿਹੜੇ ਛਰਲੇ ਆ ਜਿਹੜੇ ਕਾਲੋਂ ਦੇ ਨਿਸ਼ਾਨ ਪਏ ਉਹ ਅੰਦਰੋਂ ਖੋਪਰੀ ਦੇ ਅੰਦਰ ਦੀ ਛਰਲੇ ਗਲੀਆਂ ਦੇ ਲਾਕੇ ਉਹ ਕਾਲੇ ਪਏ, ਬਾਅਦ ਚ ਮੇਰੇ ਦੇਖਦੇ ਤੇ ਕੁਛ ਨੀ, ਮੂੰਹ ਸਾਫ਼ ਸੁਥਰਾ ਸੀ, ਮੂੰਹ ਤੇ ਨਹੀਂ ਮਾਰੀ ਸੀ ਉਹਨਾਂ ਨੇ, ਪਿੱਛੇ ਗਰਦਨ ਤੇ ਮਾਰੀ, ਗਰਦਨ ਤੇ ਗੋਲੀਆਂ ਗਿੱਚੀ ਚ ਗਿੱਚੀ ਆ ਪੜ ਪੜੀ, ਉਹ ਜਿਹਨਾਂ ਨੇ ਦਾਗ ਦਿੱਤਾ ਉਹ ਵੀ ਕਿਤੇ ਸੁਣਿਆ ਹੋਣਾ ਤੁਸੀਂ, ਦੱਸਦੇ ਹੋਣੇ ਵੀ ਇੱਥੋਂ ਹੈ ਖੂਨ ਬਹੁਤ ਸੀ, ਹਾਂਜੀ ਹਾਂਜੀ ਪੋਲਾ ਸੀ, ਜਿੰਨਾ ਚਿਰ ਪਾਈ ਜਾਂਦੀਆਂ ਬੋੜੀਆਂ ਡਿੱਗਦਾ ਰਿਹਾ ਖੂਨ ਟੱਕ ਟੱਕ ਉੱਤੇ ਸਾਡੇ ਘਰੇ, ਖੂਨ ਤਾਂ ਜਿੱਦਾਂ ਹੁਣ ਜਵਾਨ ਕਰਕੇ ਵੀ ਇੱਥੇ ਜਾਂਦਾ, ਮੈਂ ਆਹ ਦੱਸਾਂ ਮਿੱਟੀ ਜਿਹੜੀ ਆ ਜਿੱਦਾਂ ਬਾਲਟੀ ਬਾਲਟੀ ਆਪਾਂ ਡੋਲਦੀ ਆ ਪਾਣੀ ਦੀ, ਇੰਨਾ ਖੂਨ ਉਹਨਾਂ ਦਾ ਹਾਲੇ ਵੀ ਆ ਮੇਰੇ ਹਿਸਾਬ ਨਾਲ, ਹੁਣ ਤਾਂ ਦੱਬੀ ਹੋਣੀ ਹਾਲੇ ਵੀ ਮਿੱਟੀ ਕੱਢ ਕੇ ਕੱਲ ਹਾਲੇ ਵੀ ਬਲੱਡ ਦੇ ਵਿੱਚ ਹੋਣਾ ਇਹਦੇ, ਜਿਹੜੇ ਉਹਦੇ ਚੈੱਕ ਕਰਦੇ ਹੁੰਦੇ ਆ ਨਾ, ਹਾਲੇ ਵੀ ਉਹ ਹਾਲੇ ਵੀ ਇਹਨੇ ਥੱਲੇ ਧਰਤੀ ਦੇ ਖੂਨ ਹੋਊਗਾ, ਜਾਣੀ ਇੰਨਾ ਖੂਨ ਡੁੱਲਿਆ ਸੀਗਾ, ਇੱਦਾਂ ਦੀ ਛੋਟੀ ਗੱਲ ਨਹੀਂ ਘੁੰਮ ਜਾਓ ਇੱਦਾਂ ਅਤੇ ਉਹ ਖੂਨ ਇੰਨਾ ਇੱਥੇ ਇਹਨਾਂ ਦਾ ਡੁੱਲ ਗਿਆ ਅਤੇ ਤਾਂ ਜਾ ਕੇ ਜਾਨ ਨਿਕਲੀ ਇੰਨੀ ਸੌਖੀ ਥੋੜ੍ਹੀ, ਜੇ ਕਹਿ ਦਿਓ ਜੀ ਗੋਲੀ ਮਾਰੀ ਡਿੱਪਿਆ ਮਰ ਗਿਆ ਪਤਾ ਨਹੀਂ ਹੋ ਵੀ ਜਾਂਦਾ ਹੋਊਗਾ, ਪਰ ਇੱਕਦਮ ਇੱਦਾਂ ਮਰਨ ਵਾਲੀ ਗੱਲ ਇਹ ਨਹੀਂ ਸੀ, ਹੈਲਦੀ ਸੀ, ਇੱਦਾਂ ਦੀਆਂ ਗੱਲਾਂ ਬਾਤਾਂ ਹੈ ਜੀ। ਬਾਕੀ ਇਹ ਸਾਰਿਆਂ ਨੂੰ ਇੰਨਾ ਨਾ ਕਰਿਆ ਕਰੋ, ਫਲਾਨੇ ਗਾਉਣ ਵਾਲੇ ਨੇ ਮਰਾਤਾ ਅਤੇ ਫਲਾਨੇ ਨੇ, ਹਾਂ ਫੂਕ ਹਰੇਕ ਦਿੰਦਾ ਹੁੰਦਾ ਪਿੰਡ 'ਚ ਵੀ ਕਿਸੇ ਦੀ ਹੈ ਨਾ, ਕਦੀ ਚੜ੍ਹਾਈ ਹੋਵੇ ਸਾਰਾ ਪਿੰਡ ਉਹਦੇ ਵੱਲ ਦੇਖਦਾ ਹੁੰਦਾ ਵੀ ਇਹਨੂੰ ਕਿੱਦਾਂ ਮਾਰਨਾ ਆਪਾਂ, ਤੁਹਾਨੂੰ ਵੀ ਅੱਜ ਕਲੀਅਰ ਕਰ ਦੇਵਾਂ ਤੁਸੀਂ ਠੀਕ ਬੇਟੇ ਆ ਉਹਨਾਂ ਦੇ, ਠੀਕ ਆ ਤੁਹਾਨੂੰ ਦੱਸਣਾ ਜ਼ਰੂਰੀ ਆ, ਗਾਉਣ ਵਾਲਿਆਂ ਦੇ ਨਾਂ ਨਹੀਂ ਆਪਾਂ ਕਿਸੇ ਦਾ ਲੈ ਸਕਦੇ ਇਹਦੇ ਵਿੱਚ, ਵੀ ਫਲਾਨੇ ਗਾਉਣ ਵਾਲੇ ਨੇ ਮਰਾਤਾ ਆ, ਨਾਂ ਨਾ ਲਿਆ ਕਰੋ, ਗਰੀਬ ਨਾ ਕਿਹਾ ਕਰੋ ਕਦੀ ਵੀ, ਸਭ ਤੋਂ ਅਮੀਰ ਬੰਦਾ ਸੀ ਚਮਕੀਲਾ, ਇਹਨਾਂ ਦਾ ਪੇ ਸਭ ਤੋਂ ਅਮੀਰ ਸੀ, ਹਾਂ ਇਹਨਾਂ ਨੂੰ ਘਾਟ ਪਈ ਆ, ਹੁਣ ਨੂੰ ਇਹਨੇ ਜਹਾਜ਼ ਚਲਾਉਂਦਾ ਹੋਣਾ ਸੀ ਅਸਮਾਨ ਦੇ ਵਿੱਚ ਜੀ ਉਹ ਜਿੰਦਾ ਹੁੰਦਾ, ਇਹ ਘਾਟ ਇਹ ਇਹਨਾਂ ਨੂੰ ਘਾਟ ਨਿਆਣਿਆਂ ਨੂੰ ਪਈ ਆ, ਉਹਨੂੰ ਨਹੀਂ ਘਾਟ ਪਈ, ਉਹ ਬਹੁਤ ਹਾਲੇ ਵੀ ਤਕੜੀ ਚੀਜ਼ ਆ, ਘਾਟ ਨਹੀਂ ਪਈ ਹੈਗੀ, ਹਾਂ ਰਹਿੰਦੀ ਦੁਨੀਆਂ ਤੱਕ ਰਹਿਣਾ, ਬੰਦ ਕਰ ਲਾ ਮੁੜ ਕੇ ਚਲਾਉਂਦੀ, ਗੁੱਸਾ ਕਿਲਾ ਨਾ ਕਰਿਆ ਕਰੋ, ਗਾਉਣ ਵਾਲੇ ਸਾਰੇ ਉਹਨਾਂ ਦਾ ਰੱਖ ਲਓ, ਜਿੱਦਾਂ ਇੱਕ ਪਿੰਡ ਨੀ ਹੁੰਦਾ ਉਹ ਪਿੰਡ ਸੀ ਉਹਨਾਂ ਦਾ ਗਾਉਣ ਵਾਲਾ, ਪਿੰਡ ਚੋਂ ਹੁਣ ਉਸ ਵੇਲੇ ਉਹ ਸਰਪੰਚ ਰੱਖ ਲਓ ਇੱਦਾਂ ਕਹਿ ਸਕਦੇ ਹਾਂ, ਜਿਹਨਾਂ ਦਾ ਮੋਹਰੇ ਹੁੰਦਾ ਬੰਦਾ ਉਹ ਸਰਪੰਚ ਹੀ ਹੁੰਦਾ, ਤੇ ਢੋਲਕਿਆਂ ਵਾਲੇ ਗਿੱਲ ਹੋਣੀ ਪੰਚ ਰੱਖ ਲਓ ਉਹਨਾਂ ਦਾ, ਹੁਣ ਕਹਿੰਦੇ ਜੀ ਉਹ ਗਰੁੱਪ ਮਾਰਿਆ, ਗਰੁੱਪ ਮਾਰਨ ਦੀ ਤਾਂ ਵੈਸੇ ਲੋੜ ਵੀ ਨਹੀਂ ਸੀ, ਜੇ ਚਮਕੀਲਾ ਇਕੱਲਾ ਗਾਣਾ ਉਹਨਾਂ ਨੂੰ ਲੱਗਦਾ ਸੀ, ਪਰ ਸਾਡੇ ਸਾਨੂੰ ਲੱਗਦਾ ਸੀ ਲੋਕ ਸੁਣਦੇ ਆ ਤਾਂ ਲਿਖਦਾ ਤਾਂ ਗਾਉਂਦਾ, ਨਾ ਸੁਣਦੇ ਉਹ ਕਹਿ ਦਿੰਦੇ ਪੈਣਾ ਗਾ, ਲੋਕਾਂ ਨੂੰ ਮਾਰਨਾ ਚਾਹੀਦਾ ਸੀ ਉਹਨੂੰ, ਮਾਰਨਾ ਕਿੰਨੀ ਮੇਰੀ ਬਾਅਦ ਚੋਂ ਫਿਰ ਮਨਾ ਨਹੀਂ ਕੀਤਾ ਵੀ ਮੈਂ ਆਵੇ ਵੀ ਉਹ ਮਨਾ ਕਰੀ ਥੈ ਥੈ ਮਨਾ ਕਰਦੇ ਆ, ਲੋਕ ਸੁਣਦੇ ਸੀ ਉਹਨੂੰ, ਕਹਿੰਦੇ ਸੀਗੇ ਵੀ ਬਾਰ ਬਾਰ ਤੁਸੀਂ ਉਹੀ ਸੁਣਾਓ, ਲੱਖ ਉਹੀ ਸੁਣਾਓ, ਲੋਕ ਬਾਰ ਬਾਰ ਮਾਰਨ ਵਾਲੇ ਬੰਦਿਆਂ ਨੇ ਜਾਂ ਤਾਂ ਉਹਦੀ ਪਹੁੰਚ ਨਹੀਂ ਕੀਤੀ ਉਸ ਗੱਲ ਤੇ ਵੀ ਇਹਨੇ ਗਾਣੇ ਵੀ ਛੱਡੇ ਹੋਏ, ਸਭ ਕੁਝ ਕੀਤਾ ਆ ਉਹਨਾਂ ਨੇ, ਸਰਪੰਚ ਹੀ ਉਹੀ ਦੇਖੀ ਆ, ਜਾਣੀ ਕਿ ਉਹਨਾਂ ਦਾ ਕੈਰੀਅਰ ਮੋਹਰੇ ਕੀ ਆ, ਗਾਣੇ ਜਿਹੜੇ ਚੇਂਜ ਕਰਨ ਨੂੰ ਹਨਾ, ਜਿਵੇਂ ਇੱਦਾਂ ਨਹੀਂ ਹੁੰਦਾ ਅੱਜ ਤੂੰ ਦਵਾਣਿਆਂ ਦੀ ਕੈਸਟ ਕਰਾਈ ਹੈ, ਚੇਂਬੀ ਨੇ ਕੱਢੀ ਹੈ ਸਾਡੇ ਮੁੱਕੇ ਦੇ, ਠੀਕ ਹੈ ਨਾ, ਉਹ ਫੇਰ ਵੀ ਕਹਿੰਦੇ ਨਹੀਂ ਜੀ ਗੰਦੇ ਗਾਣੇ ਸੀ, ਤੁਸੀਂ ਸਾਲ ਪਹਿਲਾਂ ਰਿਕਾਰਡਿੰਗ ਕਰਾ ਦਿੰਦੇ ਆ, ਤੁਸੀਂ ਜਿਹੜੀ ਅਗਲੇ ਸਾਲ ਨੂੰ ਕਰਾਉਣੀ ਸਾਲ ਤਾਂ ਲੱਗੂਗਾ ਹੀ ਉਹਨੂੰ, ਬਿਲਕੁਲ, ਹੁਣ 2 ਮਹੀਨਿਆਂ 'ਚ ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਅੱਜ ਮੈਂ ਗਾਣਿਆਂ ਦਾ ਕਰਾਇਆ, ਮੈਂ ਜੀ ਕੱਲ ਨੂੰ ਧਰਮ ਕਰਾ ਦੇਵਾਂ, ਜਿਸ ਬੰਦੇ ਨੇ ਠੋਕ ਕੇ ਕੰਮ ਕਰਨਾ ਉਹਨੂੰ ਸਾਲ ਚਾਹੀਦਾ, ਸਾਲ 'ਚ ਰਿਕਾਰਡ ਕਰਾਉਂਦੇ ਹੁੰਦੇ ਸੀ, ਤੁਹਾਨੂੰ ਇਹ ਵੀ ਗੱਲ ਦਾ ਟਾਈਮ ਤਾਂ ਲੱਗਦਾ, 6 ਮਹੀਨਿਆਂ ਬਾਅਦ ਉਹਨਾਂ ਦੀ ਆਉਂਦੀ ਸੀ, 6 ਮਹੀਨਿਆਂ ਤੋਂ ਬਾਅਦ ਮਤਲਬ ਕਹਿੰਦਾ ਕੈਸਾ, ਮਤਲਬ ਉਹੀ ਕਰਾਉਂਦੇ ਸੀ 6 ਮਹੀਨਿਆਂ ਦਾ, ਹੋਰ ਕਿਸੇ ਦਾ, ਬਾਕੀ ਤਾਂ ਸਾਲ ਹੀ ਲੱਗਦਾ, ਸਾਲ ਹੀ ਸਾਲ ਲੱਗ ਜਾਂਦਾ ਸੀ, ਸਾਰੇ ਸਾਲ ਬਾਅਦ ਆਉਂਦੇ ਸੀ ਗਾਣੇ, ਸਾਲ ਬਾਅਦ ਉਡੀਕ ਹੁੰਦੀ ਸੀ ਵਿਸਾਖੀ ਨੂੰ ਲੋਕਾਂ ਦੇ ਵੀ ਹੁਣ ਗਾਣੇ ਆਉਣੇ, ਹਾਂ ਗਾਣੇ ਆਉਣੇ, ਉਹ ਇੰਨਾ ਚਿਰ ਮਤਲਬ ਉਹਨਾਂ ਨੂੰ ਮਾਰਨ ਦੀ ਲੋੜ ਨਹੀਂ ਸੀ, ਉਹ ਸੋਲਜੀ ਉਹ ਬੰਦੇ ਨੇ ਜਾਂ ਬਹੁਤ ਉਹਨੂੰ ਕਹਿੰਦੇ ਕਿ ਵੀ ਉਹਨੂੰ ਸਮਝਣ ਵਾਲੇ ਦਾ ਨਹੀਂ, ਮੈਨੂੰ ਲੱਗਦਾ ਇੱਦਾਂ ਜਿਹੜਾ ਬੰਦਾ ਸਮਝਦਾ ਸੀ ਉਹ ਉਹਨੂੰ ਗੋਲੀ ਨਹੀਂ ਸੀ ਮਾਰ ਸਕਦਾ, ਉਹਦੀ ਲੱਤ 'ਤੇ ਗੋਲੀ ਮਾਰ ਦਿੰਦੇ, ਜਿੱਦਾਂ ਜੋ ਮੈਂ ਕਰੀਬ ਰਿਹਾ ਲੱਤ 'ਤੇ ਗੋਲੀ ਮਾਰ ਦਿੰਦੇ, ਉਹਨਾਂ ਨੇ ਘਰ ਬਹਿ ਜਾਣਾ ਸੀ,
ਤੁਸੀਂ ਸਟੇਜ ਤੇ ਮੂੰਹ ਦੇਖਿਆ ਨਾ ਸਿਖਰ ਤੋਂ ਪਹਿਲੇ ਨਹਾਉਂਦੀ ਸੀ ਸਿਫਾਰਿਸ਼ ਕੀਤੀ ਹੈ ਕੋਈ ਗੋਲੀ ਮਾਰਨ ਵਾਲਾ ਹੈ ਨਹੀਂ ਸੀ ਮੂੰਹ ਅੜ ਗਿਆ ਨਾ ਫੇਸ ਚੇਂਜ ਹੋ ਗਿਆ ਬੰਦੇ ਦਾ ਜਿਹੜਾ ਬੰਦਾ ਇੰਨਾ ਡਰੂ ਤੁਸੀਂ ਕਿੱਦਾਂ ਕਹਿੰਦੇ ਚਮਕੀਲਾ ਡਰਦਾ ਨਹੀਂ ਇੱਥੇ ਉੱਦਾਂ ਹੀ ਆ ਗਿਆ ਉਦਾਂ ਦਲੇਰ ਸੀ ਆਪਣੇ ਅੰਦਰੋਂ ਦਲੇਰ ਸੀਗਾ ਵੀ ਮੈਂ ਪ੍ਰੋਗਰਾਮ ਲਾਉਣੇ ਆ ਪੈਸੇ ਲੈਣੇ ਕੰਮ ਕਰਨਾ ਆਪਣੀ ਕਮਲੀ ਦਲੇਰ ਸੀ ਕਮਲੀ ਦਲੇਰ ਸੀ ਕਮਲੀ ਦਲੇਰ ਸੀ ਕਮਲੀ ਦਲੇਰ ਮੈਂ ਕਹਿ ਸਕਦਾ ਇਮਾਨਦਾਰ ਜੇ ਕਹਦੇ ਵੇ ਲੋਕਾਂ ਲਈ ਲਾਣ ਲਈ ਜਾਂ ਮਾਨ ਲਈ ਜਾਂ ਭੈਣ ਲਈ ਬਿਲਕੁਲ ਵੀ ਨਹੀਂ ਹੈਗਾ ਜੇ ਉਹ ਭੈਣਾ ਹੁੰਦਾ ਤਾਂ ਬੰਦਿਆਂ ਨੂੰ ਇੱਕ ਗਾਲ ਵੀ ਨਾ ਕਰਦਾ ਜਾਂ ਉਹਨਾਂ ਦੇ ਹੱਥ ਵੀ ਨਾ ਮਾਰਦਾ ਬਿਲਕੁਲ ਬੰਦਾ ਬੀਬਾ ਬਣ ਕੇ ਚੁੱਪ ਕਰਕੇ ਖੜ ਕੇ ਗੋਲੀਆਂ ਖਾ ਲਈਆਂ ਸਮਝ ਗਿਆ ਉੱਥੇ ਵੀ ਉਹ ਲੜ ਭੈਣ ਸਕਦਾ ਸੀ ਜਾਂ ਹੋਰ ਸਟੇਜਾਂ ਤੇ ਤਾਂ ਹਰੇਕ ਬੰਦਾ ਕੋਈ ਪਿੰਡ ਦਾ ਸਰਪੰਚ ਹੁੰਦਾ ਹੁਣ ਤੁਸੀਂ ਤਾਂ ਹੈਗੇ ਆ ਮੈਨੂੰ ਚੇਤਾ ਹੀ ਨਹੀਂ ਸੀ ਸਰਪੰਚ ਸਾਹਿਬ ਖੜੇ ਮਾੜੀ ਜਿਹਾ ਮੱਗਾ ਤਾਂ ਮਾਰਨਾ ਪੈਂਦਾ ਹਨਾ ਵਰਕ ਤਾਂ ਮਾਰਨੀ ਪੈਂਦੀ ਆ ਜੇ ਤੁਸੀਂ ਕਿਸੇ ਦਾ ਫੈਸਲਾ ਕਰਾਉਣਾ ਪਹਿਲਾਂ ਦਬਕਾ ਤਾਂ ਮਾਰੂਗੇ ਹੀ ਉਹ ਅੱਛਾ ਉਹ ਗਾਉਣ ਵਾਲਿਆਂ ਦਾ ਬਿਨਾਂ ਕਿਹਾ ਕਰੋ ਤੇ ਗਰੀਬ ਨਾ ਕਿਹਾ ਕਰੋ ਸਭ ਤੋਂ ਅਮੀਰ ਬੰਦਾ ਰਹਿਣਾ ਵੀ ਆ ਤੇ ਉਦੋਂ ਵੀ ਸਿਗਾ ਪੈਸਿਆਂ 'ਚ ਵੀ ਸਿਗਾ ਕਿਸੇ ਦੇ ਲੈਂਟਰ ਨਹੀਂ ਪੈਂਦਾ ਹੁੰਦਾ ਸੀ ਜਦੋਂ ਤੁਹਾਡੇ ਲੈਂਟਰ ਪੈਂਦਾ ਸੀ ਠੀਕ ਆ ਮੈਂ ਜਿੱਦਾਂ ਮੈਂ ਦੱਸੀ ਘਾਟ ਪੈ ਗਈ ਤੁਹਾਨੂੰ ਪੈ ਗਈ ਆ ਉਹਨੂੰ ਕੋਈ ਘਾਟ ਨਹੀਂ ਉਹਨੂੰ ਹੁਣ ਵੀ ਜੋ ਕੰਜੀ ਦਾ ਰੱਖਿਆ ਤੇ ਰੱਖੇ ਰਹਿਣਾ ਔਰ ਮੈਨੂੰ ਲੱਗਦਾ ਜੱਟੇ ਹੀ ਦੁਨੀਆ ਆ ਰਹਿਣੀ ਆ ਉਹਦਾ ਚੱਲ ਰਿਹਾ ਗੱਲ ਵੀ ਦੱਸ ਰਹੇ ਸੀ ਚਾਚਾ ਜੀ ਵੀ ਜਦੋਂ ਸਾਡੇ ਇੱਟ ਬਾਲਾ ਸੀ ਤੁਹਾਡੇ ਲੈਂਟਰ ਮੇਰਾ ਹਾਂ ਮੇਰਾ ਘਰ ਡੈਡੀ ਦੇ ਲੈਂਟਰ ਮੈਂ ਦੱਸਦਾ ਤੁਹਾਡੇ ਡੈਡੀ ਦੇ ਲੈਂਟਰ ਪੈਂਦਾ ਸੀ ਅਸੀਂ ਤਾਂ ਹੁਣ ਪਾਇਆ ਸਾਨੂੰ ਦੱਸ ਯਾ 12 ਚ ਪਾਇਆ ਅਗਲਾ ਲੈਂਟਰ ਉਦੋਂ ਪੈ ਰਿਹਾ ਸੀ ਜੇ 12 ਚ ਪਾਇਆ ਤਾਂ ਤੁਸੀਂ ਦੇਖ ਲਓ ਤੁਹਾਡੀ ਕਿਹੜੇ ਸੰਦ ਦੀ ਗੱਲ ਹੈ ਇਹ 88 88 ਚ ਪੈਂਦਾ ਸੀ ਬਹੁਤ ਵੱਡੀ ਗੱਲ ਹੈ ਜੀ ਤੇ 30 ਸਾਲ ਪਹਿਲਾਂ ਜੇ ਕਿਸੇ ਦਾ ਲੈਂਟਰ ਪੈ ਜਾਣਾ ਵੱਡੀ ਗੱਲ ਹੀ ਹੋਇਆ ਸੀਗਾ ਉਹ ਗਰੀਬ ਦਾ ਸਟੋਰੀ ਦਾ ਤੇ ਉਹ ਗਰੀਬ ਨਾ ਕਿਹਾ ਕਰੋ ਗਰੀਬ ਮਾਰਤਾ ਨਾ ਕਿਹਾ ਕਰੋ ਤੁਸੀਂ ਕਿਹਾ ਕਰੋ ਸ਼ਾਹ ਮਾਰਤਾ ਜੀ ਅਮੀਰ ਮਾਰਤਾ ਗਰੀਬ ਨਾ ਕਿਹਾ ਕਰੋ ਗਰੀਬ ਤੇ ਉਹ ਜਿਹੜੇ ਪੈਸੇ ਲੈਂਦੇ ਹਾਂ ਜਿਨ੍ਹਾਂ ਨੇ ਜਾਂ ਉਹਨਾਂ ਦੇ ਨਾਂ ਤੇ ਹੁਣ ਬਹੁਤ ਲੋਕ ਗੱਲਾਂ ਸੋਹਣੀਆਂ ਸੋਹਣੀਆਂ ਬਣਾ ਕੇ ਸੋਹਣੀ ਸੋਹਣੀ ਸਟੇਜ ਵੱਲ ਨੂੰ ਤੀਰ ਜਿੱਦਾਂ ਉਹ ਲਾਲ ਜਿਹਾ ਤੀਰ ਨਹੀਂ ਇੱਕ ਯੂਟਿਊਬ ਤੇ ਮਾਰਦੇ ਜਿੱਦਾਂ ਸਾਨੂੰ ਤਾਂ ਲਾਉਣਾ ਨਹੀਂ ਉਹਦਾ ਨਾ ਹੀ ਲਾਉਣਾ ਵੀ ਨਹੀਂ ਆਪਾਂ ਤਾਂ ਜਿੱਦਾਂ ਫੈਮਿਲੀ ਆ ਜੋ ਪਤਾ ਹੈ ਉਹ ਗੱਲਾਂ ਕਰਨੀਆਂ ਉਹ ਫਿਰ ਤੀਰ ਜਿਹਾ ਮਾਰ ਮਾਰੋ ਅਮਰੂਦ ਕੋਲੋਂ ਦੱਸਦੇ ਹੁੰਦੇ ਆਹ ਆਹ ਸਟੇਜ ਜਿੱਦਾਂ ਉਹਨਾਂ ਨੇ ਕੀ ਕਰਨਾ ਪੈਸੇ ਕਮਾਉਣੇ ਆ ਦੱਸਣਾ ਲੋਕਾਂ ਨੂੰ ਉਹ ਭੋੜੇ ਲੋਕ ਆ ਜਿਹੜੇ ਸੁਣਨ ਵਾਲੇ ਭੋੜੇ ਲੋਕ ਆ ਬਿਲਕੁਲ ਬਿਲਕੁਲ ਉਹਨਾਂ ਨੇ ਯਕੀਨ ਕਰ ਲੈਣਾ ਹੁਣ ਮੈਂ ਜਦੋਂ ਸੱਚੀਆਂ ਗੱਲਾਂ ਕਰਦਾ ਮੈਨੂੰ ਵੀ ਉਹ ਭੋੜੇ ਲੋਕ ਮੈਂ ਉਹਨਾਂ ਨੂੰ ਫੋਨ ਚੱਕਦਾ ਦੇਖਦਾ ਉਹ ਭੋਲੇ ਲੋਕ ਵਿਚਾਰੇ ਕਹਿੰਦੇ ਸਾਨੂੰ ਹੀ ਨਹੀਂ ਇਕੱਲੇ ਕੰਮ ਦਾ ਹੀ ਰੱਖਿਆ ਤੂੰ ਕਿੱਥੇ ਗਿਆ ਸੀ ਮੈਂ ਕਿਹਾ ਮੈਂ ਵੀ ਹੁਣ ਤੁਹਾਨੂੰ ਵੀ ਨਹੀਂ ਕਾਹੇ ਗੱਲਾਂ ਦਾ ਵੀ ਨਹੀਂ ਪਤਾ ਆਪਾਂ ਵੀ ਨਵੇਂ ਨਵੇਂ ਮਿਲੇ ਹਾਂ ਇੰਗਲੈਂਡ 'ਚ ਮੈਂ ਪਹਿਲਾਂ 99 'ਚ ਚੱਲ ਗਿਆ ਸੀ ਮੈਂ 10 ਸਾਲ ਉੱਥੇ ਰਿਹਾ ਇੱਕ ਉਹ ਗੈਪ ਪੈ ਗਿਆ ਦੂਜਾ ਫਿਰ ਹਰੇਕ ਸਾਲ ਮੈਂ ਜਿੱਦਾਂ ਦੱਸਿਆ ਤੁਹਾਨੂੰ ਇੰਗਲੈਂਡ ਅਮਰੀਕਾ ਕਨੇਡਾ ਆਸਟ੍ਰੇਲੀਆ ਦੋ ਦੋ ਚਾਰ ਚਾਰ ਮਹੀਨੇ ਬੇਟਾ ਆਪਣਾ ਆਸਟ੍ਰੇਲੀਆ ਕਰਕੇ ਨਾ ਉਹ ਮੈਂ ਉਸੇ ਕੰਮ 'ਚ ਉੱਥੇ ਰੁਝਿਆ ਇਹਦਾ ਲੋਕਡਾਊਨ ਹੋ ਗਿਆ ਇਹਦੇ ਵਿੱਚ ਕਈ ਲੋਕ ਇੱਦਾਂ ਦੇ ਨਵੇਂ ਨਵੇਂ ਕੰਮ ਸਹੀ ਗੱਲ ਆ ਤੁਹਾਡਾ ਤਾਂ ਮੰਦਾ ਲੱਗ ਗਿਆ ਹੈ ਨਾ ਇਸ ਕੰਮ 'ਚ ਬਹੁਤ ਜ਼ਿਆਦਾ ਜੀ ਅਤੇ ਇਸ ਕੰਮ ਦੇ ਵਿੱਚ ਕਈ ਲੋਕ ਫਿਰ ਉਹ ਇੱਥੇ ਕਿਹਾ ਜੀ ਕੋਈ ਗੱਲ ਬੰਦ ਨਾ ਕਰੀ ਉਹ ਲੋਕ ਹੈ ਨਾ ਥੋੜ੍ਹੀ ਜਿਹਾ ਫਿਰ ਇੱਧਰ ਧਿਆਨ ਤਾਂ ਮੇਰਾ ਵੀ ਇੱਦਾਂ ਇੱਧਰ ਧਿਆਨ ਹੋ ਗਿਆ ਨਾ ਅਸਲ 'ਚ ਕੀ ਜੇ ਧਿਆਨ ਨਹੀਂ ਹੁੰਦਾ ਮੈਂ ਆਪਾਂ ਘਰ ਵੀ ਗੱਲ ਕੀਤੀ ਇਹ ਰੱਬ ਡਿਊਟੀਆਂ ਲਾਉਂਦਾ ਹੁੰਦਾ ਕੋਈ ਵੀ ਚੰਗਾ ਬੰਦਾ ਤੂੰ ਅੱਜ ਇਨਸਾਨ ਚੰਗਾ ਆ ਲੱਖਾਂ ਲੋਕ ਮੈਨੂੰ ਫੋਨ ਕਰਦੇ ਆ ਵੱਡੇ ਛੋਟੇ ਬਹੁਤ ਚੌਧਰੀ ਵੀ ਆਪਾਂ ਗੱਲ ਕਰਦੇ ਹਾਂ ਆਪਾਂ ਹੀ ਕਰਦੇ ਹਾਂ ਬੰਦੇ ਦਾ ਸੁਭਾਅ ਜਾਂ ਚੰਗੇ ਚੰਗਾਪਣ ਜਿਹੜਾ ਦੇਖਿਆ ਜਾਂਦਾ ਉਹ ਚੰਗਾਪਣ ਲੋਕ ਉਹਦਾ ਦੇਖਦੇ ਸੀ ਸਹੀ ਗੱਲ ਹੈ ਤਾਂ ਉਹਨਾਂ ਦੇ ਪ੍ਰੋਗਰਾਮ ਲੱਗਦੇ ਸੀ ਜਿੱਦਾਂ ਤੁਸੀਂ ਗੱਲ ਵੀਰੇ ਵੀਰੇ ਤੋਂ ਬਿਨਾ ਨਹੀਂ ਕਰਨੀ ਭਾਈ ਮੈਂ ਹੁਣ ਮੈਂ ਛੋਟਾ ਸੀ 7 ਸਾਲ ਛੋਟਾ ਸੀ ਨਾਲੇ ਕੀ ਹੁਣ ਮੈਂ ਤੁਸੀਂ ਮੈਨੂੰ ਭਾਜੀ ਸਾਦੇ ਸੀ ਮੈਂ ਕਿਹਾ ਚਾਚਾ ਸੱਦਿਆ ਕਰੋ ਮੈਂ ਚਾਚਾ ਸੱਦਿਆ ਕਰੋ ਸਹੀ ਤੁਹਾਡੇ ਡੈਡੀ ਨਾਲੋਂ 5-7 ਸਾਲ ਛੋਟਾ ਹਾਂਜੀ ਕੋਈ ਵੀ ਠੀਕ ਨੇ ਤੁਸੀਂ ਕਲੀਅਰ ਕੀਤਾ ਉਹ ਹਾਂ ਕਲੀਅਰ ਕੀਤਾ ਤੇ ਉਹ ਵਧੀਆ ਵੀ ਲੱਗਦਾ ਦੱਸ ਦੇਣਾ ਚਾਹੀਦਾ ਐਵੇਂ ਤੀਲ ਕੋਣ ਦਾ ਕੋਈ ਫਾਇਦਾ ਨਹੀਂਗਾ ਤੇ ਵਧੀਆ ਇਨਸਾਨ ਸੀਗੇ ਮੈਨੂੰ ਉਹ ਉਸ ਵੇਲੇ ਇੱਕ ਵਾਕਿਆ ਸਾਂਝਾ ਕਰ ਲੈਂਦੇ ਅੱਜ ਆਪਾਂ ਮੈਂ ਕਰਨਾ ਆਪਦਾ ਸੀ ਮੈਂ ਤਾਂ ਜੀਵਨ ਨੇ ਸੀ ਉਹ ਜੀਵਨ ਦਫ਼ਤਰ 'ਚ ਲੱਗਾ ਕਲਦੀ ਪਾਸੇ ਥੱਲੇ ਦਫ਼ਤਰ ਖੁੰਜੀ ਵਾਲਾ ਬਿਲਕੁਲ ਕਮਰਾ ਹੁੰਦਾ ਸੀ ਤੁਹਾਡੇ ਡੈਡੀ ਦਾ ਅੱਛਾ ਉੱਥੇ ਇੱਕ ਟੇਬਲ ਤੇ ਦੋ ਕੁਰਸੀਆਂ ਖਰੇ ਸੋਨੀ ਵਾਲੇ ਹੁਣ ਜਿਹੜੇ ਨਹਿਰ 'ਚ ਕਹਿੰਦੇ ਸਿੱਟੇ ਆ ਸੁਣਿਆ ਮੈਂ ਖਰੇ ਉਹੀ ਹੋਣਗੇ ਉਹ ਪਹਿਲਾਂ ਦੀ ਗੱਲ ਆ ਨਾ ਅੱਛਾ ਉਹ ਸਾਸੀ ਦਾ ਪ੍ਰੋਗਰਾਮ ਹੀ ਬੁੱਕ ਕਰਨਾ ਸੀ ਉਹੀ ਅੱਛਾ ਪ੍ਰੋਗਰਾਮ ਬੁੱਕ ਕਰਨਾ ਸੀਗਾ ਤੇ ਚੱਲ ਗਿਆ ਜੀ ਸਪੀਡ ਗੈਂਗ ਦੀ ਟੇਪ ਹੁੰਦੀ ਸੀ ਟ੍ਰੈਕਟਰਾਂ ਤੇ ਟੇਪਾਂ ਲੱਗੀਆਂ ਰੀਲ ਤੱਕ ਕੇ ਪੈਂਦੀ ਹੁੰਦੀ ਸੀ ਸਪਰਿੰਗ ਵਾਲੀ ਸਪਰਿੰਗ ਵਾਲੀ ਟੇਪ ਇਹਨਾਂ ਨੇ ਟੇਬਲ ਤੇ ਰੱਖੀ ਡੈਡੀ ਤੇਰੇ ਨੇ ਨਾਲ ਸਪੀਕਰ ਨਾਲ ਟਰਾਂਸਫਾਰਮਰ ਡਿੱਬੇ ਵੱਖਰੇ ਉਹ ਆਪਣੀ ਰੀਲਾਂ ਸੁਣਨ ਨੂੰ ਵੀ ਕਹਿ ਦਈਏ ਵੀ ਉਦੋਂ ਜੇ ਕਹਿ ਦਈਏ ਗਰੀਬੀ ਗਰੀਬੀ ਮਰ ਜਾਂ ਮਰ ਜੀ ਪਰ ਉਹਨਾਂ ਨੇ ਪੈਸੇ ਫੂਕੇ ਨਹੀਂ ਤੁਹਾਡੇ ਡੈਡੀ ਨੇ ਉਹ ਉੱਥੇ ਵੀ ਗਰੀਬੀ ਦਾ ਵੀ ਕੰਮ ਚਲਾਈ ਜਾਂਦੇ ਸੀ ਦੱਸਦਾ ਸੀ ਵੀ ਚੱਲ ਆਪਣਾ ਗਾਣਾ ਸੁਣਨ ਲਈ ਵੀ ਉਹ ਰੱਖਿਆ ਅੱਛਾ ਉਹਦਾ ਅਸੀਂ ਮੈਂ ਮਿਸਤਰੀ ਸੀ ਮੈਂ ਹੁਣ ਇਹ ਵੀ ਦੱਸ ਦਵਾਂ ਵੀ ਮੈਂ 10 ਸਾਲ ਜਿਹੜਾ ਟੇਪ ਰਿਪੇਅਰ ਦਾ ਕੰਮ ਕੀਤਾ ਟੇਪਾਂ ਕੀ ਕਰਦਾ ਸੀ ਗੁਰਾਇਆ ਦੁਕਾਨ ਸੀ ਬੜਾ ਪਿੰਡ ਰੋਡ ਬੜਾ ਪਿੰਡ ਰੋਡ ਤੇ ਐਸਕੇ ਟੀਵੀ ਸੈਂਟਰ ਠੀਕ ਆ ਅੱਛਾ ਉਹਦਾ ਉਹ ਰੂਲਰ ਖਰਾਬ ਜਾਂ ਮੋਰਲੀ ਫਿਰਕੀ ਖਰਾਬ ਦੋ ਚੀਜ਼ਾਂ ਹਨਾ ਇਹ ਟੇਪਾਂ ਦੀਆਂ ਸਦਾ ਹੀ ਖਰਾਬ ਹੋਈਆਂ ਰਹਿੰਦੀਆਂ ਸੀ ਜਾਂ ਉਹਨੇ ਮੋਰਲੀ ਫਿਰਕੀ ਖੜ ਕੇ ਰੀਲ ਫਸਣ ਲੱਗ ਪੈਣੀ ਜੇ ਰੂਲਰ ਨੂੰ ਕੁਛ ਹੋ ਗਿਆ ਉਹਨੇ ਬਹਿ ਜਾਣਾ ਜਾਂ ਰੁਕ ਰੁਕ ਕੇ ਚੱਲਣਾ
ਮਤਲਬ ਟੇਪ ਵੀ ਠੀਕ ਕਰਕੇ ਆਉਂਦੀ ਸੀ ਇਹ ਵਾਕਿਆ ਤੁਹਾਡਾ ਸਾਂਝਾ ਕਰਤਾ ਤੁਹਾਡੇ ਸਾਹਮਣੇ ਉਦੋਂ ਮਿਲੇ ਹਾਂ ਪਤੀ ਉਹਨਾਂ ਨੇ ਆ ਕੇ ਕਹਿੰਦੇ ਹੁਣ ਲੰਗਰ ਪਾਣੀ ਕਹਿੰਦੇ ਰਹਿੰਦੇ ਆ ਲੰਗਰ ਪਾਣੀ ਉਹ ਘੱਟੇ ਛੱਕਦੇ ਰਹਿੰਦੇ ਸੀ ਇਹ ਵੀ ਦੱਸ ਦਈਏ ਵੀ ਐਵੇਂ ਇਹਨਾਂ ਦੇ ਢਿੱਡ 'ਚੋਂ ਛੋਲੇ ਕੱਢੀ ਜਾਓ ਜੀ ਫਲੋਰ ਰਹਿੰਦੇ ਨਿਕਲੇ ਸੀ ਕੁਛ ਨਹੀਂ ਹੋਇਆ ਬਾਕੀ ਫਲੋਰ ਵਾਲੀ ਗੱਲ ਆ ਤੁਹਾਨੂੰ ਤੁਸੀਂ ਭਾਵੇਂ ਦੱਸ ਦਿਓ ਉਹ ਵੀ ਜੇ ਗੋਲੀਆਂ ਉਹਦਾ ਪੋਸਟਮਾਰਟਮ ਹੋਇਆ ਪੁਲਿਸ ਵਾਲਾ ਕੋਈ ਰਿਕੋਰਡ ਹੋਊਗਾ ਉਹਦੇ ਸਾਹਮਣੇ ਹੁੰਦਾ ਹੁੰਦਾ ਵੀ ਉਹ ਰਿਪੋਰਟਾਂ ਕਲੀਅਰ ਨੇ ਅੱਜ ਤੱਕ ਹੋਈਆਂ ਕਿੰਨੀਆਂ ਗੋਲੀਆਂ ਕਿਹਦੇ ਵੱਜੀਆਂ ਜੇ ਉਹਨਾਂ ਨੇ ਚੈੱਕ ਕੀਤਾ ਡਾਕਟਰ ਨੇ ਦੇਖਿਆ ਹੋਊਗਾ ਜੀ ਤੁਸੀਂ ਕਹਿੰਦੇ ਕੱਪੜੇ ਹਾਂ ਤੁਸੀਂ ਦੱਸ ਦਿਓ ਕੱਪੜੇ ਕੱਟੇ ਆਪਾਂ ਪੋਸਟਮਾਰਟਮ ਰਿਪੋਰਟ 'ਚ ਲਿਖਿਆ ਹੋਣਾ ਚਾਹੀਦਾ ਕਿ ਵੀ ਆਹ ਅੰਗ ਦੇ ਉੱਤੇ ਇੰਨੀਆਂ ਗੋਲੀਆਂ ਸੀਗੇ ਸਭ ਨੂੰ ਹੋਣਾ ਚਾਹੀਦਾ ਉਹ ਕਹਿੰਦੇ ਹੁਣ ਮੈਂ ਆਪਣਾ ਰਿਟਾਇਰ ਹੋਣ ਤੋਂ ਬਾਅਦ ਹੀ ਕਰੂੰਗਾ ਅੱਛਾ ਬਾਅਦ ਕਰਨੀ ਸੀ ਬੀਆ ਸਾਹਿਬ ਦੀ ਉਹ ਪੁਲਿਸ ਵਾਲਿਆਂ ਨੇ ਕਹਿੰਦੇ ਗੱਲਬਾਤ ਹੋਈ ਕਹਿੰਦੇ ਪੋਸਟਮਾਰਟਮ ਕਰਾਇਆ ਸੀਗੇ ਸਾਹਿਬ ਨੂੰ ਮੈਂ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਹੈ ਨਾ ਉਹ ਗੱਲਾਂ ਜਿਹੜੀਆਂ ਗੋਲੀਆਂ ਕਿੰਨੀਆਂ ਵੱਜੀਆਂ ਕਿਹਦੇ ਕਿੰਨੀਆਂ ਸੀ ਕਿੱਥੇ ਲੱਗੀਆਂ ਸੀ ਇੰਨਾ ਕੇ ਦੱਸ ਦਿਓ ਦਰਸ਼ਕ ਇਹਨਾਂ ਵੀ ਬੜੇ ਖੁਸ਼ ਆ ਉਹ ਤੁਹਾਡੀ ਨਿਆਣਿਆਂ ਦੀ ਵੀ ਰੂਹ ਖੁਸ਼ ਹੋਊਗੀ ਉਹਦੇ ਨਾਲ ਥੋੜ੍ਹੀ ਠੀਕ ਆ ਕਿ ਸਾਡੇ ਸਾਹਮਣੇ ਸੱਚ ਆਇਆ ਸਾਡੇ ਸਾਹਮਣੇ ਸੱਚ ਮਨ ਨੂੰ ਸ਼ਾਂਤੀ ਮਿਲਦੀ ਉਹ ਵੀ ਜ਼ਰੂਰ ਉਹ ਜਿਹੜਾ ਰੋਟੀ ਪਾਣੀ ਦਾ ਕਹਿੰਦੇ ਹਾਂ ਨਾ ਰੋਟੀ ਪਾਣੀ ਸਾਡੇ ਪ੍ਰੋਗਰਾਮਾਂ ਤੇ ਜਿਹੜੇ ਪ੍ਰੋਗਰਾਮ ਹੁਣ ਜੇ 5-7 ਦਿਨ ਪਹਿਲਾਂ 6 ਦਿਨ ਪਹਿਲਾਂ ਪ੍ਰੋਗਰਾਮ ਸਾਡੇ ਲੱਗਾ ਰੋਟੀ ਉਹਨਾਂ ਦੇ ਪਹਿਲਾਂ ਤਾਂ ਘਰੋਂ ਲਿਆਉਂਦੇ ਹੁੰਦੇ ਸੀ ਵੀ ਜੇ ਲੋੜ ਪੈਂਦੀ ਖਾਣੀ ਤਾਂ ਨਹੀਂ ਤਾਂ ਨਹੀਂ ਸਵੇਰ ਨੂੰ ਖਾ ਕੇ ਆਉਂਦੇ ਸੀ ਕਿਸੇ ਨਾ ਕਿਸੇ ਪ੍ਰੋਗਰਾਮ 'ਚ ਤੁਸੀਂ ਇੱਦਾਂ ਸੁਣਿਆ ਹੋਣਾ ਵੀ ਮੰਮੀ ਤੁਹਾਡੀ ਨਾਲ ਹੈ ਨਾ ਪ੍ਰੋਗਰਾਮ ਇੱਦਾਂ ਕਰਦੇ ਹੁੰਦੇ ਸੀ ਥੋੜ੍ਹੇ ਜਿਹੇ ਲੋਕ ਕਿਉਂ ਪਸੰਦ ਕਰਦੇ ਸੀ ਇਹ ਪ੍ਰੋਗਰਾਮ ਜਿੱਦਾਂ ਆਪਾਂ ਘਰ ਦੀਆਂ ਗੱਲਾਂ ਆਪਾਂ ਘਰ ਬੈਠ ਕੇ ਕਰਦੇ ਸੀ ਇੱਦਾਂ ਸਟੇਜ 'ਤੇ ਕਰ ਲੈਂਦੇ ਹੁੰਦੇ ਸੀ ਮੰਮੀ ਡੈਡੀ ਕਰਦੀਆਂ ਉਹ ਨਹੀਂ ਕਹਿਣਾ ਜੇ ਸਵੇਰ ਦੀਆਂ 5 ਖਾਧੀਆਂ ਆ ਮੇਥੇ ਆਈਆਂ ਉਹ ਬਣ ਰਹੀਆਂ ਆ ਮਤਲਬ ਜਿਹਨੇ ਹੁਣੇ ਛੋਲੇ ਖਾਧੇ ਉਹ ਗਾ ਨਹੀਂ ਸਕਦਾ ਇੱਦਾਂ ਜਿੰਨਾ ਉਹਨੇ ਜ਼ੋਰ ਲਾ ਕੇ ਗਾਉਣਾ ਸੀ ਉਹਨੇ ਇੱਥੇ ਗਾਣਾ ਗਾਉਣਾ ਸੀ ਆਪੇ ਗੱਲ ਕਰਕੇ ਨਹੀਂ ਹੱਸੀ ਦਾ ਰੋਟੀ ਖਾ ਕੇ ਨਹੀਂ ਜਿੰਨਿਆਂ ਲੋਕਾਂ ਨੂੰ ਉਹ ਅੱਬਲ ਤਾਂ ਉਹਦੀ ਵੀਡੀਓ ਮੈਨੂੰ ਲੱਗਦਾ ਕਿਸੇ ਨੇ ਐਵੇਂ ਉਹ ਐਂ ਗੋਲ ਘੁਲਾਰੇ ਬਣਾ ਬਣਾ ਪਾਈ ਆ ਉਹ 'ਚ ਨਹੀਂ ਉਹਦੇ ਪੈਰ ਦੀ ਦੇ ਮੈਂ ਖੜੀ ਦੀ ਦਿਖਾਊਂਗਾ ਪੂਰੀ ਠੀਕ ਆ ਖੜਿਆਂ ਦੀ ਪੱਬਾਂ ਪਾ ਆਪੇ ਗੱਲ ਕਰਕੇ ਨਹੀਂ ਹੱਸੀ ਦਾ ਜਦੋਂ ਕਹਿੰਦੇ ਆ ਵਿੱਚੇ ਮਾਨਕੂ ਦਾ ਢਾਟ ਵਿੱਚੇ ਉਹਨਾਂ ਦਾ ਅੱਡੀਆਂ ਚੱਕ ਹੁੰਦੀਆਂ ਉਹਨਾਂ ਦੀਆਂ ਪੱਬਾਂ ਦੇ ਭਾਰ ਪੱਬਾਂ ਪਾ ਪੱਬਾਂ ਭਾਰ ਤੇ ਹੈਕ ਦੇ ਵਿੱਚ ਸਾਹ ਨਹੀਂ ਉਹਨਾਂ ਚਿਰ ਲੈਂਦੇ ਸੀ ਜਿੰਨਾ ਚਿਰ ਉਹ ਦੋ ਟੱਪੇ ਕਹਿੰਦੇ ਆ ਇੰਨਾ ਜ਼ੋਰ ਲਾਉਣ ਵਾਲੇ ਸੀ ਜੇ ਆਪਾਂ ਤਾਜ਼ੇ ਛੋਲੇ ਖਾ ਕੇ ਢਿੱਡ ਭਰ ਕੇ ਉਹ ਜ਼ੋਰ ਲਾ ਲੈ ਤਾਂ ਉਲਟੀ ਆ ਕੇ ਬਾਹਰ ਆ ਜਾਣੇ ਆ ਮੈਨੂੰ ਤਾਂ ਲੱਗਦਾ ਘਰੋਂ ਵੀ ਨਹੀਂ ਖਾ ਕੇ ਤੁਸੀਂ ਇਹ ਗੱਲ ਨੂੰ ਮੰਨਿਆ ਕਰੋ ਕਿੰਨੀ ਕਿੰਨੀ ਦੂਰ ਜਾਣਾ ਹੁੰਦਾ ਸੀ ਉਹਨਾਂ ਨੇ ਮੈਨੂੰ ਪਤਾ ਵੀ ਉਹ ਨਹੀਂ ਸੀਗਾ ਉਹਨਾਂ ਨਾਲ ਗੱਲਾਂ ਸਾਰੀਆਂ ਚੱਲ ਸਾਂਝੀ ਗੱਲ ਫੇਰ ਮੰਦੀ ਚੰਗੀ ਕਰਨੀ ਕੋਈ ਗੱਲ ਨਹੀਂ ਇੱਕ ਬੀੜੀ ਪੀ ਲੈਂਦੇ ਹੁੰਦੇ ਸੀ ਬਸ ਉਹੀ ਉਹਨਾਂ ਦੀ ਰੋਟੀ ਸੀ ਉਹੀ ਉਹਨਾਂ ਦੇ ਛੋਲੇ ਜੋ ਝੂਠ ਬੋਲਦੇ ਝੋਲਕਿਆਂ ਵਾਲੇ ਜਿਹੜੇ ਬੰਦੇ ਉਹ ਖਾਂਦੇ ਵਿਆਹ ਤੇ ਜਾ ਕੇ ਬਾਜੇ ਵਾਲੇ ਹੁੰਦੇ ਆ ਉਹ ਪੀਪਨੀ ਨਾਲ ਸ਼ੱਕ ਨਾ ਖਾਵੇ ਬਾਕੀ ਸਾਰੇ ਖਾਂਦੇ ਹੁੰਦੇ ਆ ਬਾਕੀਆਂ ਨੇ ਖਾਧੀ ਠੀਕ ਆ ਤੁਸੀਂ ਸੱਚ ਬੋਲ ਦੋ ਵੈਸੇ ਖਾਧੀ ਸੀ ਉਹਨਾਂ ਦਾ ਨਾਂ ਨਾ ਲੈਣ ਉਹ ਅੰਦਰ ਪੈ ਰੈਸਟ ਕਰਦੇ ਸੀ ਉਹਨਾਂ ਨੇ ਘੰਟਾ ਬਾਅਦ ਰੈਸਟ ਉਹਨਾਂ ਨੇ ਚਵਾਰੇ 'ਚ ਰੈਸਟ ਹੀ ਕੀਤੀ ਆ ਉਹਨਾਂ ਦਾ ਖਾਣ ਪੀਣ ਨਾਲ ਕੋਈ ਧਿਆਨ ਨਹੀਂ ਉਹਨਾਂ ਦਾ ਪ੍ਰੋਗਰਾਮ ਵੱਲ ਧਿਆਨ ਸੀ ਉਹ ਫਿਰ ਉਹੀ ਕਹਿੰਦੇ ਹਰੇਕ ਜਿਹੜਾ ਉੱਠਦਾ ਚੁੱਲ੍ਹੇ ਖਾ ਲੈ ਜਿਹੜਾ ਉੱਠਦਾ ਰੋਟੀ ਖਲਾਈ ਮੈਂ ਖਲਾ ਲਈ ਨਾ ਕਰਿਆ ਕਰੋ ਇਦਾਂ ਉਹਦਾ ਸਿਰਫ ਆਪਣਾ ਕੰਮ ਕਰਨ ਤੋਂ ਬਾਅਦ ਸ਼ਾਮੀ ਰੋਟੀ ਕੰਮ ਕਰਨ ਤੋਂ ਬਾਅਦ ਸ਼ਾਮੀ ਰੋਟੀ ਆਪਾਂ ਤਾਂ ਉਹ 3-4 ਵਜੇ ਜਾ ਕੇ ਕਿਤੇ ਰਾਹ 'ਚ ਵੀ ਢਾਬੇ 'ਤੇ ਵੀ ਖਾ ਲੈਂਦੇ ਸੀ ਜਾਂ ਘਰ ਪਹੁੰਚ ਕੇ ਨਹੀਂ ਤਾਂ ਉਹਨਾਂ ਦੇ ਡੱਬੇ 'ਚ ਪਈ ਕਾਰ 'ਚ ਖਾਣੀ ਕਾਰ 'ਚ ਵੀ ਖਾ ਲੈਂਦੇ ਸੀ ਉਹ ਉਹਨਾਂ ਦਾ ਆਪਣਾ ਪ੍ਰੋਗਰਾਮ ਸੀ ਉਹਨੂੰ ਲੋਕਾਂ ਦੇ ਪਰੌਂਠਿਆਂ ਨਾਲ ਨਾ ਜੋੜਿਆ ਕਰੋ ਇਹਨਾਂ ਨੂੰ ਉਹਨਾਂ ਦਾ ਖਾਣਾ ਪੀਣਾ ਜਿਹੜਾ ਗਾਉਂਦਾ ਹੁੰਦਾ ਬੰਦਾ ਉਹ ਇਦਾਂ ਪਰੌਂਠੇ ਉੱਤੇ ਖਾ ਕੇ ਇੱਕਦਮ ਰਾੜ ਨਹੀਂ ਪਾਉਣ ਲੱਗਦਾ ਉਹਨਾਂ ਦੇ ਕਲੀਆਂ ਜਿਹੜੀਆਂ ਨਾ ਪਾਈਆਂ ਹਨ ਦੇਖ ਲਓ ਕਲਾਕਾਰ ਕਿਤੇ ਵੀ ਜਾਊਗਾ ਪ੍ਰੋਗਰਾਮ ਤੇ ਅੱਜ ਵੀ ਤੁਸੀਂ ਦੇਖ ਲਓ ਕਲਾਕਾਰ ਜਦੋਂ ਵੀ ਪ੍ਰੋਗਰਾਮ ਤੇ ਜਾਊਗਾ ਉਹ ਕਦੀ ਵੀ ਜਿਆਦਾ ਢਿੱਡ ਭਰ ਕੇ ਨਹੀਂ ਕਹੂਗਾ ਖਾਣਾ ਨਹੀਂ ਕਹੂਗਾ ਜਿਹੜਾ ਸਮਝਦਾਰ ਹੋਊਗਾ ਉਹ ਪਹਿਲਾਂ ਆਪਣਾ ਕਹੂਗਾ ਜੀ ਮੈਂ ਤਿਆਰ ਹੋਣਾ ਸਟੇਜ ਤੇ ਜਾਣਾ ਨਹੀਂ ਜਿਹਨੇ ਸੀਡੀ ਲੱਗੇ ਜਿਹਨੇ ਸੀਡੀ ਲਾਉਣੀ ਆ ਜਿਹਨੇ ਸੀਡੀ ਲਾਉਣੀ ਉਹ ਤਾਂ ਭਾਵੇਂ ਆਪਣਾ ਉਹ ਤਾਂ ਫਿਰ ਪੂਰੀਆਂ ਜੋ ਮਰਜੀ ਜਿੰਨੀਆਂ ਮਰਜੀ ਖਾ ਲਵੇ ਉਹਨੇ ਤਾਂ ਸਿਰਫ ਟੱਪ ਕੇ ਹਾਜ਼ਮੇ ਕਰਨੀਆਂ ਹੁੰਦੀਆਂ ਨੇ ਬਿਲਕੁਲ ਬਿਲਕੁਲ ਉਹ ਹਾਜ਼ਮ ਕਰੇ ਜਿਹਨੇ ਲਾਈਵ ਗਾਉਣਾ ਆਉਣੀ ਜਿਹਨੇ ਲਾਈਵ ਗਾਉਣਾ ਜਿਹੜੀਆਂ ਉਹਦੀਆਂ ਕਲੀਆਂ ਮੈਂ ਵੀ ਪਾਈਆਂ ਜੁਣੇ ਮੋੜ ਦੀ ਤੀਆਂ ਲੋਂਗੋਵਾਲ ਦੀਆਂ ਵੀ ਗਾਈਆਂ ਤੁਸੀਂ ਵੀ ਸੁਣੀਆਂ ਹੋਣੀਆਂ ਸੁਣੀਆਂ ਮੈਂ ਸੁਣੀਆਂ ਤੇ ਜਿੱਦਾਂ ਦਾ ਉਹਨਾਂ ਨੇ ਜ਼ੋਰ ਲਾਇਆ 19-20 ਸਾਲ ਦੀ ਉਮਰ 'ਚ ਧੀਆਂ ਭੈਣਾਂ ਲੁੱਟੇ ਵੇ ਤੂੰ ਕਾਹਦਾ ਸੂਰਮਾ ਜੇ ਉਹ ਜ਼ੋਰ ਲਾਇਆ ਹਨਾ ਉਹ ਜ਼ੋਰ ਹੈਕ ਦਾ ਜ਼ੋਰ ਆ ਉਹ ਤੇ ਰੋਟੀ ਖਾ ਕੇ ਉਹ ਜ਼ੋਰ ਨਹੀਂ ਲੱਗਦਾ ਚਾਹੇ ਜਿਹੜਾ ਮਰਜ਼ੀ ਮਾਈ ਦਾ ਲਾਲ ਗਾ ਲਵੇ ਉਹਦੇ ਗਾਣੇ ਗਾ ਦੇਵੇ ਸਰਦੂਲ ਨੇ ਮੈਂ ਜਿਹੜੀ ਤੁਸੀਂ ਨਹੀਂ ਹਾਲੇ ਸੁਣਿਆ ਉਹਦਾ ਗਾਣਾ ਬਾਪੂ ਸਾਡੇ ਗੁੰਮ ਹੋ ਗਿਆ ਸਰਦੂਲ ਤੇ ਨੂਰੀ ਨੇ ਰਿਕਾਰਡਿੰਗ ਦੇ ਰੀਲਾਂ ਮੈਂ ਪਾਇਆ ਹੋਇਆ ਯੂਟਿਊਬ ਰੀਲਾਂ ਦੀ ਦੁਕਾਨ ਆਈ ਸੀਗੀ ਉਹਦੇ ਵਿੱਚ ਰਿਕਾਰਡਿੰਗ ਨਹੀਂ ਸੀ ਕਰਾਈ ਪਰ ਲਾਈਵ ਗਾਤਾ ਸੀ ਉਹਨਾਂ ਨੇ ਇੱਕ ਟੱਪਾ ਗਾ ਕੇ ਹਥਿਆਰ ਸਿਰ ਤੇ ਸੀ ਬਹਿ ਗਿਆ ਸੀ ਇੱਕ ਟੱਪਾ ਦੋਵਾਂ ਨੇ ਚਮਕੀਲਾ ਸਾਹਿਬ ਦਾ ਗਾਇਆ ਸਰਦੂਲ ਤੇ ਨੂਰੀ ਬਹੁਤ ਜਾਨ ਨਾਲ ਗਾਉਂਦੇ ਆ ਬੜੇ ਪਾਵਰ ਆ ਉਹਨਾਂ ਦੀ ਇਹ ਨਹੀਂ ਮੰਨਣ ਵਾਲੀ ਗੱਲ ਆ ਸਰਦੂਲ ਦੀ ਪਰ ਉਹਨਾਂ ਦਾ ਇੱਕ ਟੱਪਾ ਗਾ ਕੇ ਉਹ ਬਹਿ ਗਿਆ ਸੀ ਉਸ ਤੋਂ ਬਾਅਦ ਬਾਅਦ ਵਿੱਚ ਗਾ ਕੇ ਗਾਉਣਾ ਸ਼ੁਰੂ ਕੀਤਾ ਉਹ ਟੱਪਾ ਗਾ ਕੇ ਮਤਲਬ ਐਂਡ ਦਾ ਸੀ ਉਹ ਗਾਣੇ ਦਾ ਬੰਦ ਕਰਤਾ
ਉਹ ਕਾਪੀ ਕਰਨੀ ਜਾਂ ਉਹ ਆਵਾਜ਼ ਕੱਢਣੀ ਕਿਸੇ ਦੇ ਬਸ ਦਾ ਨਹੀਂ ਤਾਂ ਕੋਈ ਵੀ ਹੁਣ ਜੇ ਕੋਈ ਵੀ ਕਹਿੰਦਾ ਮੈਂ ਚਮਕੀਲਾਂ ਇੱਕ ਵਾਰੀ ਇੱਕ ਟੱਪਾ ਹੀ ਤੁਸੀਂ ਉਹਦਾ ਪੁਰਾਣੇ ਗਾਣੇ ਦਾ ਹੀ ਮੈਂ ਨਹੀਂ ਕਹਿੰਦਾ ਪੁਰਾਣੇ ਗਾਣੇ ਦਾ ਇੱਕ ਟੱਪਾ ਬੂ ਬੂ ਗਾ ਦਿਓ ਦੁਨੀਆਂ ਤੁਹਾਨੂੰ ਹੱਥਾਂ 'ਤੇ ਚੱਕ ਲੂਗੀ ਅਤੇ ਵਾਹਵਾ ਕਰ ਦੂਗੀ ਬਾਕੀ ਨਵੇਂ ਗਾਉਣ ਗਾਣੇ ਗਾਉਣ ਦੀ ਹਿੰਮਤ ਤਾਂ ਹਰੇਕ ਜੈਮਰ ਵੀ ਉਨੀ ਰੱਖਦਾ ਹੋਰ ਵੀ ਕਲਾਕਾਰ ਉਨੀ ਰੱਖਦੇ ਆ ਬਿਲਕੁਲ ਕੋਈ ਮਾੜਾ ਚੰਗਾ ਸਟੂਡੀਓ ਕਿਹਾ ਨਾ ਲੈਣਾ ਗਾਈ ਆ ਭਾਵੇਂ ਕੋਈ ਵੀ ਠੀਕ ਆ ਉਹਦੀ ਆਵਾਜ਼ ਆਪਣੀ ਮੰਮੀ ਵਰਗੀ ਡੈਡੀ ਦਾ ਅਸਲ 'ਚ ਕੀ ਗੱਲ ਆ ਲੋਕਾਂ ਦੀ ਦਬੀ ਆਵਾਜ਼ ਦਬੀ ਰਹਿ ਗਈ ਮੈਂ ਮੂੰਹ 'ਤੇ ਦੱਸ ਦੇਣਾ ਤੁਹਾਡੇ ਅੱਜ ਇਹਨਾਂ ਦੀ ਏਜ ਹੈ ਨਾ ਉੱਤੋਂ 20 ਸਾਲ ਤੋਂ ਜੇ ਤੁਹਾਡਾ ਰਿਆਜ਼ ਹੁੰਦਾ 17-18 ਸਾਲ ਤੋਂ ਮਾਸਟਰ ਸਲੀਮ ਦੀ ਵੀਡੀਓ ਪਾਊਂਗਾ ਮੈਂ ਛੋਟੇ ਹੁੰਦੇ ਦੀ ਬੱਚਾ ਸੀ ਉਹਦੇ ਪੇ ਨੇ 7 ਸਾਲ ਦੇ ਨੂੰ ਢਾਡ ਪਾਉਣ ਲੱਗਤਾ ਸੀ ਚਾਹ ਬਾਜੇ ਦੇ ਬੋਲ ਵੇ ਜੇ ਕਿਤੇ ਤੈਨੂੰ ਉਦਾਂ ਦਾ ਬੰਦਾ ਜੁੜਿਆ ਹੁੰਦਾ ਹੁਣ ਨੂੰ ਹੋ ਸਕਦਾ ਪੇ ਨੂੰ ਉੱਪਰ ਹੁੰਦੀ ਗੱਲ ਉਹ ਤਾਂ ਕਹਿੰਦੇ ਸੀ ਇਹਨੂੰ ਗਾਉਣਾ ਹੀ ਨਹੀਂ ਗਾ ਤਾਂ ਪਾਈਲਟ ਬਣਾਉਣਾ ਇਹ ਤਾਂ ਕੰਮ ਜਿਵੇਂ ਇਹਨੂੰ ਪਾਉਣਾ ਹੀ ਨਹੀਂ ਅਸੀਂ ਪਤਾ ਕਿਵੇਂ ਕਰਦੇ ਆ ਵੀ ਸਮਾਂ ਨਹੀਂ ਬਣਿਆ ਸਮਾਂ ਨਹੀਂ ਬਣਿਆ ਗਾਉਣ ਦੇ ਵਿੱਚ ਤੁਹਾਡੀ ਆਵਾਜ਼ 'ਚੋਂ ਘਾਟ ਆ ਉਹ ਘਾਟ ਆ ਬਾਕੀ ਗਾਉਣੋਂ ਕੋਈ ਕਸਰ ਨਹੀਂ ਗੀ ਗਾਣੇ ਤੁਹਾਡੇ ਮੈਂ ਸੁਣੇ ਆ ਹਾਂਜੀ ਹਾਂਜੀ ਗਾਣਿਆਂ 'ਚ ਕੋਈ ਕਸਰ ਨਹੀਂ ਜਾਂ ਤਰਜਾਂ ਬਣਾਉਣ 'ਚ ਜਾਂ ਉਹਨੂੰ ਸਹੀ ਗਾਉਣ 'ਚ ਕੋਈ ਕਸਰ ਨਹੀਂ ਹੈਗੀ ਜਿਹੜੀ ਘਾਟ ਰਹਿ ਗਈ ਆ ਰਿਆਜ਼ ਦੀ ਰਹਿ ਗਈ ਆ ਰਿਆਜ਼ ਬਹੁਤ ਲੇਟ ਹੋਇਆ ਜਦੋਂ 25-26 ਸਾਲ ਦੀ ਉਮਰ 'ਚ ਰਿਆਜ਼ ਕਰਨਾ ਸ਼ੁਰੂ ਕਰਦੇ ਆ ਬਹੁਤ ਹੀ ਜ਼ੋਰ ਲਾਉਣਾ ਪੈਣਾ ਬਹੁਤ ਹੀ ਜ਼ੋਰ ਲਾਉਣਾ ਪਊਗਾ ਜਾਂ ਫਿਰ ਤੁਹਾਡੀ ਆਵਾਜ਼ ਉਹ ਖੁੱਲਣੀ ਨਹੀਂ ਗਲਕ ਨਹੀਂ ਖੁੱਲਦਾ 17-18 ਸਾਲ ਕੱਚਾ ਹੁੰਦਾ ਤੇ ਹੁਣ ਪ੍ਰੋਗਰਾਮ ਵੀ ਇੰਨੇ ਜ਼ਿਆਦਾ ਨਹੀਂ ਹੈਗੇ ਜਿਹੜਾ ਤੁਸੀਂ ਰੋਜ਼ ਢਾਡੀ ਪਾਈ ਜਾਂਦੇ ਡੈਡੀ ਤੁਹਾਡਾ ਐਵਰੀ ਡੇ ਪਾਉਂਦਾ ਸੀ ਡੈਡੀ ਦਾ ਉਹਦਾ ਗਲ ਰਹਿੰਦਾ ਹੀ ਪ੍ਰੋਗਰਾਮ ਤੇ ਉਹਦਾ ਗਲ ਕਿੰਨਾ ਖੁੱਲ ਗਿਆ ਉਹ ਖੁੱਲ ਗਿਆ ਠੀਕ ਹੈ ਨਹੀਂ ਉਹ ਜਿੱਦਣ ਅਸੀਂ ਸ਼ੁਰੂ ਕੀਤਾ ਸੋਨੀਆਂ ਨਾਲ ਗਾਉਣਾ ਜਿੱਦਣ ਉਹਨਾਂ ਨੇ ਪ੍ਰੋਗਰਾਮ ਲਾਉਣੇ ਸ਼ੁਰੂ ਕੀਤੇ ਮੈਂ ਉਦੋਂ ਤੋਂ ਦੇਖਦਾ ਉਦੋਂ ਤੋਂ ਨਹੀਂ ਮੈਂ ਛਿੰਦੇ ਦੇ ਨਾਲ ਉਦੋਂ ਪਹਿਲਾਂ ਤੋਂ ਦੇਖਦਾ ਬਿਲਕੁਲ ਮੈਂ ਬਹੁਤ ਪੁਰਾਣਾ ਹੀ ਜੁੜਿਆ ਆ ਜਦੋਂ ਤੋਂ ਬੱਚੇ ਸੀਗੇ ਉਹ ਵੀ ਬੱਚੇ ਸੀ ਤੁਸੀਂ ਤਾਂ ਹੁਣ ਵੱਡੇ ਆ ਉਹ ਤਾਂ ਬਹੁਤ 7-7 ਸਾਲ ਛੋਟੇ ਬੱਚੇ ਸੀ ਉਤੋਂ ਜੁੜਿਆ ਉਤੋਂ ਹੀ ਇੰਨੇ ਜ਼ੋਰੇ ਲਾਉਂਦੇ ਸੀ ਤਾਂ ਹੀ ਗਲਾ ਖੁੱਲਿਆ 19-20 ਸਾਲ ਤੋਂ ਹੀ ਪੂਰਾ ਜ਼ੋਰ ਲਾ ਕੇ ਖੁੱਲ੍ਹ ਕੇ ਗਾਇਆ ਉਹਨਾਂ ਨੇ ਹਨਾ ਤੇ ਉਹ ਤਾਂ ਤੁਹਾਨੂੰ ਉਹ ਮੌਕਾ ਨਹੀਂ ਮਿਲਿਆ ਕੋਈ ਗੱਲ ਨਹੀਂ ਹੁਣ ਵੀ ਰਿਆਜ਼ ਰੋਜ਼ ਕਰਿਆ ਕਰੋ ਤੇ ਗਾਣੇ ਡੈਡੀ ਵਾਲੇ ਆ ਨਵੇਂ ਉਦਾਂ ਦੇ ਖੂਬੂ ਕੋਈ ਗੱਲ ਨਹੀਂ ਆਵਾਜ਼ ਨਹੀਂ ਮੈਨੂੰ ਲੱਗਦੀ ਆਪਾਂ ਗਾ ਤਾਂ ਸਕਦੇ ਹਾਂ ਹਰੇਕ ਬੰਦੇ ਨੇ ਗਾਉਣਾ ਜੇ ਹੋਰ ਵੀ ਕਿਸੇ ਨੇ ਗਾਉਣਾ ਤਾਂ ਉੱਦਾਂ ਹੀ ਆ ਠੀਕ ਨਹੀਂ ਕੋਸ਼ਿਸ਼ ਕਰੋ ਮਿਹਨਤ ਕਰੋ ਕੋਈ ਗੱਲ ਨਹੀਂ ਤੇ ਬਾਕੀ ਸਾਰੇ ਲੋਕੀ ਆ ਪਿਆਰ ਦਿਆ ਕਰੋ ਅਸੀਂ ਗਾਹਾਂ ਹੁਣ ਇਕੱਠੇ ਥੋੜੀ ਬਹੁਤ ਗੱਲਾਂ ਬਾਤਾਂ ਤੁਹਾਨੂੰ ਕਰਕੇ ਸੁਣਾਇਆ ਕਰਾਂਗੇ ਕਿਉਂਕਿ ਇਹ ਬਹੁਤ ਲੁਕੇ ਰਹਿ ਗਏ ਆ ਬਹੁਤ ਪਿੱਛੇ ਰਹਿ ਗਏ ਕਈ ਗੱਲਾਂ ਕਲਮਾ ਬਣਾਉਣ ਵਾਲੇ ਜਾਂ ਹੋਰ ਮੋਹਰੇ ਹੈਗਾ ਪਰ ਘਰ ਦਾ ਬੰਦਾ ਜਿਹੜਾ ਬਹੁਤ ਪਿੱਛੇ ਰਹਿ ਗਿਆ ਮੇਰੇ ਨਾਲ ਚਾਚੇ ਨਾਲ ਸਾਂਝੀਆਂ ਹੋਣਗੀਆਂ ਤੁਹਾਡੇ ਜ਼ਰੀਏ ਦੇਖੋ ਤੁਹਾਡੇ ਜ਼ਰੀਏ ਪੁਰਾਣੀਆਂ ਗੱਲਾਂ ਅਸੀਂ ਇਹਦੇ ਛੋਟੇ ਭਰਾ ਦੇ ਜਨਮ ਤੋਂ ਇਹਦੇ ਜਨਮ ਤੋਂ ਤੁਹਾਡਾ ਜਨਮ ਕਿਹਦੇ ਸਾਲ ਦਾ ਮੇਰਾ 84 ਦਾ ਜੀ 84 ਦਾ ਜਨਮ ਹੈ ਤੁਹਾਡਾ 4 ਅਕਤੂਬਰ ਦਾ ਅੱਛਾ ਅਮਰਜੋਤ ਗਾਉਣ ਲੱਗ ਪਈ ਸੀਗੀ 82 ਚ ਹਾਂਜੀ 81 ਤਾਂ ਸੋਨੀਆ ਸੀਗੀ 80 81 ਚ ਹਾਂਜੀ ਮੇਰੇ ਹਿਸਾਬ ਨਾਲ 80 81 ਜਿਹਨਾਂ ਨੇ ਜਮਾਲਪੁਰ ਵਾਲੇ ਘਰ 'ਚ ਰਿਹਾਇਸ਼ ਕਰ ਲਈ ਸੀਗੀ ਹੈ ਨਾ ਪਹਿਲਾਂ ਘੁਮਾਰ ਮੰਡੀ ਰਹਿੰਦੇ ਰਹੇ ਆ ਪਹਿਲਾਂ ਘੁਮਾਰ ਮੰਡੀ ਮੈਰਿਜ ਤੋਂ ਬਾਅਦ ਫਿਰ ਘੁਮਾਰ ਤੁਹਾਡਾ ਜਨਮ 84 ਦਾ ਹਾਂਜੀ ਹਾਂਜੀ 83 ਦੇ ਵਿੱਚ 84 ਕਿੰਨੇ ਕਿਹੜੇ ਮਹੀਨੇ ਦਾ ਅਕਤੂਬਰ 10 ਅਕਤੂਬਰ ਦਾ ਅਕਤੂਬਰ ਦਾ 10 ਤਰੀਕ ਦਾ ਗਰਮੀਆਂ ਨੂੰ ਪ੍ਰੋਗਰਾਮ ਲੱਗਾ ਸੀ ਪਾਲਕਦੀਮ ਪਾਲਾ ਆਇਆ ਪਰੇ ਦੇ ਲੱਗੇ ਪਾਲਕਦੀਮ ਤੁਹਾਡਾ ਜਨਮ ਨਹੀਂ ਹੋਇਆ ਸੀ ਤੁਸੀਂ ਪੇਟ ਸੀਮਾ ਦੇ ਅੱਛਾ ਮੈਨੂੰ ਲੱਗਦਾ ਵੀ ਤੁਹਾਡਾ ਜਨਮ ਜਿਹੜਾ 10-20 ਦਿਨ ਬਾਅਦ ਦਾ ਹੀ ਆ 20 ਦਿਨ ਬਾਅਦ ਦਾ ਉਹ ਪ੍ਰੋਗਰਾਮ ਮੈਂ ਦੇਖਿਆ ਤੁਹਾਡੀ ਮਾਂ ਦੇ ਪੇਟ 'ਚ ਸੀ ਤੁਸੀਂ ਮੈਂ ਉਹਨਾਂ ਦਾ ਪ੍ਰੋਗਰਾਮ ਦੇਖਿਆ ਇੰਨਾ ਜ਼ੋਰ ਲਾ ਕੇ ਗਾਉਂਦੇ ਪਾਲਾਂ ਵਾਲੇ ਕਿਤੇ ਵੀ ਕੋਈ ਸੁਣਦਾ ਹੋਵੇ ਤਾਂ ਉਹ ਵੀਡੀਓ ਜ਼ਰੂਰ ਕੱਢ ਕੇ ਦਿਖਾ ਦੇਣ ਪਤਾ ਲੱਗਦਾ ਸੀ ਸਾਰੀ ਆਪਣੇ ਪੇਟ ਦੇ ਉੱਤੇ ਚੁੰਨੀ ਲੈ ਕੇ ਉਹਨਾਂ ਨੇ ਲੰਬੀ ਬਾਕੀ ਦੱਸ ਦੇਵਾਂ ਵੀ ਲੁੱਚ ਬਹੁਤ ਹੋਰ ਹੁੰਦਾ ਤੁਹਾਡੇ ਮਾਂ ਪਿਓ ਦੇ ਮਰਨ ਤੋਂ ਬਾਅਦ ਜਿਹੜੇ ਡਾਂਸਰਾਂ ਆਈਆਂ ਉਹਨਾਂ ਨੂੰ ਮਾੜਾ ਕਹਿ ਸਕਦੇ ਹਾਂ ਆਪਾਂ ਤੇਰੀ ਮਾਂ ਨੂੰ ਕੋਈ ਨਾ ਉਹਨੂੰ ਮਾਰਨ ਦੀ ਲੋੜ ਸੀ ਮੈਂ ਅੱਜ ਵੀ ਕਹਿ ਦਿੰਦਾ ਆਪਣੇ ਬੱਚਿਆਂ ਦੀ ਮਾਂ ਮਾਰੀ ਮੈਂ ਹਮੇਸ਼ਾ ਇਹ ਕਹਿੰਦਾ ਹਨਾ ਤੇ ਉਹ ਮੋਹਰੇ ਬਹੁਤ ਕੁਛ ਸੀਗਾ ਦੇਖਣ ਨੂੰ ਮਿਲਿਆ ਉਦੋਂ ਬਾਅਦ ਜੇ ਉਹ ਰਹਿੰਦੇ ਸਟੇਜਾਂ ਲੱਗਣੀਆਂ ਸੀ ਉਦੋਂ ਇਹ ਅੱਜ ਦਾ ਕੁਛ ਨਹੀਂ ਹੋਣਾ ਡਾਂਸਰਾਂ ਨਹੀਂ ਸੀ ਆਉਣੀਆਂ ਕਿਸੇ ਨੂੰ ਸੱਭਿਆਚਾਰਕ ਕਹਿੰਦੇ ਆ ਪਰ ਅਸੱਭਿਆਚਾਰਕ ਹੈ ਸੱਭਿਆਚਾਰਕ ਨਹੀਂ ਪ੍ਰੋਗਰਾਮ ਹੈ ਉਹ ਗੰਦ ਪਿਆ ਉਦੋਂ ਉਹ ਵਧੀਆ ਸੀਗੇ ਸਿਰ ਢਾਕੇ ਗਾਉਂਦੇ ਸੀਗੇ ਧਾਰਮਿਕ ਗਾਣੇ ਬੜੇ ਪਿਆਰ ਨਾਲ ਗਾਉਂਦੇ ਸੀ ਬਹੁਤ ਵਧੀਆ ਤਰੀਕੇ ਨਾਲ ਗਾਉਂਦੇ ਸੀ ਆਵਾਜ਼ ਬੜੀ ਵਧੀਆ ਸੀ ਔਰ ਸਾਰਾ ਪ੍ਰੋਗਰਾਮ ਪੇਟ 'ਤੇ ਚੁੰਨੀ ਲੈ ਕੇ ਜਦੋਂ ਤੇਰਾ ਜਨਮ ਹੋਣਾ ਸੀ ਉਸ ਤੋਂ ਪਹਿਲਾਂ ਪਾਲਕਦੀਮ ਦਾ ਪ੍ਰੋਗਰਾਮ ਆ ਉਹਦੇ ਵਿੱਚ ਉਹਨਾਂ ਨੇ ਪੇਟ ਢਾਕੇ ਗਾਇਆ ਤਾਂ ਥੋੜ੍ਹੇ ਚਿਰ ਬਾਅਦ ਤੁਹਾਡਾ ਜਨਮ ਸੀ ਉੱਥੋਂ ਤੱਕ ਗਾਉਂਦੀ ਸੀ ਬਾਅਦ 'ਚ ਦੂਜੇ ਤੁਸੀਂ ਵੀਡੀਓ ਹੁਣ ਵੀ ਦੇਖ ਲਿਓ ਅਤੇ ਤੋਂ ਬਾਅਦ ਛੋਟੇ ਭਾਈ ਦੇ ਜਨਮ ਨੂੰ ਵੀ ਗਾਉਂਦੇ ਰਹੇ ਆ ਉਹ ਕਲਾ ਥੋੜੀ ਮਾਰ ਸਕਿਆ ਕਲਾ ਤਾਂ ਇੱਦਾਂ ਰਹਿਣੀ ਕਲਾ ਤਾਂ ਰਹਿੰਦੀ ਦੁਨੀਆਂ ਤੱਕ ਰਹਿਣੀ ਜੋ ਵੀ ਹੈਗਾ ਨਾ ਉਹਨਾਂ ਦਾ ਨਾ ਹੀ ਏਦਾਂ ਹੋਣਾ ਸੀਗਾ ਭਾਜੀ ਹੋਣਾ ਦਾ ਜਿਹਦੇ ਰਹਿੰਦੇ ਕੀ ਪਤਾ ਕਿੱਦਾਂ ਹੋਣੀ ਸੀ ਨਾ ਹੀ ਉਹਨਾਂ ਦਾ ਬਣਨਾ ਹੀ ਏਦਾਂ ਸੀ ਹੈ ਨਾ
ਸੋਢੀ ਭਾਜੀ ਹੁਣੀ ਦੱਸਦੇ ਆ ਕੋਲ ਸੀ ਸਾਨੂੰ ਪਤਾ ਭਾਜੀ ਹੁਣੀ ਕੋਲ ਸੀ ਸੱਚ ਗੱਲਾਂ ਆ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਜਿਹਨੇ ਦੇਖਿਆ ਜਿਹਨਾਂ ਨੇ ਅੱਖੀ ਦੇਖਿਆ ਉਹਨਾਂ ਨੂੰ ਪਤਾ ਜਦੋਂ 88 ਮਾਰਚ ਦਿਨ ਆਉਂਦਾ ਸਾਨੂੰ ਬਹੁਤ ਲੱਗਦਾ ਵੀ ਅਸੀਂ ਢੋਲਕ ਮਾਸਟਰ 100 ਰੁਪਏ ਦਿਹਾੜੀ ਲੈਣੀ ਆ ਉਹਨੇ ਕੀ ਉਹਨੂੰ ਮਾਰ ਕੇ ਕਿਹੜਾ ਪ੍ਰੋਗਰਾਮ ਬੰਦ ਹੋ ਗਿਆ ਢੋਲਕ ਵਾਲੇ ਵਜਾਉਣ ਵਾਲੇ ਹੋਰ ਬਥੇਰੇ ਹਾਰਮੋਨੀਅਮ ਵਜਾਉਣ ਵਾਲਾ ਗੱਲ ਸੀ ਕੱਲਾ ਸੀਗਾ ਠੀਕ ਆ ਨਾ ਮਾਰਦੇ ਉਹਦੇ ਬਿਨਾਂ ਵੀ ਸਰਦਾ ਸੀ ਕਿਸੇ ਹੋਰ ਨਾਲ ਬਾਜਾ ਵਜਾ ਲੈਂਦਾ ਦਿਹਾੜੀ ਲੈ ਲੈਂਦਾ ਉਹਨੇ ਕੀ ਕਰਨਾ ਸੀ ਉਹਨੇ ਕਿਹੜਾ ਇਕੱਲਾ ਹੀ ਸੀ ਦੇਬੂ ਵੀ ਕਹਿੰਦੇ ਇਕੱਲਾ ਹੀ ਮੈਂ ਉਹੀ ਕਹਿੰਦਾ ਵੀ ਜੇ ਚਮਕੀਲਾ ਪ੍ਰੋਗਰਾਮ ਉਹਨੇ ਆਪਣੀਆਂ ਭੈਣਾਂ ਵੀ ਆਉਣੀਆਂ ਸੀ ਕਹਿੰਦਾ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਮੈਂ ਇਹ ਕਹਿੰਦਾ ਚਮਕੀਲੇ ਨਾਲ ਜਾਣ ਲੱਗ ਗਿਆ ਹੁਣ ਮੇਰੀਆਂ ਭੈਣਾਂ ਤਿੰਨੇ ਵਹੀਆਂ ਜਾਣ ਚਮਕੀਲੇ ਇਕੱਲੇ ਨੂੰ ਜੇ ਮਾਰਦੇ ਸੀਗੇ ਤਾਂ ਬਾਕੀ ਇੱਕ ਟੱਬਰ ਤੁਹਾਡੀ ਕੋਈ ਪਾਲਣ ਪੋਸ਼ਣ ਵਧੀਆ ਹੋ ਜਾਂਦਾ ਛੋਟਾ ਭਰਾ ਬਚ ਜਾਂਦਾ ਹਾਂਜੀ ਹੋਰ ਹੀ ਦਿਨ ਹੋ ਜਾਣੇ ਸੀਗੇ ਉਹ ਪਤਾ ਕੀ ਹੁੰਦਾ ਜਿਹੜਾ ਜਿਹੜੀ ਜਿਹੜੀ ਆ ਜਿਹੜੀ ਹਾਲਤ ਤੁਹਾਡੀ ਮਾਂ ਦੀ ਦੇਖੀ ਹੈ ਨਾ ਉਹਨੇ ਬਚਣਾ ਨਹੀਂ ਸੀ ਔਰ ਧਿਆਨ ਚਲਾ ਗਿਆ ਉਹਨਾਂ ਦਾ ਉਹਦੇ ਚ ਬੇਟੇ ਦਾ ਜਿਹੜਾ ਮੁੰਡਾ ਮਰ ਗਿਆ ਮਾੜੀ ਕੋਈ ਵੀ ਆ ਤੇਰਾ ਛੋਟਾ ਭਰਾ ਮੇਰੇ ਤੈਨੂੰ ਵੀ ਦੁੱਖ ਲੱਗਦਾ ਇਸ ਚੀਜ਼ ਦਾ ਹਰੇਕ ਨੂੰ ਲੱਗਦਾ ਬਾਪੂ ਜੋ ਮਾਂ ਦੀਆਂ ਚੰਗੀਆਂ ਜਿਹੜੀਆਂ ਉਹ ਤਾਂ ਚੰਗੀਆਂ ਗੱਲਾਂ ਤਾਂ ਦੇਖਣੀ ਚਾਹੀਦੀਆਂ ਜਾਂ ਉਹਦੀਆਂ ਚੰਗੀਆਂ ਗੱਲਾਂ ਵੀ ਜੇ ਅਸੀਂ ਮਾੜੀਆਂ ਦੇਖਦੇ ਹਾਂ ਤੁਸੀਂ ਧਾਰਮਿਕ ਹੀ ਸੁਣਦੇ ਹੋ ਚੰਗੀਆਂ ਗੱਲਾਂ ਦੇਖਦੇ ਹੋ ਨਾ ਨਾਮ ਜਪ ਲਾ ਕਰਾਇਆ ਮੈਂ ਦੁਕਾਨ ਤੇ ਬੈਠ ਕੇ ਜਿੰਨਾ ਰਿਕਾਰਡ ਕੀਤਾ ਜਾਂ ਭਰਿਆ ਮੈਨੂੰ ਪਤਾ ਮੈਂ ਚੀਜ਼ਾਂ ਲੱਕ ਮੈਂ ਵੀ ਆਪ ਹੱਥੀਂ ਲਿਆ ਕੇ ਰਿਕਾਰਡ ਕੀਤਾ ਲੋਕਾਂ ਨੂੰ ਭਰ ਦੀਆਂ ਦਿੱਤੀਆਂ ਕੈਸਟਾਂ ਲਿਆ ਕੇ ਭਰ ਕੇ ਦਿੰਦੀਆਂ ਮੈਂ ਨਾਮ ਜਪਲਾ ਵੀ ਉਹਨੇ ਦਿੱਤਾ ਮੈਂ ਉਹ ਵੀ ਉਹਨੇ ਦਿੱਤਾ ਉਹ ਜਦੋਂ ਬਰਾਬਰ ਦਾ ਹੱਕ ਉਹਦਾ ਆਦਾ ਉਹ ਆਦਾ ਉਹ ਤਾਂ ਅੱਧੇ ਚੰਗੇ ਨੂੰ ਵੀ ਫੜ ਲਓ ਅਤੇ ਮਾੜੇ ਨੂੰ ਵੀ ਫੜ ਲਓ ਉੱਧਰ ਹੀ ਜਾਂਦੇ ਨੇ ਨੈਗੇਟਿਵ ਵਾਲੇ ਅੱਧੇ ਚੰਗੇ ਨੂੰ ਵੀ ਫੜੋ ਹੁਣ ਖਾਣ ਦੀ ਨਾ ਕੋਸ਼ਿਸ਼ ਕਰੋ ਸਾਰੇ ਖਾਈ ਚੱਲੋ ਉਹਦੀ ਚੰਗੀ ਗੱਲ ਵੀ ਕੋਈ ਲੋਕਾਂ ਨੂੰ ਸੁਣਾਓ ਕਿਉਂਕਿ ਗੱਲ ਵੀ ਕੋਈ ਕਰੋ ਵੀ ਚੈਨਲ ਵਾਲੇ ਦੇ ਲਓ ਜਿਵੇਂ ਹੁਣ ਆਪਾਂ ਦਾ ਇਨਫੋਰਮੇਸ਼ਨ ਆਪਣੀ ਘਰ ਦੀ ਗੱਲ ਹੈ ਨਾ ਬਾਕੀ ਜਿੰਨੇ ਵੀ ਫੇਕ ਦੇਖੇ ਆ ਤੁਸੀਂ ਦੇਖਿਆ ਕੀ ਕੀ ਗੱਲਾਂ ਹੁੰਦੀਆਂ ਤੇ ਕੀ ਕੀ ਉਹਨਾਂ ਨੇ ਹੈਡਿੰਗ ਪਾਈ ਹੁੰਦੀ ਆ ਸਭ ਕਮਾਈ ਹੈਡਿੰਗ ਦੇਖ ਕੇ ਤਾਂ ਰੋਜ਼ ਆ ਜਾਂਦਾ ਸਾਨੂੰ ਗੱਲਾਂ ਕਰਦੇ ਨੂੰ ਉਹਨਾਂ ਨੂੰ ਦੇਖ ਕੇ ਤਾਂ ਬੜਾ ਲੱਗਦਾ ਕੀ ਦੇਖਿਆ ਤੁਸੀਂ ਤਿੰਨੇ ਬੰਦੇ ਤੁਹਾਨੂੰ ਲੱਗਦਾ ਮੇਰੇ ਘਰ ਬੈਠਾ ਵੀ ਮੈਨੂੰ ਆ ਲੋੜ ਦੋਸਤ ਵੀ ਕੰਮ ਕਰਦੇ ਆ ਘਰ ਤੁਹਾਡੇ ਨਾਲ ਖੜਨ ਦੀ ਜਾਂ ਬੋਲਣ ਦੀ ਸਾਰ ਭਾਜੀ ਦਾ ਇੰਨਾ ਸ਼ਾਨਦਾਰ ਘਰ ਮੈਂ ਕਹਿੰਦਾ ਸਵੀਮਿੰਗ ਪੂਲ ਤੱਕ ਬਣੇ ਹੋਏ ਆ ਘਰ 'ਚ ਮੈਂ ਹੁਣ ਦੱਸੋ ਉੱਥੇ ਕੀ ਕੀ ਮੈਨੂੰ ਇਹਨਾਂ ਨੇ ਕੀ ਲੈਣਾ ਇੱਕ ਪਿਆਰ ਇਹਨਾਂ ਨੇ ਦੇਖਿਆ ਉਹਨਾਂ ਨੇ ਚੰਗਿਆਈ ਚੰਗਿਆਈ ਆ ਮੈਂ ਕਹਿੰਦਾ ਉਹ ਬੰਦੇ ਦੀ ਇਨਸਾਨੀਅਤ ਨੂੰ ਦੇਖ ਕੇ ਮੇਰੀ ਆਪ ਨੂੰ ਦੇਖ ਕੇ ਉਹਨਾਂ ਦੇ ਵਿੱਚੋਂ ਤੇ ਇਹਨਾਂ ਦਾ ਤਾਂ ਹੀ ਉਬਾਰਾ ਆਇਆ ਤਾਂ ਉਹਨੂੰ ਜੇ ਉਹਨੇ ਭਰਾ ਕਹਿ ਕੇ ਬੁਲਾਇਆ ਤਾਂ ਸਾਨੂੰ ਚੰਗਾ ਲੱਗਾ ਚੰਗੀ ਇਹਦਾ ਮਤਲਬ ਚੰਗਾ ਸੀ ਬੋਲਚਾਲ ਚ ਹਾਂ ਸਟੇਜ ਤੇ ਜਿਹੜੇ 2 ਘੰਟੇ ਹੁੰਦੇ ਲੋਕਾਂ ਨੂੰ ਖੁਸ਼ ਕਰਨ ਦੇ ਹੁੰਦੇ ਐਲਤਾਂ ਹੀ ਕਰਨੀਆਂ ਹੁੰਦੀਆਂ ਤੇ ਚੰਗਾ ਬੰਦਾ ਬੋਲਣਾ ਹੁੰਦਾ ਮਨੋਰੰਜਨ ਹੁੰਦਾ ਮਨੋਰੰਜਨ ਸਟੇਜ ਨੂੰ ਲੈ ਕੇ ਨਾ ਕਿਹਾ ਕਰੋ ਵੀ ਸਟੇਜ ਤੇ ਆ ਗਲਤ ਸੀ ਜਾਂ ਸਹੀ ਸੀ ਉਹਨੂੰ ਸਟੇਜ ਨੂੰ ਨਹੀਂ ਕੁਝ ਵੀ ਹੁੰਦਾ ਗਲਤ ਚੰਗਾ ਤੁਸੀਂ ਸਟੇਜ ਤੇ ਜਾਓਗੇ ਲੋਕਾਂ ਨੂੰ ਖੁਸ਼ੀ ਨਾ ਕਰੋਗੇ ਕਿਸੇ ਤਰ੍ਹਾਂ ਚਾਹੇ ਉਹ ਮਾੜੇ ਗਾਣੇ ਚਾਹੇ ਜ਼ੋਰ ਲਾ ਕੇ ਚਾਹੇ ਤੁਸੀਂ ਚੁਟਕਲੇ ਸੁਣਾ ਕੇ ਚਾਹੇ ਐਲਤਾਂ ਕਰ ਲਓ ਕਰਨੀਆਂ ਪੈਣੀਆਂ 2 ਘੰਟੇ ਮਜਬੂਰੀ ਹੁੰਦੀ ਤੁਹਾਡਾ ਕੰਮ ਆ ਲੋਕਾਂ ਦਾ ਮਨੋਰੰਜਨ ਕਰਨਾ ਹੈ ਤੁਸੀਂ ਜਿੱਦਾਂ ਵੀ ਹੈਗੇ ਕਰੇ ਜੋ ਵੀ ਆ ਪਰ ਸਟੇਜ ਤੇ ਤੁਹਾਨੂੰ ਕਰਨਾ ਪੈਣਾ ਸਹੀ ਤੇ ਲੋਕਾਂ ਨੂੰ ਸੌਣ ਲਈ ਸੌਣ ਲਈ ਤੁਸੀਂ ਜੇ ਮੈਂ ਹੁਣ ਬਾਹਰ ਗਏ ਕਦੀ ਨਹੀਂ ਮੇਰਾ ਟੂਰ ਕੋਈ ਗੱਲ ਨਹੀਂ ਉਹ ਤਾਂ ਪਰਮਾਤਮਾ ਲਿਆਊਗਾ ਚੰਗੇ ਟਾਈਮ ਜਦੋਂ ਹੋਣਾ ਕਰਮ ਚ ਹੋ ਜਾਣਾ ਕਰਮ ਦੂਰ ਜਾਣਾ ਹੋ ਜਾਣਾ ਮੈਨੂੰ ਹੋ ਜਾਣਾ ਹਾਂਜੀ ਕੋਈ ਗੱਲ ਨਹੀਂ ਹੋ ਜਾਊਗਾ ਕਿਤੇ ਨਾ ਕਿਤੇ ਬਾਹਰ ਲੋਕ ਟੋਟ ਟਾਈਮ ਸਾਫ ਕਰਦੇ ਆ ਕੰਮ ਸਹੀ ਗੱਲ ਕਿਸੇ ਨੇ ਕਿਹਾ ਵੀ ਇਹ ਗੰਦਾ ਕੰਮ ਕਰਦਾ ਤੂੰ ਜੀਵਨ ਨਹੀਂ ਨਹੀਂ ਮਾੜੇ ਤੋਂ ਮਾੜਾ ਕੰਮ ਕਰਦੇ ਆ ਉੱਥੇ ਜਾ ਕੇ ਅਸੀਂ ਹੁਣ ਬਿਲਡਿੰਗ ਸਾਈਡ ਦਾ ਕੰਮ ਤੁਹਾਨੂੰ ਦੱਸਿਆ ਕੰਸਟਰਕਸ਼ਨ ਦਾ ਕੰਮ ਆ ਸਾਡਾ ਸਾਨੂੰ ਟੋਟ ਵਾਲੇ ਹੋਲ ਚ ਬਾੜ ਦਿੰਦੇ ਥੱਲੇ ਜਾ ਕੇ ਤਿਆਰ ਕਰਕੇ ਆ ਗੰਦ ਨਹੀਂ ਗਾ ਉੱਥੇ ਲੋਕ ਕਾਹਦੇ ਨਹੀਂ ਕਹਿੰਦੇ ਤੂੰ ਯਾਰ ਗੰਦ ਆ ਇੱਕੋ ਤੁਹਾਨੂੰ ਇੱਕ ਗੰਦ ਇਹੀ ਦੱਸਿਆ ਵੀ ਇਹਨੂੰ ਗੰਦ ਕਹਿਣਾ ਲੋਕੀ ਹੱਥ ਧੋ ਕੇ ਬਹਿ ਰਹੇ ਪਏ ਆ ਹੱਥ ਧੋ ਕੇ ਬਹਿਰ ਪਏ ਠੀਕ ਹੈ ਮੈਂ ਤਾਂ ਕਹਿੰਦਾ ਵੀ ਤੁਹਾਨੂੰ 35 ਸਾਲ ਹੋ ਗਏ ਤੁਹਾਨੂੰ ਬੰਦੇ ਨੂੰ ਹੁਣ ਉਹ ਗੱਲ ਆਪਣੀ ਸਰਪੰਚ ਵਾਲੀ ਬੀਬੀ ਦੀਆਂ ਨਾ ਗੱਲਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਬਹੁਤ ਇਦਾਂ ਲੋਸਟ ਹੋ ਜਾਂਦੀਆਂ ਗੱਲਾਂ ਬਹੁਤ ਜ਼ਿਆਦਾ ਹਵਾਲੇ ਮਾਰਦੀਆਂ ਹਵਾਲੇ ਮਾਰ ਮਾਰ ਕੇ ਆਉਂਦੀਆਂ ਠੀਕ ਆ ਤੇ ਉਹ
ਫਿਰ ਗੱਲ ਉਹਦੀ 1 ਸੈਕਿੰਡ ਚ ਮਨ ਜਿੱਤੇ ਭੁੱਲ ਜਾਂਦੀ ਇਸ ਗੱਲ ਦੀ ਮਨ ਇਹਨਾਂ ਹੋਰ ਗੱਲਾਂ ਆ ਜਾਂਦੀਆਂ ਵਿੱਚ ਦਿਮਾਗ ਦੇ ਨਾ ਹੁਣ ਬਾਹਰ ਗੱਲਾਂ ਬੜਾਈ ਜਾਂਦੇ ਇੱਥੇ ਜੀ ਆ ਹੋਇਆ ਇੱਥੇ ਉਹ ਬਾਹਰ ਲੋਕ ਹੁਣ ਮਾੜੇ ਤੋਂ ਮਾੜੇ ਕੰਮ ਕਰਦੇ ਆ ਉਹ ਵੀ ਕਰਦੇ ਹੁਣ ਜੇ ਇਹ ਕੰਮ ਗੱਲ ਉੱਥੇ ਆ ਕੇ ਫੀਮੇਰੀ ਰੇਂਜ ਵਿੱਚ ਤੇ ਜਦੋਂ ਇਹ ਕੰਮ ਕਰਦੇ ਆ ਇਹਨਾਂ ਦਾ ਸਟੇਜ ਤੇ ਕੰਮ ਸੀ ਕੋਈ ਨੰਗੇ ਹੋ ਕੇ ਨਹੀਂ ਨੱਚਦੇ ਸੀ ਕੋਈ ਅੱਧੇ ਕੱਪੜੇ ਤਾਂ ਨਹੀਂ ਮੰਮੀ ਨੱਚਦੇ ਪਾਏ ਸੂਟ ਤੋਂ ਬਿਨਾਂ ਮੈਂ ਤਾਂ ਚੁੰਨੀ ਤੋਂ ਬਿਨਾਂ ਉਹਨਾਂ ਨੂੰ ਕਦੀ ਦੇਖਿਆ ਨਹੀਂ ਜ਼ਿੰਦਗੀ ਚ ਸਹੀ ਗੱਲ ਇੱਕ ਘਰ ਦੀ ਔਰਤ ਕਿਸੇ ਦੀ ਵੀ ਕੋਈ ਵਾਈਫ ਦੇਖ ਲਓ ਉਹਨੂੰ ਦੇਖ ਲਓ ਹੁਣ ਵੀ ਪ੍ਰੋਗਰਾਮ ਤੇ ਦੇਖ ਲਓ ਇੱਕੋ ਜਿਹੀਆਂ ਲੱਗਣਗੀਆਂ ਤੂੰ ਉਹਨੂੰ ਸਟੇਜ ਤੇ ਦੇਖ ਲੈ ਤੈਨੂੰ ਮਾਂ ਦੇ ਰੂਪ ਚ ਦਿਸੂਗੀ ਕਦੀ ਕਦੀ ਨਹੀਂ ਹੋਇਆ ਕਿ ਭਾਈ ਨੇ ਟੀ ਸ਼ਰਟ ਪਾਈ ਜਾਂ ਉਹਨੇ ਜੀਨ ਪਾਈ ਭਾਵੇਂ ਸਮਾਂ ਹੁਣ ਹੋਰ ਆ ਗਿਆ ਉਦੋਂ ਵੀ ਚੇਂਜ ਹੋ ਗਿਆ ਦਸਰਾ ਤੋਂ ਤੂੰ ਵੀ ਪਾਉਂਦੀਆਂ ਸੀ ਫਿਰ ਵੀ ਮੈਂ ਇਹ ਵੀ ਦੇਖਿਆ ਆਵਾਜ਼ ਭਾਵੇਂ ਉਹ 2 ਫੁੱਟ ਦੂਰ ਹੋਣ ਮੈਂ ਕਿਤੇ ਵਿੱਚ ਆਵਾਜ਼ ਉਹਨਾਂ ਦੀ ਉੱਥੋਂ ਵੀ ਆ ਜਾਂਦੀ ਸੀ ਡੈਡੀ ਤੁਹਾਡੇ ਕਿਤੇ ਗਾਉਂਦੇ ਹੁਣ ਸਟੇਜ ਦੇ ਉੱਤੇ ਭਾਵੇਂ ਤੁਰੇ ਫਿਰਦੇ ਗਾਈ ਜਾਣ ਬੈਕ ਦੇ ਵਿੱਚ ਆਵਾਜ਼ ਪੂਰੀ ਆਉਂਦੀ ਸੀ ਉਦੋਂ ਮੈਂ ਰੇਂਜ ਵੀ ਬਹੁਤ ਖਿੱਚਦੇ ਸੀ ਵੱਡੀ ਮਤਲਬ ਕੁਰਬਾਨੀ ਵੀ ਵੱਡੀ ਜ਼ੋਰ ਵੀ ਆ ਜ਼ੋਰ ਵੀ ਆ ਜ਼ੋਰ ਵੀ ਲੈ ਲਵਾਂਗੇ ਹੁਣ ਗਾਉਣ ਵਾਲਾ ਜ਼ੋਰ ਸੀ ਤਾਂ ਹੀ ਉਹ ਖਿੱਚਦਾ ਸੀ ਬਿਲਕੁਲ ਜ਼ੋਰ ਬਹੁਤ ਸੀ ਬਹੁਤ ਜ਼ੋਰ ਸੀ ਤੇ ਕੰਮ ਕੋਈ ਚੰਗਾ ਮਾੜਾ ਨਹੀਂ ਹੁੰਦਾ ਕੰਮ ਸਾਰਾ ਉਹ ਵੀ ਚੰਗਾ ਕਰਦੇ ਸੀ ਸਿਰਫ ਦੇਖਣੀ ਮਾੜੀ ਹੋ ਗਈ ਇੱਕ ਲੋਕਾਂ ਦੇ ਗਲਤ ਲੋਕ ਵਿੱਚ ਜੁੜ ਗਏ ਉੱਥੇ ਆ ਗਏ ਵੀ ਸਰਪੰਚੀ ਹੁਣ ਗਾਉਣ ਵਾਲਿਆਂ ਦੀ ਉਹ ਵਿੱਚੇ ਲੋਕਾਂ ਦੀ ਮੈਂ ਫੇਰ ਕਰਦਾ ਹੁੰਦਾ ਗਰੀਬ ਤੇ ਗਾਉਣ ਵਾਲੇ ਜਾਂ ਇਹਨਾਂ ਨੂੰ ਕਿਹਾ ਨਾ ਕਰੋ ਵੀ ਤੁਸੀਂ ਮਰਾ ਦਿੱਤਾ ਪਤਾ ਕਹਿੰਦੇ ਮਰਨਾ ਤਾਂ ਉਹਦੀ ਮੌਤ ਜਿਹੜੀ ਅਟਲ ਆ ਹਰੇਕ ਦੀ ਜਦੋਂ ਆਉਣੀ ਆ ਮੈਂ ਅੱਗੇ ਵੀ ਕਿਹਾ ਸੀ ਐਕਸੀਡੈਂਟਾਂ 'ਚ ਗਾਉਣ ਵਾਲਿਆਂ ਦੀਆਂ ਗਈਆਂ ਤਾਂ ਚਾਦ ਦੀ ਗਈ ਜੈਨਲਾਂ ਦੀ ਗਈ ਵਰਿੰਦਰ ਦੀ ਗਈ ਆ ਨਿਆਈ ਗਈ ਆ ਮੌਤ ਜਦੋਂ ਆ ਗਈ ਉਹਨੇ ਆਉਣਾ ਹੀ ਆ ਉਹਦੀ ਮੌਤ ਇੱਥੇ ਲਿਖੀ ਸੀ ਦੇਖ ਜਿਹਨੇ ਮਾਰਿਆ ਜੈਮਨ ਡੂੰਗੀ ਸੋਚ ਤਾਂ ਸੋਚੀਏ ਉਹਨਾਂ ਦੀ ਮਾਂ ਨੇ ਜੰਮਿਆ ਤੁਹਾਡੇ ਵਾਂਗੂ ਛੋਟੇ ਬੱਚੇ ਉਹਨਾਂ ਨੂੰ ਪਤਾ ਥੋੜੀ ਕੱਲ ਨੂੰ ਅਸੀਂ ਚਮਕੀਲਾ ਮਾਰਨਾ ਬਿਲਕੁਲ ਉਹਨਾਂ ਰੋਟੀਆਂ ਖਾਣੀਆਂ ਉਹਨਾਂ ਦੀਆਂ ਟੌਲਟਾਂ ਧੋਤੀਆਂ ਸਭ ਕੁਝ ਕੀਤਾ ਵੱਡੇ ਕੀਤਾ ਉਹਨਾਂ ਨੂੰ ਕੀਤਾ ਕੱਲ ਹੀ ਸੀ ਵੀ ਖੇਤੀਬਾੜੀ ਕਰੋ ਕੰਮ ਕਰੋ ਕਮਾਓ ਕਮਾਓ ਇਸ ਕੰਮ ਨੂੰ ਕੀ ਗਿਆ ਉਹ ਮਾੜੇ ਚੰਗੇ ਕੰਮ 'ਚ ਕਿਤੇ ਪੁਲਿਸ ਵਾਲਿਆਂ ਨੇ ਚੱਕ ਲਿਆ ਡਾਂਗ ਫੇਰੀ ਚੱਕ ਕੇ ਸਿੱਧੇ ਬੰਦਿਆਂ ਨਾਲ ਰਲ ਜਾਓ ਇੱਦਾਂ ਕੰਮ ਚੱਲਦਾ ਸੀ ਜੀ ਰਲ ਜਾਓ ਡਰਦਾ ਬੰਦਾ ਪੁਲਿਸ ਵਾਲੇ ਤਾਂ ਡਰਦਾ ਰਲ ਜਾਂਦਾ ਸੀ ਹੈਨਾ ਤੇ ਰਲ ਜਾਓ ਤਾਂ ਫਿਰ ਉਹ ਲੋਕਾਂ ਘਰਦਿਆਂ ਦੀਆਂ ਆਸਾਂ 'ਤੇ ਤਾਂ ਪਾਣੀ ਉਹਨਾਂ ਦੀ ਫਿਰ ਗਿਆ ਉਹਨਾਂ ਦੀ ਜਿਹਨੇ ਮਾਰਿਆ ਉਹਨਾਂ ਦੀ ਗੱਲ ਕਰਦਾ ਹਾਂ ਆਸਾਂ ਦੇ ਪੈਰੀ ਫਿਰ ਗਿਆ ਫਿਰ ਉਹ ਘਰਦਿਆਂ ਨੇ ਕਿਤੇ ਉਹਨੂੰ ਹੁਣ ਉਦੋਂ ਸੋਚਿਆ ਥੋੜ੍ਹੀ ਸੀ ਵੀ ਇੰਨੇ ਚਮਕੀਲਾ ਮਾਰਨ ਨੂੰ ਜੰਮੇ ਅਸੀਂ ਉਹਨਾਂ ਨੂੰ ਘਾਟਾ ਤਾਂ ਉਹਨਾਂ ਨੂੰ ਵੀ ਬਹੁਤ ਵੱਡਾ ਆ ਉਹਨਾਂ ਨੂੰ ਵੀ ਮਾਰਨਾ ਲਾਨ ਤਾਂ ਦੇਖੋ ਕਿੰਨੀਆਂ ਪਿਆ ਮਾਰਨਾ ਉਹਨਾਂ ਨੂੰ ਭੇਜਦੇ ਪਿਆ ਜਿੱਦਾਂ ਇਹਨਾਂ ਦਾ ਖੂਨ ਧਰਤੀ ਤੇ ਡੋਲਿਆ ਇਹਨਾਂ ਦਾ ਵੀ ਧਰਤੀ ਤੇ ਡੋਲਿਆ ਕੋਈ ਮੁਕਾਬਲੇ 'ਚ ਹੀ ਮਾਰੇ ਗਿਆ ਸਰ 15 ਦਿਨ ਬਾਅਦ ਹੀ ਮਾਰੇ ਰਹਿੰਦੀ ਦੁਨੀਆ ਤੱਕ ਧਰਤੀ ਤੇ ਮਾਰੇ ਮਤਲਬ ਕਹਿਣ ਦਾ ਮਤਲਬ ਇਹ ਤਾਂ ਨਹੀਂ ਹੋਇਆ ਵੀ ਕਿਤੇ ਵੀ ਬਹੁਤ ਵਧੀਆ ਇਹ ਹੈ ਕਿ ਉਹ ਥੋੜਾ ਹਟ ਕੇ ਜਗ੍ਹਾ ਹੋਰ ਹੋਊਗੀ ਜਗ੍ਹਾ ਹੋਰ ਹੋਊਗੀ ਮਾਰ ਧਰਤੀ ਜਿਹੜੀ ਉਹੀ ਮਿੱਟੀ ਉਹੀ ਆ ਉਹੀ ਆ ਠੀਕ ਆ ਉੱਥੇ ਹੋਰ ਇਸੇ ਉਹਨਾਂ ਦੇ ਵੀ ਮੌਤ ਹੀ ਆਈ ਮੇਰੇ ਕਹਿਣ ਦਾ ਮਤਲਬ ਡਿਊਟੀ ਰੱਬ ਨੇ ਲਾਈ ਹੁੰਦੀ ਹੁਣ ਇੱਥੇ ਗੱਲ ਲੈ ਉਹਨਾਂ ਦੀ ਫੈਮਿਲੀ ਲਈ ਵੀ ਆਪਾਂ ਚੰਗੀ ਗੱਲ ਜਿਹੜੀ ਆ ਉਹਨਾਂ ਦੀ ਵੀ ਰੱਬ ਨੇ ਡਿਊਟੀ ਲਾਈ ਸੀਗੀ ਉਹਨਾਂ ਦੇ ਜੰਮੇ ਤਾਂ ਸੀ ਉਹਨੇ ਤੇਰੇ ਡੈਡੀ ਨੂੰ ਮਾਰਨਾ ਸੀ ਠੀਕ ਆ ਮੰਮ ਨੂੰ ਮਾਰਨਾ ਸੀ ਉਹਨਾਂ ਨੇ ਜਨਮ ਹੀ ਤਾਂ ਲਿਆ ਸੀ ਪੰਜ ਸਾਹਿਬ ਗੱਡੀ ਦੇ ਵਿੱਚ ਚਮਕੀਲਾ ਵੱਜਦਾ ਚਮਕੀਲਾ ਵੱਜਦਾ ਜਾਣਾ ਉਹ ਵੱਜਦਾ ਰਹਿਣਾ ਵੱਜਦਾ ਹੀ ਜਾਣਾ ਜਿੱਥੇ ਮਰਜ਼ੀ ਹੁਣ ਆਪਾਂ ਕਿਹੜਾ ਕਹਿ ਕੇ ਆਏ ਹਾਂ ਆਪਾਂ ਥੋੜੀ ਕਹਿ ਕੇ ਸਾਡੇ ਕੋਲੋਂ ਚਮਕੀਲਾ ਲਾ ਕੇ ਲੰਘੀ ਅਗਲੇ ਤਾਂ ਪਿੱਛੇ ਰੋ ਖਜੇ ਵੀ ਦਵਾਦੇ ਆ ਗੱਡੀ ਵੀ ਉਹਨੇ ਦਵਾਦੇ ਇੰਨੀ ਗਰਮੀ ਸਰਦ ਸਾਫਾ ਲਿਆ ਚਮਕੀਲੇ ਨੇ ਠੰਡ ਪੈਂਦੀ ਹੈ ਠੀਕ ਨਹੀਂ ਉਹਨਾਂ ਦੀ ਕਾਰ 'ਚ ਏਸੀ ਹੈ ਨਹੀਂ ਮਰੂਤੀ ਆ ਮੈਂ ਦੱਸ ਦਵਾਂ ਇਹ ਵਿੱਚ ਏਸੀ ਹੈ ਨਹੀਂਗਾ ਨਾਲੇ ਇਹ ਆਪਣਾ ਕੋਈ ਇਧਰੋਂ ਨੇੜੇ ਤੇੜੇ ਲੋਕਾਂ ਨੂੰ ਦੱਸ ਦਵਾਂ ਵੀ ਚਮਕੀਲੇ ਤੇ ਅਮਰਜੋਤ ਦਾ ਗਾਣਾ ਲਾ ਕੇ ਬੰਦਾ ਠੰਡ ਤੋਂ ਬਚਾ ਗਰਮੀ ਤੋਂ ਬਚਾ ਕਰ ਰਿਹਾ ਅੱਜ ਜੂਨ ਹੁਣ ਜੂਨ ਦਾ ਮਹੀਨਾ ਆ ਗਿਆ ਜੂਨ ਦੇ ਮਹੀਨੇ ਚਮਕੀਲੇ ਦਾ ਗਾਣਾ ਲਾ ਕੇ ਉਹ ਕਾਰ 'ਚ ਆਪਣਾ ਜਿਹੜੀ ਸੁਤਾ ਆ ਮਨੋਰੰਜਨ ਕਰ ਰਿਹਾ ਮਨੋਰੰਜਨ ਕਰ ਰਿਹਾ ਠੰਡ ਮਤਲਬ ਕਹਿੰਦਾ ਠੰਡ ਪੈਣੀ ਹੁੰਦਾ ਬਈ ਉਹਦੇ ਇਦਾਂ ਦੀਆਂ ਗੱਲਾਂ ਬੰਦਾ ਕਲੇਜੇ ਨੂੰ ਠੰਡ ਪੈਂਦੀ ਆ ਠੀਕ ਆ ਤੇ ਇਸ ਗੱਲੋਂ ਮਾੜਾ ਨਾ ਕਿਸੇ ਨੂੰ ਵੀ ਕਿਹਾ ਕਰੋ ਰੱਬ ਨੇ ਜੋ ਕੀਤਾ ਆ ਮਾਰ ਲਈ ਵੀ ਬੰਦੇ ਬਣਾਏ ਜਮਾਏ ਦੇਖ ਲੈ ਇੱਥੇ ਕਿਤੇ ਘਰ ਦਾ ਕੰਮ ਤਾਂ ਨਹੀਂ ਉਹਨੇ ਕੀਤਾ ਸੁਣਦੇ ਸੀਗੇ ਤਾਂ ਗਾਉਂਦੇ ਸੀਗੇ ਤੁਹਾਡੇ ਲਈ ਗਾਉਂਦੇ ਸੀ ਲੋਕਾਂ ਲਈ ਲੋਕਾਂ ਲਈ ਸੀ ਲੋਕਾਂ ਲਈ ਆ ਇਦਾਂ ਨਾ ਕਿਹਾ ਕਰੋ ਲੋਕਾਂ ਲਈ ਉਹ ਨਹੀਂ ਗਾਉਂਦੇ ਸੀਗੇ ਲੋਕ ਗਾਉਂਦੇ ਸੀ ਲੋਕ ਆਈ ਆ ਜੇ ਕੱਲ ਨੂੰ ਅੱਜ ਹੁਣ ਢੱਡ ਸੁਣ ਗਈ ਤੇ ਕੋਈ ਵਧੀਆ ਗਾਣੇ ਸੁਣਨਾ ਚਾਹੁੰਦਾ ਉਹ ਵੀ ਲੋਕਾਂ ਨੇ ਗਾਉਣੇ ਆ ਲੋਕਾਂ ਨੇ ਗਾਉਣੇ ਸੁਣਨ ਵਾਲੇ ਸਰੋਤੇ ਚਾਹੀਦੇ ਆ ਸਰੋਤੇ ਕਿਦਾਂ ਦੇ ਆ ਉੱਤੇ ਡਿਪੈਂਡ ਕਰਦਾ ਸਾਰਾ ਹਾਂਜੀ ਹਾਂਜੀ ਸਰੋਤਿਆਂ ਦੇ ਡਿਪੈਂਡ ਕਰਦਾ ਠੀਕ ਨਹੀਂ ਚੰਗੀ ਸੋਚ ਰੱਖੋ ਜੇ ਉਹਨਾਂ ਤੋਂ ਤਾਂ ਬੰਦੇ ਹਾਂ ਜ਼ਰੂਰ ਆ ਜਿਹੜੀ ਗੱਲ ਆਪਾਂ ਕਰਦੇ ਵੀ ਉਹ ਬੰਦਿਆਂ ਨੂੰ ਵੀ ਜਮਾਇਆ ਇਹਨਾਂ ਨੂੰ ਮਾਰ ਲਈ ਉਹਨੇ ਦੇਖ ਲੈ ਇਹਨਾਂ ਨੂੰ ਮਾਰ ਕੇ ਮਰਨਾ ਸੀਗਾ ਉਹ ਵੀ 15 ਦਿਨ ਬਾਅਦ ਕੁਛ ਵੀ ਰਾਲਾ ਵੀ ਉਹਨੇ ਵੀ ਮਾਰਨਾ ਸੀਗਾ ਇਹਦਾ ਮਤਲਬ ਰੱਬ ਨੇ ਉਹਨਾਂ ਨੂੰ ਜਮਾਇਆ ਇਸ ਕੰਮ ਨੂੰ ਭੇਜਿਆ ਇਸ ਕੰਮ ਨੂੰ ਸੀ ਵੀ ਤੁਸੀਂ ਮਾਰਨਾ ਇਹਨਾਂ ਨੂੰ ਬਿਨਾਂ ਸੋਚੇ ਸਮਝੇ ਇੱਥੇ ਆਉਣ ਦੀ ਇਜਾਜ਼ਤ ਵੀ ਰੱਬ ਨੇ ਦਿੱਤੀ ਮਰਨ ਲਈ ਮੈਂ ਕਹੂੰਗਾ ਮੈਂ ਅੱਗੇ ਵੀ ਪਹਿਲੀ ਵਾਰੀ ਮੇਰੇ ਮੂੰਹ ਚੋਂ ਨਿਕਲਿਆ ਸੀ ਪਹਿਲੀ ਵਾਰ ਜੀਵਨ ਜੀ ਮੇਰੇ ਕੋਲ ਸੱਚੀਆਂ ਗੱਲਾਂ ਬਹੁਤ ਨਿਕਲ ਗਈਆਂ ਸੀਗੀਆਂ ਬਾਅਦ ਸਾਨੂੰ ਝੂਠ ਵੀ ਬੋਲਣਾ ਪਿਆ ਮੁੜ ਕੇ ਅੱਜ ਸੱਚ ਵੀ ਕਰਤਾ ਉਹਦਾ ਸਟੇਜ ਵਾਲੀ ਗੱਲ
ਤੇ ਬੰਦੇ ਇਹਨਾਂ ਵਿਚਾਰਿਆਂ ਨੇ ਆ ਕੇ ਮਰਨਾ ਸੀਗਾ ਇਹਨਾਂ ਦਾ ਥੈਂ ਇੱਥੇ ਲਿਖਿਆ ਸੀ ਵੀ ਇਹਨੇ ਇੱਥੇ ਖੂਨ ਡੋਲਣਾ ਜੇ ਚਮਕੀਲੇ ਦਾ ਖੂਨ ਇੱਥੇ ਡੋਲਣਾ ਤਾਂ ਇੱਥੇ ਡੋਲਣਾ ਸੀ ਆ ਕੇ ਹਾਂਜੀ ਤੇ ਉਹਨਾਂ ਨੂੰ ਵੀ ਦੱਸਿਆ ਮੈਂ ਜਨਮ ਲਿਆ ਤੇ ਇੰਨੀ ਜਨਮ ਮਰਨ ਲਈ ਉਹਨਾਂ ਦੇ ਹੱਥੋਂ ਮਰਨ ਲੈ ਲਿਆ ਇਹ ਜ਼ਰੀਏ ਇੱਕ ਦੂਜੇ ਸਾਰਾ ਕੁਝ ਬਣਿਆ ਹੁੰਦਾ ਹੁਣ ਪੁਲਿਸ ਵਾਲੇ ਨੇ ਇੱਕ ਕੁੜੀ ਦੇ ਉਹ ਡਾਂਸਰ ਦੇ ਗੋਲੀ ਮਾਰਤੀ ਸੀ ਬੱਚਾ ਮਾਰਨਾ ਉਹਦੇ ਹੱਥੋਂ ਉਹਦਾ ਖੂਨ ਲਿਖਿਆ ਸੀ ਉਹਦਾ ਬੱਚਾ ਵੀ ਨਹੀਂ ਹੋਣਾ ਸੀ ਉਹਨੇ ਇਹ ਬਹੁਤ ਗੱਲਾਂ ਇੱਦਾਂ ਦੀਆਂ ਚੀਜ਼ਾਂ ਦੀ ਵੀ ਹੈਗੀਆਂ ਸੋਚ ਵਿਚਾਰ ਆਪਾਂ ਨਹੀਂ ਕਰਦੇ ਪਰ ਇਹ ਆ ਵੀ ਇਹਨਾਂ ਨੂੰ ਜ਼ਿਆਦਾ ਲੋਕ ਚਾਹੁੰਦੇ ਕਰਕੇ ਇਹਨਾਂ ਦੀਆਂ ਗੱਲਾਂ ਜ਼ਿਆਦਾ ਛੇਤੀ ਮੋਹਰੀ ਆ ਜਾਂਦੀਆਂ ਉੱਦਾਂ ਲੰਬੀਆਂ ਸੋਚਾਂ ਸੋਚਿਆ ਕਰੋ ਤਾਂ ਇਹ ਬਣਨਾ ਹੀ ਸੀ ਹੋਣਾ ਹੀ ਸੀਗਾ ਹਨਾ ਤੇ ਤੁਹਾਨੂੰ ਵੀ ਮਨ ਨੂੰ ਇਹੀ ਤਸੱਲੀ ਹੁੰਦਾ ਵੀ ਹੋਣਾ ਹੀ ਦੇ ਸੀਗਾ ਗਾਂ ਲਈ ਤੋਂ ਮੇਰੀ ਗੱਲ ਦੱਸੀ ਜਾ ਤਾਂ ਲੋਕਾਂ ਦੀ ਇੰਟਰਵਿਊ ਤਾਂ ਤੁਸੀਂ ਕੀਤੀਆਂ ਮੈਂ ਸੁਣੀਆਂ ਵੀ ਆ ਉਹ ਗੱਲਾਂ ਥੋੜੀਆਂ ਅਲੱਗ ਹੁੰਦੀਆਂ ਜਾਂ ਸੋਚ ਸਮਝ ਕੇ ਕੀਤੀਆਂ ਹੁੰਦੀਆਂ ਆਪਾਂ ਗੱਲ ਕੀਤੀ ਆਪਾਂ ਬਿਨਾਂ ਕਿਸੇ ਨੂੰ ਦੱਸੇ ਕੈਮਰਾ ਚਲਾ ਕੇ ਆਪਾਂ ਕਰਦੇ ਆ ਮੂੰਹ ਜਵਾਨੀ ਆਪਸ ਵਿੱਚ ਫੈਮਿਲੀ ਟਾਈਪ ਗੱਲਾਂ ਹਨਾ ਕੋਈ ਲੋਕਾਂ ਨੂੰ ਵੀ ਕੋਈ ਗੱਲ ਚੰਗੀ ਲੱਗੇ ਤੁਸੀਂ ਇੱਕ ਉਹਨਾਂ ਦੇ ਫੈਮਿਲੀ ਨੂੰ ਮੈਟਰ ਸਿੱਧਾ ਕਰਕੇ ਦਿੱਤਾ ਕਿ ਵੀ ਆਹ ਸੀਗੀ ਗੱਲ ਆਹ ਬਾਤ ਆ ਹੁਣ ਜੇ ਵਿੱਚ ਕੋਈ ਵਿਚੋਲਾ ਹੁੰਦਾ ਹੋ ਸਕਦਾ ਕੱਲ ਨੂੰ ਤੁਸੀਂ ਮੇਰੇ ਤੇ ਨਾ ਪਹੁੰਚਦੇ ਅਗਲਾ ਮੇਰੇ ਤੋਂ ਗੱਲਾਂ ਪੁੱਛ ਕੇ ਤੁਹਾਨੂੰ ਦੱਸਦਾ ਉਹ ਗੱਲਾਂ ਆਪਣੇ ਵੱਲੋਂ ਲਾ ਲੈਂਦਾ ਕੁਛ ਵੀ ਹੁੰਦਾ ਆਪਾਂ ਮਾਰਨ ਵਾਲਿਆਂ ਲਈ ਮਰਨ ਵਾਲਿਆਂ ਲਈ ਤੁਸੀਂ ਮੈਨੂੰ ਕਲੀਅਰ ਗੱਲਾਂ ਕਰ ਕਲੀਅਰ ਹੋਏ ਆ ਜੇ ਮੈਨੂੰ ਕੋਈ ਲੱਗੂਗਾ ਤਾਂ ਮੈਂ ਤਾਂ ਗਾਂ ਦੱਸ ਸਕਦਾ ਬਿਲਕੁਲ ਤੇ ਬਾਕੀ ਇਹਨਾਂ ਤੁਸੀਂ ਕਰਿਓ ਕਬੂਲ ਤੇ ਗਲਤੀ ਫਲਤੀ ਕਿਸੇ ਦੇ ਕਿਸੇ ਵੀ ਚਾਹੇ ਉਹ ਸਿੰਘਾਂ ਬਾਰੇ ਚਾਹੇ ਉਹ ਚਮਕੀਲੇ ਬਾਰੇ ਕਿਸੇ ਨੂੰ ਵੀ ਮਾੜੀ ਚੰਗੀ ਲੱਗੇ ਉਹ ਅਸੀਂ ਮਾਫੀ ਮੰਗਦੇ ਹੱਥ ਜੋੜ ਕੇ ਸਾਰਿਆਂ ਤੋਂ ਕਿ ਇਹਨਾਂ ਬੱਚਿਆਂ ਨੂੰ ਆਪਾਂ ਗਾਂ ਨਾਲ ਲੈ ਕੇ ਸਾਰੇ ਕੰਮ ਕਰਨੇ ਆ ਤੇ ਗਾਣੇ ਤੁਸੀਂ ਸੁਣਿਆ ਕਰੋ ਇਹਨਾਂ ਦੇ ਕੱਢ ਕੇ ਯੂਟਿਊਬ ਤੇ ਹੈਗੇ ਆ ਕਰਕੇ ਮੋਹਰੇ ਨਹੀਂ ਆਏ ਕਰਕੇ ਤੁਸੀਂ ਸੁਣਦੇ ਘੱਟ ਟਰਾਈ ਕਰੂੰਗਾ ਮੈਂ ਕਾਫੀ ਸੁਣਦੇ ਮਤਲਬ ਕਹਿੰਦਾ ਦੁਨੀਆ ਨੂੰ ਦੁਨੀਆ ਤੇ ਬਹੁਤ ਬੰਦੇ ਬਾਂਝੇ ਰਹਿ ਜਾਂਦੇ ਹਾਂਜੀ 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 ਹੁਣ ਮੈਂ ਅੱਜ ਤੁਹਾਡੇ ਨੰਬਰ ਉਪਰੂਪ ਪੁੱਛਿਆ ਮੈਂ ਤੁਹਾਨੂੰ 4 ਸਾਲ ਦਾ ਦੇਖਦਾ ਬਿਲਕੁਲ ਜਿਹੜੀ ਤੁਹਾਡੇ ਡੈਡੀ ਚੱਕੀ ਪਿਕਚਰ ਮੈਂ ਉਹੀ ਦੇਖੀ ਅੱਜ ਅੱਜ ਪਹਿਲੀ ਵਾਰੀ ਇਹਨਾਂ ਦੀ ਸ਼ਕਲ ਦੇਖ ਰਿਹਾ ਮੈਂ ਰੀਆ ਦੀ ਇਹਨਾਂ ਦੀ ਹਾਂਜੀ ਠੀਕ ਆ ਪਹਿਲੀ ਵਾਰੀ ਰੂਬਰੂ ਹੋਏ ਆ ਤੇ ਪਹਿਲੀ ਵਾਰੀ ਗੱਲਾਂ ਬਾਤਾਂ ਦੁੱਖ ਸੁੱਖ ਇੰਨੇ ਵੱਡੇ ਕਰ ਲਏ ਸੀ ਜਾਨਕੇ ਹੱਦੋਂ ਜ਼ਿਆਦਾ ਵੱਡੇ ਹੋ ਗਏ ਤੇ ਬਾਕੀ ਅਸੀਂ ਫਿਰ ਮਿਲਾਂਗੇ ਘਰ ਬੈਠ ਕੇ ਫਿਰ ਗੱਲਾਂ ਠੰਡੇ ਥਾਂ ਵੀ ਕਰਾਂਗੇ ਅੱਜ ਧੁੱਪ ਚ ਇਹਨਾਂ ਨੂੰ ਵੀ ਨਾਲ ਇੱਕ ਪਾਰਟ ਹੋਰ ਬਣਾਵਾਂਗੇ ਤੇ ਧੁੱਪ ਚ ਆਉਣਾ ਮੈਂ ਹੋਰ ਵੀ ਲੋਕਾਂ ਨੂੰ ਕਿਹਾ ਸੀ ਮੈਂ ਧੁੱਪ ਚ ਨਹੀਂ ਜਾਂਦਾ ਪਰ ਅੱਜ ਦਿਨ ਥੋੜੀ ਜਿਹੀ ਠੰਡਾ ਸੀ ਕੁਦਰਤੀ ਤਾਂ ਆ ਗਿਆ ਨਹੀਂ ਮੈਂ ਇਹਨਾਂ ਨੂੰ ਘਰੋਂ ਰੋਟੀ ਪਾਣੀ ਖਾ ਕੇ ਵਾਪਸੀ ਸੀਗੀ ਤੇ ਇਹਨਾਂ ਦੇ ਆਇਆ ਸੀ ਪ੍ਰੋਗਰਾਮ ਜੀ ਮੈਂ ਤੁਹਾਨੂੰ ਵੀ ਖੜੇ ਪੈਰ ਅੱਜ ਕੱਪੜੇ ਪਾਉਣ ਦਾ ਟਾਈਮ ਵੀ ਨਹੀਂ ਦਿੱਤਾ ਤਾਂ ਇਦਾਂ ਹੀ ਸਿੱਧਾ ਇਹਨਾਂ ਨੂੰ ਸਾਦਾ ਲਿਆ ਠੀਕ ਹੈ ਬਣਿਆ ਸੀਗਾ ਅੱਜ ਕਲੀਅਰ ਹੋਣਾ ਸਬਬ ਹਾਂਜੀ ਇਹ ਸਮਾਂ ਬਣਿਆ ਹੁੰਦਾ ਸਮਾਂ ਬਣਿਆ ਹੁਣ ਸਾਨੂੰ ਵੀ ਰੱਬ ਨੇ ਜਰੀਆ ਬਣਾ ਕੇ ਮੋਰੇ ਕੀਤਾ ਉਸ ਤੋਂ ਬਾਅਦ ਤੁਹਾਨੂੰ ਬੁਲਾਉਣ ਦਾ ਜਰੀਆ ਬਣ ਕੇ ਮਤਲਬ ਕਹਿੰਦਾ ਸੀ ਚੰਗੇ ਤਰੀਕੇ ਨਾਲ ਗੱਲ ਮੋਰੇ ਹੋਣੀ ਆਪੇ ਹੀ ਆਉਂਦੀ ਆ ਅਸੀਂ ਇਹ ਪ੍ਰੋਗਰਾਮ ਨਹੀਂ ਬਣਾਇਆ ਵੀ ਜੀਵਨ ਹੁਣੀ ਆਉਣ ਤੇ ਅਸੀਂ ਇੰਟਰਵਿਊ ਕਰੀਏ ਜਾਂ ਜੀਵਨ ਨੂੰ ਨਹੀਂ ਮੈਂ ਦੱਸਿਆ ਵੀ ਇੰਟਰਵਿਊ ਇਹਨੂੰ ਉਹ ਘਰ ਆ ਗਿਆ ਤਾਂ ਫੋਨ ਕੀਤਾ ਉਸੇ ਵੇਲੇ ਇਹਨਾਂ ਦੀ ਜੀਟੀ ਰੋਡ ਤੇ ਆ ਕੇ ਮੈਨੂੰ ਕੀਤਾ ਤੇ ਤੁਸੀਂ ਗੱਲਾਂ ਤੇ ਬਸ ਉਸ ਗੱਲਾਂ ਦੀ ਗੱਲ ਉਸ ਤੋਂ ਬਾਅਦ ਉੱਥੇ ਜਾ ਕੇ ਸਾਰੀ ਗੱਲ ਕਰ ਉੱਥੇ ਬਾਅਦ ਇਹ ਕਹਿੰਦੇ ਵੀ ਅਸੀਂ ਸੱਚੀ ਵਿੱਚ ਸਟਾਈ ਆ ਤਾਂ ਦੇਖਣਾ ਚਾਹੁੰਦੇ ਹਾਂ ਤਾਂ ਇਹਨਾਂ ਨੂੰ ਖੂਨ ਦੱਸਿਆ ਕੱਲ ਨੂੰ ਕੋਈ ਆਉਂਦਾ ਬੰਦਾ ਤੁਸੀਂ ਤੁਹਾਡੇ ਨਾਲ ਵੀ ਆਉਂਦਾ ਜੀਵਨ ਤੇਰੇ ਕੋਲ ਮੈਂ ਦੱਸ ਸਕਦਾ ਚਮਕੀਲੇ ਦਾ ਖੂਨ ਕਿੱਥੇ ਡੋਲਿਆ ਅਮਰਜੋਤ ਦਾ ਕਿੱਥੇ ਡੋਲਿਆ ਢੋਲਕੀ ਵਾਲੇ ਦਾ ਕਿੱਥੇ ਡੋਲਿਆ ਗੱਲੇ ਦਾ ਕਿੱਥੇ ਡੋਲਿਆ ਬਿਲਕੁਲ ਇਦਾਂ ਨਾ ਕਰਿਆ ਕਰੋ ਜੀ ਤੁਸੀਂ ਢੇਰ ਲਾਇਆ ਦੇਖ ਲਿਆ ਬੰਦਿਆਂ ਦਾ ਤਾਂ ਕਹਿ ਦੋ ਜੀ ਇੱਥੇ ਖੂਨ ਡੋਲਿਆ ਸਾਰਿਆਂ ਦਾ ਇਦਾਂ ਨਹੀਂ ਸਚਾਈ ਤੇ ਬਰੀਕੀ ਗੱਲਾਂ ਦੇ ਵਿੱਚ ਡੈਡੀ ਦੀ ਸੀ ਉਹ ਆ ਜਿਹੜੀ ਇਹਨਾਂ ਦੀ ਇੱਥੇ ਦੇਬੂ ਉੱਥੇ ਗਿਰ ਆ ਮੋਰਲੀ ਬਾਰੀ ਦੇ ਕੋਲ ਡੈਡੀ ਜੀ ਸੀ ਮਾਂ ਤੇਰੀ ਉੱਥੇ ਏਡੀ ਦੂਰ ਚੱਲ ਗਈ ਹੁਣ ਲੋਕੀ ਕਹਿੰਦੇ ਕਦੇ ਚੱਲ ਗਏ ਥੋੜਾ ਜਿਹਾ ਇਧਰ ਨੂੰ ਆ ਜਾ ਇੱਕ ਵਾਰੀ ਫੇਰ ਇਹਨਾਂ ਗੱਲਾਂ ਨੂੰ ਮੈਨੂੰ ਬਾਰ ਬਾਰ ਬਹੁਤ ਦੱਸਣਾ ਪੈਂਦਾ ਕਿਉਂਕਿ ਲੋਕੀ ਸੁਣਦੇ ਵੀ ਵਾਰ ਵਾਰ ਆਈ ਆ ਉਹ ਇਸ ਜਗ੍ਹਾ ਤਾਂ ਆਲਰੇਡੀ ਖੜੇ ਸੀ ਜੇ ਤੁਸੀਂ ਕਹਿ ਦੋ ਹੁਣ ਚਮਕੀਲਾ ਉੱਥੇ ਖੜਾ ਉੱਥੋਂ ਤੁਰ ਕੇ ਨਹੀਂ ਆਈ ਪਹਿਲਾਂ ਇੱਥੇ ਖੜੀ ਪਹਿਲਾਂ ਹੀ ਇੱਥੇ ਸਾਹਮਣੇ ਗੰਨ ਕੱਢੀ ਆ 10 ਸੈਕਿੰਡ ਦੇਖੀ ਹੋਊਗੀ ਉਹਨਾਂ ਨੇ ਕੱਢੀ ਇਹ ਤਾਂ ਹੈ ਨਹੀਂ ਥੱਲੇ ਗੋਲੀਆਂ ਉਹਨੇ ਬੁੱਕਲ ਜੋ ਕੱਢੀ ਹੋਣੀ ਇੱਕੋ ਦਮ ਹੀ ਸਾਹਮਣੇ ਮਤਲਬ ਐ ਨਹੀਂ ਮਤਲਬ ਜਦੋਂ ਕਰਦੇ ਆ ਆਪਾਂ ਬੇਬੀ ਜਾਂ ਤਿਆਰੀ ਕਰਦੇ ਆ ਹੋ ਸਕਦਾ ਉਹਨੇ ਲੋਈ ਲਾ ਕੇ ਰੱਖੀ ਹੋਵੇ ਸਕੂਟਰ ਤੇ ਹਾਂ ਲੋਈ ਲਾਈ ਹੋਵੇ ਕੋ ਸਾਹਮਣੇ ਉਸ ਵੇਲੇ ਜੇ ਲੋਈ ਦੇ ਵਿੱਚੋਂ ਵੀ ਆ 10 ਸੈਕਿੰਡ ਦਾ ਬੰਦਾ ਤੂੰ ਮੇਰੇ ਗੋਲੀ ਮਾਰਨ ਲੱਗਾ ਮੈਂ 10 ਸੈਕਿੰਡ ਤੋਂ ਤੈਨੂੰ ਦੇਖੂਗਾ ਪਲ ਕਹਿੰਦੇ ਬੁੱਕਲਾਂ ਮਾਰੀਆਂ ਹੋਈਆਂ ਸੀ ਉਹਨਾਂ ਜੇ ਤੂੰ ਮੇਰੇ ਗੋਲੀ ਮਾਰਨੀ ਭਾਵੇਂ ਤੂੰ ਗੰਨ ਚੱਕ ਕੇ ਸਿੱਧੀ ਕਰਨੀ ਮੈਂ ਤਾਂ 10 ਸੈਕਿੰਡ ਤੋਂ ਦੇਖੂੰਗਾ ਜੀ ਮੈਂ ਤੁਹਾਨੂੰ ਗੋਲੀ ਮਾਰਨ ਲੱਗਾ ਹੁੰਦਾ ਹੀ ਆ ਆਲਰੇਡੀ ਦੇਬੂ ਹੁਣੀ ਤਾਂ ਇੱਥੋਂ ਲੰਘਣ ਦਾ ਗੱਲ ਉਹਦੇ ਮੋੜ ਦੀ ਲੰਘ ਕੇ ਗਿਆ ਇੱਥੇ ਖੜੀ ਆ ਇੰਨੀ ਦੂਰ 10 ਫੁੱਟ ਦੀ ਦੂਰੀ ਤਾਂ ਪਹਿਲਾਂ ਹੀ ਪੈ ਗਈ ਹਾਂਜੀ ਹਾਂਜੀ ਜੇ ਇੱਥੋਂ ਗੋਲੀ ਵੱਜਣ ਲੱਗੀ 2-4 ਪੈਰ ਉਦਾਂ ਬੰਦਾ ਪਿੱਛੇ ਹੋਇਆ ਹੋਊਗਾ ਗੋਲੀਆਂ ਵੱਜਦੀਆਂ ਤੇ ਬੰਦਾ ਡਿੱਗਦਾ ਢੇਂਦਾ ਇੱਥੇ ਚਲੇ ਗਿਆ ਵੱਜਦੀਆਂ ਜਿੱਦਾਂ ਫਿਲਮ 'ਚ ਵੱਜਦੀ ਗੋਲੀ ਬੰਦਾ ਝਟਕੇ ਨਾਲ ਪਿੱਛੇ ਜੀ ਮੈਨੂੰ ਤਾਂ ਪੂਰੀ ਹੈ ਨਹੀਂ ਸੀ ਜੇ ਪੂਰੀ ਹੈ ਨਹੀਂ ਸੀ ਤਾਂ ਉਹ ਘਾ ਜੋ ਹੁਣ ਮੈਂ ਘਾ ਤੇ ਜਾਣ ਕੇ ਜਾਂਦਾ ਸਵਾਹ ਪਈ ਕਰਕੇ ਨਾ ਚੰਗਾ ਨਹੀਂ ਲੱਗਦਾ ਉੱਥੇ ਦੱਸਣਾ ਹੋ ਸਕਦਾ ਇੱਥੇ ਘਾ ਹੋਵੇ ਇੱਥੇ ਹੀ ਹੁਣ ਕਿਉਂਕਿ ਰਾਹ ਕੱਚਾ ਸੀਗਾ ਇੱਥੇ ਹੁਣ ਮਤਲਬ ਉਹ 10 ਪੈਰ ਜ਼ਰੂਰ ਪਿੱਛੇ ਹੋ ਕੇ ਡਿੱਗੇ ਇੱਥੋਂ ਉਹ ਤਾਂ ਇੰਨੀ ਦੂਰ ਚੱਲ ਗਿਆ ਉਹ
ਆਪਣੀ ਉਹਦੇ ਆ ਕੇ 10 ਮਿੰਟ ਅੱਛਾ ਉਹਨਾਂ ਨੇ ਦੇਖਿਆ ਇਹਨਾਂ ਦੇ ਬਰਾਬਰ ਕੁੜੀਆਂ ਇਹਨਾਂ ਦੇ ਸੇਮ ਪਹਿਲਾਂ ਤੁਹਾਡੀ ਮੰਮੀ ਦੇ ਲੱਗੀਆਂ ਜਦੋਂ ਮੰਮੀ ਦੇ ਲੱਗੀਆਂ ਉਹਨੇ ਦੇਖਿਆ ਮੁੜ ਕੇ ਉਹਦੇ ਮਾਪਿਆਂ ਫੇਰ ਡੈਡੀ ਦੇ ਠੀਕ ਡੈਡੀ ਬੋਲੇ ਬੋਲੇ ਕੁਛ ਨਹੀਂ ਡੈਡੀ ਕੁਛ ਨਹੀਂ ਬੋਲੇ ਘਬਰਾਏ ਨਹੀਂ ਇਹੀ ਤਾਂ ਗੱਲ ਦੇਖਾਂ ਜਿੱਦਾਂ ਤੁਸੀਂ ਸੈਂਪਲ ਖੜੇ ਹੋ ਸੈਂਪਲ ਨਹੀਂ ਇੰਨੀ ਘਬਰਾਏ ਹੋ ਕੁਛ ਨਹੀਂ ਵੈਸੇ ਪਤਾ ਕੀ ਆ ਮੈਨੂੰ ਲੱਗਦਾ ਉਹਨਾਂ ਦੇ ਦਿਮਾਗ 'ਚ ਗੱਲ ਬੈਠੀ ਸੀ ਗੋਲੀ ਮੇਰੇ ਵੱਜਣੀ ਆ ਬਾਕੀ ਸਮਾਂ ਨੀ ਮਿਲਿਆ ਸਮਾਂ ਮਿਲਦਾ ਫੇਰ ਹੀ ਕਹਿਣਾ ਸੀ ਸਮਾਂ ਨੀ ਮਿਲਿਆ ਦਿਮਾਗ ਜੀ ਸੋਚ ਗਏ ਆਪਣੇ ਬਸ ਬਾਕੀ ਕੋਈ ਹਲ ਚੁਲ ਕੁਛ ਨੀ ਉਹਨਾਂ ਦੀ ਕੋਈ ਕੁਛ ਵੀ ਨੀ ਕਿਹਾ ਉਹਨੇ ਕੁਛ ਨੀ ਕੀਤਾ ਸਹੀ ਜਿੱਦਾਂ ਸਟੇਜ ਤੇ ਸੀਗੇ ਜੋ ਚਿਹਰਾ ਸਟੇਜ ਤੇ ਸੀ ਸਟੇਜ ਤੇ ਸਮਝ ਲਾ ਚੱਲ ਗਿਆ ਇੱਕ ਵਾਰ ਕਹਿ ਸਕਦੇ ਹਾਂ ਤਿਆਰੀ ਵੀ ਸਟੇਜ ਵਾਲੀ ਸੀ ਮੰਮੀ ਦੀ ਤਿਆਰੀ ਸਟੇਜ ਵਾਲੀ ਸੀ ਤੁਸੀਂ ਸਿਰ ਤੇ ਸੀ ਇਹਨਾਂ ਦੀ ਤਿਆਰੀ ਸਟੇਜ ਵਾਲੀ ਸੀ ਸਮਝ ਲੈ ਕੇ ਅਸਲ ਸਟੇਜ ਤੇ ਗੋਲੀ ਮਾਰਤੀ ਚਾਹੇ ਇੱਥੇ ਮਾਰਤੀ ਤਿਆਰੀ ਤਾਂ ਉਹੀ ਸੀ ਸ਼ਕਲ ਉਹੀ ਸੀ ਸੇਮ ਫੇਸ ਉਹੀ ਸੀ ਖੁਸ਼ ਰਹਿਣ ਦਾ ਤਾਂ ਸੁਪਨਿਆਂ ਚ ਦੇਖਦੇ ਦੇਖਦੇ ਵੀ ਇਦਾਂ ਖੁਸ਼ ਰਹਿਣ ਦਾ ਸੁਭਾਅ ਆ ਰਹੇ ਆ ਹੁਣ ਤੁਹਾਨੂੰ ਆ ਜਿਹੜੀ ਸਟੋਰੀ ਆ ਇਹ ਦਿਮਾਗ 'ਚ ਬਹਿ ਗਈ ਜਿਵੇਂ ਤੂੰ ਵੀ ਕਦੀ ਵੀ ਕੋਈ ਤੈਨੂੰ ਨਾਲ ਲੈਂਦਾ ਜਾਂ ਆਪਣੇ ਆਪ ਕੋਈ ਵੀ ਸਾਰਿਆਂ ਦੱਸ ਦਵਾਂ ਕੋਈ ਫਿਲਮ ਬਣਾਉਂਦਾ ਇੱਦਾਂ ਨਾ ਹੁਣ ਮੁੜ ਕੇ ਨਾ ਝੂਠ ਬੋਲਿਓ ਬਾਕੀ ਟਰਾਲੀ ਚ ਬਥੇਰਾ ਡੁੱਲਿਆ ਸੀ ਤੁਹਾਡੇ ਘਰ ਬਥੇਰਾ ਡੁੱਲਿਆ ਉਹ ਬੱਕਰੇ ਦਾ ਠੀਕ ਆ ਜੀ ਤੇ ਜੀਵਨ ਜੀ ਕਰੀਏ ਫਿਰ ਛੁੱਟੀਆਂ ਅੱਜ ਇਹਨਾਂ ਦੀ ਵੀ ਬਹੁਤ ਗਰਮੀ ਚ ਟਾਈਮ ਜਮਨ ਉਹਨਾਂ ਦੇ ਵੀ ਕੀਤਾ ਲਿਆ ਅਸੀਂ ਚਲੋ ਕੋਈ ਗੱਲ ਨਹੀਂ ਗਰਮੀ ਗੁਰਮੀ ਦਾ ਕੋਈ ਚੱਕਰ ਨਹੀਂ ਵਧੀਆ ਹੋਇਆ ਗੱਲ ਵੱਡੀ ਗੱਲ ਸੀ ਵੱਡੀ ਗੱਲ ਸੀ ਕਿੰਨੇ ਸਾਲ ਬਾਅਦ ਹੋਈਆਂ ਪਰ ਮੈਂ ਦੋ ਵਾਰੀ ਖੁਦ ਆ ਚੁੱਕਿਆ ਇੱਥੇ ਮੇਰੇ ਵੀ ਦਿਮਾਗ 'ਚ ਉਹੀ ਗੱਲਾਂ ਪਾਈਆਂ ਹੋਈਆਂ ਸੀ ਅੱਜ ਤੁਸੀਂ ਕਲੀਅਰ ਕੀਤੀਆਂ ਇਹ ਕਿ ਇੱਥੇ ਖੂਨ ਡੁੱਲਿਆ ਸਟੇਜ ਉਹ ਤੂਤ ਕੋਲ ਤੁਸੀਂ ਵੀ ਸੋਚਦੇ ਹੋਣੇ ਜੇ ਐ ਨੂੰ ਸੀਗਾ ਜੇ ਸਟੇਜ ਲੱਗੀ ਹੋਸੀ ਤੇ ਤੁਸੀਂ ਵੀ ਸੋਚਦੇ ਹੋਣੇ ਇੰਨੀ ਕਿਥੇ ਚ ਕਿੱਦਾਂ ਲੋਕ ਬਹਿ ਜਾਂਦੇ ਉਹ ਤਾਂ ਹੀ ਲੱਖ ਲੋਕ ਨੇ ਹੁਣ ਦੇਖੋ ਮੈਂ ਇਧਰੋਂ ਐ ਹੀ ਆਇਆ ਸੀਗਾ ਉਹ ਇਧਰੋਂ ਮਾਰ ਕੋ ਦਾ ਵੀ ਦਾਤਾ ਵੜ ਗਿਆ ਹਾਂ ਹਰ ਇੱਕ ਦਾਤਾ ਜੋ ਐ ਦੀ ਉਹਦਾ ਹੋ ਸਕਦਾ ਉਹਨੂੰ ਕੁਛ ਨਹੀਂ ਪਤਾ ਲੱਗ ਜਾਂਦਾ ਜਾਂ ਪਤਾ ਲੱਗ ਜਾਂਦਾ ਜਾਂ ਨੂੰ ਪਤਾ ਲੱਗ ਜਾਂਦਾ ਉਹ ਵੀ ਉਧਰ ਦੀ ਆਇਆ ਵਿੱਚੋਂ ਵਿੱਚ ਮੌਤ ਆਯੂ ਕਰਕੇ ਆਉਂਦੀ ਆ ਇਹਨਾਂ ਦੀ ਮੌਤ ਆਯੂ ਉਹਦੀ ਵਧੀ ਸੀਗੀ ਜੇ ਉਹਦੀ ਵਧੀ ਸੀਗੀ ਜੇ ਉਹ ਐ ਦੀ ਆਉਂਦਾ ਕੋਈ ਹੋਰ ਗੱਲ ਬਣ ਸਕਦੀ ਸੀ ਕੋਈ ਹੋ ਸਕਦੀ ਸੀ ਉਹ ਅੰਦਰ ਬੈਠਾ ਸੀਗਾ ਪਰ ਪਰਮਾਤਮਾ ਜੀ ਨੇ ਅੰਦਰ ਅੰਦਰ ਹੀ ਲੁਕੋਤਾ ਪਤਾ ਨਹੀਂ ਕੀ ਅੰਦਰ ਲੈਣ ਗਿਆ ਸੀ ਉਹ ਠੀਕ ਨੇ ਇਦਾਂ ਦੀਆਂ ਗੱਲਾਂ ਆ ਲਈਏ ਜਾਂਚ ਤੇ ਜੀ ਸਾਰਿਆਂ ਕੋਲ ਠੀਕ ਹੈ ਜੀ ਚੰਗਾ ਜੀ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰਾਂ ਨੂੰ ਜੇ ਕੁਝ ਵੱਧ ਘੱਟ ਕਿਹਾ ਗਿਆ ਹੋਵੇ ਤਾਂ ਬੱਚਾ ਸਮਝ ਕੇ ਮਾਫ ਕਰਨਾ ਜੀ ਤੇ ਬਾਕੀ ਮਿਲਦੇ ਹਾਂ ਤੁਹਾਨੂੰ ਗਾਂ ਛੇਤੀ ਅਗਲੀ ਨੈਕਸਟ ਇੰਟਰਵਿਊ 'ਚ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ